ਇੱਕ ਸ਼ੌਂਕ ਕਬੂਤਰਬਾਜ਼ੀ ਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਜੀ ਮੇਰੀ ਪਿਆਰਪਰੀ ਸਤਿ ਸ਼੍ਰੀਕਾਲ ਕਬੂਤਰਬਾਜ਼ੀ ਦਾ ਆਪਾਂ ਅਗਲਾ ਐਪੀਸੋਡ ਲੈ ਕੇ ਪਹੁੰਚੇ ਆ ਜੀ ਪਿੰਡ ਬੀਵੀ ਵਾਲਾ ਜਿੱਥੋਂ ਦੇ 스타 ਕਬੂਤਰਬਾਜ਼ ਬਾਈ ਗੁਰਪ੍ਰੀਤ ਜੀ ਬੀਵੀ ਵਾਲਾ ਤੇ ਬਹੁਤ ਬਹੁਤ ਧੰਨਵਾਦ ਆ ਜੀ ਬਾਈ ਲੱਖੀ ਰਾਇਆ ਤੇ ਬਾਈ ਰੋਡਾ ਕੇਲੋ ਉਹਨਾਂ ਦੇ ਗਰੁੱਪ ਦਾ ਜਿਨ੍ਹਾਂ ਦੀ ਬਦੌਲਤ ਆਪਾਂ ਅੱਜ ਬਾਈ ਗੁਰਪ੍ਰੀਤ ਬੀਵੀ ਵਾਲ ਨਾਲ ਮਿਲ ਰਹੇ ਆ ਤੇ ਕਬੂਤਰਬਾਜ਼ੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨਸਲਾਂ ਦੀਆਂ ਕੋਈ ਦਵਾਈ ਬੂਟੀ ਕੋਈ ਸਾਂਹਸਵਾਲ ਕਿਵੇਂ ਗੁਰਪ੍ਰੀਤ ਤੋਂ ਗੁਰਪ੍ਰੀਤ ਬੀਬੀ ਵਾਲਾ ਚਰਚਾ ਦੇ ਵਿੱਚ ਆਇਆ ਕਬੂਤਰਬਾਜੀ ਦੇ ਵਿੱਚ ਉਹਦੇ ਬਾਰੇ ਆਪਾਂ ਅੱਜ ਬਾਈ ਨਾਲ ਗੱਲਬਾਤ ਕਰਾਂਗੇ ਬਾਕੀ ਜਿੰਨੇ ਵੀ ਸੱਜਣ ਮਿੱਤਰ ਬਾਈ ਦੇ ਉਸਤਾਦ ਜਾਂ ਸ਼ਗਿਰਦ ਜੋ ਕੋਈ ਵੀ ਆਇਆ ਉਹਨਾਂ ਦਾ ਵੀ ਅਸੀਂ ਤਹਿ ਦਲੋਂ ਸਾਡੇ ਚੈਨਲ ਗੱਗਾ ਰੈਸਰਵਨੀਓ ਮੈਂ ਆਪਦੇ ਯਾਨੀ ਕਿ ਦਿਲੋਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਚੈਨਲ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਜਿੰਨੇ ਵੀ ਵੀਡੀਓ ਸ਼ੇਅਰ ਕਰਦੇ ਆ ਫੋਲੋ ਕਰਦੇ ਆ ਸਾਨੂੰ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਤੇ ਇੱਕ ਉਮੀਦ ਜਰੂਰ ਕਰਦੇ ਆ ਵੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਲਾਇਕ ਜਰੂਰ ਕਰਿਆ ਕਰੋ ਚੈਨਲ ਨੂੰ ਫੋਲੋ ਕਰਿਆ ਕਰੋ ਤੇ ਅੱਜ ਵੀ ਉਮੀਦ ਕਰਦੇ ਆ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਜਿਹੜਾ ਇੱਕ ਘੰਟਾ ਡੇਢ ਘੰਟਾ ਅੱਧਾ ਘੰਟਾ ਜਿੰਨਾ ਟਾਈਮ ਦੀ ਵੀ ਆਪਣੀ ਇੰਟਰਵਿਊ ਤੁਹਾਡਾ ਟਾਈਮ ਖਰਾਬ ਨਾ ਹੋਵੇ ਹਰ ਵਾਰ ਦੀ ਤਰ੍ਹਾਂ ਆਪਾਂ ਵਧੀਆ ਕੁਝ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰੀ ਹੈ ਹੱਸੀਗਾ ਬਾਈ ਜੀ ਸ੍ਰੀ ਗਾਲ ਬਾਈ ਪਹਿਲਾਂ ਤਾਂ ਬਾਈ ਗੱਗੇ ਤੁਹਾਡਾ ਸਾਡੇ ਘਰ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਤੇ ਆਪਣੇ ਜਿਹੜੇ ਗੱਗਾ ਰਾਏ ਸਰ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਜਿੰਨੇ ਸਾਡੇ ਭਰਾ ਆ ਇਹਨਾਂ ਦਾ ਵੀ ਬਈ ਬਹੁਤ ਬਹੁਤ ਧੰਨਵਾਦ ਬਾਈ ਜੀ ਗੱਲਬਾਤ ਆਪਾਂ ਅੱਜ ਤੁਹਾਡੀ ਉਸਤਾਦੀ ਸ਼ਗਿਰਦੀ ਤੋਂ ਹੀ ਕਰਦੇ ਆ ਹਾਂਜੀ ਵੀ ਪਹਿਲਾਂ ਆਪਾਂ ਕਰਦੇ ਨੇ ਵੀ ਸ਼ੌਂਕ ਕਿੱਥੋਂ ਚੱਲਿਆ ਜਾਂ ਕਿਵੇਂ ਅੱਜ ਆਪਾਂ ਨਵੇਂ ਸਿਰਿਓਂ ਗੱਲ ਇਹ ਕਰੀਏ ਵੀ ਉਸਤਾਦੀ ਸ਼ਗਿਰਦੀ ਆ ਜਿਹੜੀ ਉਸਤਾਦ ਹੀ ਕੌਣ ਹੈ ਤੁਹਾਡੇ ਸਾਡਾ ਉਸਤਾਦੀ ਆ ਅਮਰ 베ਗਾ ਬਾਈ ਮਾੜੀ ਅਮਰੀ 베ਗਾ ਜੀ ਹਾਂਜੀ ਠੀਕ ਹੈ ਜੀ ਤੇ ਕਿਹੜੇ ਸਾਲ ਦੇ ਵਿੱਚ ਜਿਹੜੀ ਗੇਮ ਆ ਸਾਨੂੰ ਮਿਲੀ ਆ ਸਾਨੂੰ ਆ ਲਾਕਡਾਊਨ ਚ ਅਸੀਂ ਉਸਤਾਦ ਧਾਰਨ ਕਰਿਆ ਬਾਈ ਨੂੰ ਠੀਕ ਆ ਉਸ ਤੋਂ ਪਹਿਲਾਂ ਫਿਰ ਉਸ ਤੋਂ ਪਹਿਲਾਂ ਤਾਂ ਅਸੀਂ ਬਸ ਤੀਰ ਤੁੱਕਿਆਂ ਨਾਲ ਹੀ ਛੱਡੇ ਆ ਅੱਛਾ ਉਸ ਤੋਂ ਪਹਿਲਾਂ ਯਾਨੀ ਕਿ ਦੁੱਕੇ ਲਾ ਲਾ ਕੇ ਛੱਡਦੇ ਰਹੇ ਆ ਤੀਰ ਤੁੱਕੇ ਹੀ ਲਾਏ ਆ ਆਸੇ ਪਾਸੇ ਪਸਦੇ ਜਿਹਨਾਂ ਆਪਦਾ ਦਿਮਾਗ ਹੀ ਵਰਤ ਲੈਂਦੇ ਸੀ ਨਹੀਂ ਯਾਰ ਆਏ ਨਹੀਂ ਆਏ ਛੱਡ ਲਈਦਾ ਹੁੰਦਾ ਨਹੀਂ ਪਹਿਲਾਂ ਤੁਹਾਡੇ ਲਿਆ ਸੀਗੇ ਜਿਵੇਂ ਗੁਰਦੇਵ ਅੰਕਲ ਸਰਦਾਰ ਕਣੀਆਂ ਆਹ ਸੁਰਗਵਾਸੀ ਸਰਦਾਰ ਗੁਰਦੇਵ ਸਿੰਘ ਕਣੀਆਂ ਜੀ ਠੀਕ ਆ ਉਹਨਾਂ ਨਾਲ ਲਿਆ ਸੀ ਡਾਕਟਰ ਰਵਾਨਾ ਜੀ ਠੀਕ ਹੈ ਉਹਨਾਂ ਨਾਲ ਲਿਆ ਸੀਗੀ ਉਹ ਵੀ ਦਸ ਦੁੱਸ ਦਿੰਦੇ ਸੀ ਤੇ ਆਹ ਰੋਡਾ ਬਾਈ ਕੈਲੋਂ ਵਾਲਾ ਹੂੰ ਤੇ ਉਹ ਵੀ ਅਸੀਂ ਕੁਝ ਬਸ ਆਪਦੇ ਦਿਮਾਗ ਦਮੂਖ ਨਾ ਛੱਡੀ ਕੇ ਕਬੂਤਰ ਇੱਕ ਜੀ ਸਾਡੇ ਸਰਦਾਰ ਬਲਵਿੰਦਰ ਸਿੰਘ ਸ਼ੈਣੀ ਵਾਲਾ ਠੀਕ ਹੈ ਜਿਹੜੇ ਸਾਡੇ ਮਾਮਾ ਜੀ ਸੀਗੇ ਖਾਸ ਸਾਡੇ ਸੰਯੋਗ ਰਹਿ ਉਹਨਾਂ ਦਾ ਕਬੂਤਰ ਬਾਈ ਜੀ ਠੀਕ ਹੈ ਉਹਨਾਂ ਨੇ ਸਾਨੂੰ ਬਹੁਤ ਦੱਸਿਆ ਸੀਗੇ ਸਹਿਯੋਗ ਦਿੱਤਾ ਗੇਮ ਵੀ ਪੂਰੀ ਦੱਸਿਆ ਜਿੱਤੇ ਵੀ ਕਬੂਤਰ ਠੀਕ ਹੈ ਗੱਲ ਕਰ ਜਦੋਂ ਫਿਰ ਮਗਰ ਲੈ ਚੱਕ ਦੂਆਂ ਜਾ ਕੇ ਕਈ ਵਾਰੀ ਬੈਠਣ ਲੱਗ ਗਏ ਤੇ ਉਦੋਂ ਫਿਰ ਅਸੀਂ ਹੱਲਗੇ ਛੋਟੇ ਸੀਗੇ ਉਮਰ ਐਨੀ ਹੈ ਨਹੀਂ ਸੀ ਠੀਕ ਹੈ ਪੜਕ ਗਏ ਠੀਕ ਹੈ ਚੱਲ ਵਧੀਆ ਗੱਲ ਆ ਬਾਈ ਜਿੰਨਾ ਨੇ ਵੀ ਸਹਿਯੋਗ ਕੀਤਾ ਸਾਰਿਆਂ ਦਾ ਨਾਮ ਲਿਆ ਲੈਣਾ ਵੀ ਚਾਹੀਦਾ ਕਿਉਂਕਿ ਸਿਰੇ ਵਾਲੇ ਟੰਬੇ ਤੇ ਜੇ ਆਪਾਂ ਪਹੁੰਚਦੇ ਆ ਨਾ ਆਪਾਂ ਥੱਲੇ ਵਾਲੇ ਟੰਬਿਆਂ ਨੂੰ ਭੁੱਲ ਜਾਂਦੇ ਆ ਵੀ ਯਾਰ ਕਿਵੇਂ ਆਪਾਂ ਉਹਨਾਂ ਦੇ ਘਾਲਣਾ ਘਾਲ ਘਾਲ ਉਹਨਾਂ ਰਾਹੀਂ ਆਏ ਆ ਸਿਰੇ ਵਾਲੇ ਟੰਬੇ ਤੇ ਤੇ ਯਾਦ ਰੱਖਣਾ ਚਾਹੀਦਾ ਹਮੇਸ਼ਾ ਬੰਦੇ ਦਾ ਜੇ ਆਪਾਂ ਨਾਂ ਲਵਾਂਗੇ ਤਾਂ ਚਾਰ ਬੰਦਿਆਂ ਨੂੰ ਉਹ ਬੰਦਾ ਹੋਰ ਦੱਸਦਾ ਅਗਲਾ ਕਹਿੰਦਾ ਯਾਰ ਉਹਨਾਂ ਨੇ ਮੇਰਾ ਨਾਂ ਲਿਆ ਤਾਂ ਮੈਂ ਹੋਰਾਂ ਨੂੰ ਚਾਰ ਨੂੰ ਦੱਸਾਂ ਤਾਂ ਉਹ ਵੀ ਮੇਰਾ ਨਾਂ ਲੈਣਗੇ ਹਨਾ ਜਦੋਂ ਇੱਕ ਨਾਂ ਨਹੀਂ ਲੈਂਦਾ ਫਿਰ ਅਗਲਾ ਦੂਜਿਆਂ ਨੂੰ ਵੀ ਨਹੀਂ ਦਿੰਦਾ ਅਗਲਾ ਕਹਿੰਦਾ ਛੱਡ ਯਾਰ ਪਹਿਲਾਂ ਘੜਾ ਆਪਣੀ ਕਿਸੇ ਨੇ ਕਦਰ ਪਾਈ ਹੈ ਹਨਾ ਕਿਵੇਂ ਮੇਲ ਹੋਇਆ ਬਾਈ ਅਮਰੀ ਵੇਗਾ ਜੀ ਨਾਲ ਅਮਰੀ ਬਾਈ ਨਾਲ ਅਸੀਂ ਜਾਂਦੇ ਰਹਿੰਦੇ ਸੀ ਇੱਥੇ ਪੁੱਚੋ ਉਹ ਦੋ ਬਾਈ ਕੇਵਲ ਕੇ ਕਬੂਤਰੇ ਡਾਉਂਦੇ ਸੀ ਕਬੂਤਰ ਕਿਝ ਮਲ ਕੇ ਰੱਖੇ ਪੁੱਚੋ ਵਾਲਿਆਂ ਦੇ ਹੂੰ ਤੇ ਉਦੋਂ ਫੇਰ ਜਦੋਂ ਬਾਈ ਕੋਲੇ ਉੱਥੇ ਬਾਗਬੂਗ ਜਾਣਾ ਦੇਖਣਾ ਕਰਨਾ ਤੇ ਬਾਈ ਦੇ ਨਿੱਤਾਂ ਕਬੂਤਰ ਜੇ ਇਦਾਂ ਸੀ ਹੂੰ ਇਹਦਾ ਸ਼ਾਮ ਨੂੰ ਰਿਕਾਰਡ ਪਾਉਣੀ ਵੀ ਅੰਮ੍ਰੀ ਵੇਕੇ ਦਾ ਵੀ ਅੱਜ ਫੇਰ ਫੁਲਾਣੇ ਤਾਂ ਜਿੱਤ ਗਿਆ ਹੂੰ ਉਦੋਂ ਮਨ ਚ ਆਇਆ ਯਾਰ ਵੀ ਆਪਣੇ ਕਬੂਤਰ ਕਿਉਂ ਨਹੀਂ ਓੜਦੇ ਯਾਰ ਵੀ ਇੰਨੀ ਮਿਹਨਤ ਕਰਦੇ ਐ ਕਰਦੇ ਆ ਵੀ ਕੋਈ 우ਸਤਾਦ ਦੇ ਲੜ ਲੱਗਗੇ ਹੂੰ ਸਾਨੂੰ ਐਸੀ ਵੀ ਫ੍ਰੀ ਚ ਕੋਈ ਬੰਦਾ ਨਹੀਂ ਦੱਸਦਾ ਵੀ ਬਿਲਕੁਲ ਜਿੰਨਾ ਚਿਰ ਆਪਾਂ 우ਸਤਾਦ ਦੀ ਸਗਰਦੀ ਨਹੀਂ ਨਾ ਕਰਦੇ ਉਹ ਅਗਲਾ ਪੰਜ 10 ਹੀ ਦੇਵੇ ਸੱਚ ਆਪਣਾ ਮਨ ਨਹੀਂ ਖੜਦਾ ਸਹੀ ਗਾ ਮਨ ਨਹੀਂ ਉੱਤੇ ਖੜਦਾ ਹੂੰ ਤੇਰੇ ਅਸੀਂ ਬਾਈ ਦੇ ਲੜ ਲੱਗੀ ਬਾਈ ਹੂੰ ਫਿਰ ਲੈਣ ਦੇਣ ਕੀ ਕਰਿਆ ਬਾਈ ਨੇ ਤਾਂ ਸਾਥੋਂ ਕੁਝ ਨਹੀਂ ਲਈ ਐਵੇਂ ਕਹਿਦਗੀ ਹੂੰ ਤੇ ਹੂੰ ਆਪਾਂ ਬਾਈ ਨੂੰ ਬੋਲਟ ਦੇ ਰੁਪਏ ਦਿੱਤੇ ਆਪਦੇ ਬੰਨਿਓ ਕਰੰਦਾ ਮੰਗਿਆ ਕੁਝ ਨਹੀਂ ਨਾ ਮੰਗਿਆ ਸਾਥੋਂ ਕੁਝ ਨਹੀਂ ਇਹਨੇ ਬਾਈ ਨੇ ਤੇ ਨਾ ਹੀ ਸਾਥੋਂ ਲਿਆ ਸੀ ਬਸ ਧੱਕੇ ਨਾਲ ਰੱਖ ਕੇ ਨਾ ਕੋਈ ਫੋਟੋ ਕਰਾਈ ਜਾਈ ਅੱਛਾ ਬੈੱਡ ਤੇ ਰੱਖ ਕੇ ਮੋੜਿਆ ਸੀ ਵੀ ਬਾਈ ਆ ਤੇਰੀ ਮਾਨਤਾ ਰੱਖ ਲਈ ਹੂੰ ਤੇ ਵੀ ਅੱਜ ਤੋਂ ਬਾਅਦ ਅਸੀਂ ਤੇਰੇ ਨਾਲ ਲੜ ਲੱਗੇ ਹੂੰ ਐਂ ਕਹਿ ਕੇ ਜੇ ਸੀ ਬਸ ਉਤੋਂ ਵਾਪਸ ਆ ਗਈ ਹੂੰ ਰਿਕਾਰਡਿੰਗਾਂ ਸੁਣ ਕੀ ਬਾਕੀ ਨਾ ਪਹਿਲਾਂ ਮਾੜਾ ਮੋਟਾ ਐ ਨਾ ਜਾਣਦੇ ਹੁੰਦੇ ਸੀ ਆ 2 ਸਾਲ ਬੰਦਾ ਜਿਹੜੇ ਮਰਵਾਉਂਦਾ ਨਹੀਂ ਜਾਣਦੇ ਹੁੰਦੇ ਸੀ ਬਾਈ ਕੋਲੇ ਪਹਿਲਾਂ ਸਾਲ 2 ਸਾਲ ਚੇਲੇ ਵੀ ਦੇਖਦੇ ਆ ਵੀ ਯਾਰ ਬਾਈ ਨਾ ਪਹਿਲਾਂ ਪਉ ਵਰਤ ਕੇ ਦੇਖੀ ਵੀ ਆਪਣੀ ਨੇਵੂ ਗੀ ਨਹੀਂ ਨਹੀਂ ਜਾਣਦੇ ਹੁੰਦੇ ਸੀ ਬਾਈ ਕੋਲੇ ਪਹਿਲਾਂ ਤੂੰ ਕੇਵਲ ਹਰਿਆਂ ਕੋਲ ਵੀ ਜਾਣਦੇ ਹੁੰਦੇ ਸੀ ਅੱਛਾ ਪਹਿਲਾਂ ਵੀ ਆਉਣੀ ਜਾਣੀ ਹੈਗੀ ਸੀ ਠੀਕ ਐ ਤੇ ਫਿਰ ਉਸਤਾਦੀ ਸਗਰਦੀ ਜਦੋਂ ਕਰੀ ਬਈ ਉਸ ਤੋਂ ਬਾਅਦ ਫਿਰ ਕਿਵੇਂ ਰਿਜ਼ਲਟ ਪਹਿਲੇ ਸਾਲ ਹੀ ਵਧੀਆ ਜਿੱਤੇ ਜਾਂ ਕਿ ਨਹੀਂ ਨਹੀਂ ਐ ਮੈਂ ਕਹਿ ਦਿੱ ਗਏ ਬਾਈ ਪਹਿਲੇ ਸਾਲ ਨਹੀਂ ਅਸੀਂ ਬਾਜ਼ੀਆਂ ਜਿੱਤੇ 26 ਜਾਂ 27 ਬਾਜ਼ੀਆਂ ਹਾਰੇ ਹਾਂ ਹੂੰ ਫਿਰ ਮਨ ਥੜਕਿਆ ਮਾਨਤਾ ਹੁਣ ਜੇ ਨਵਾਂ ਬੰਦਾ ਹੁੰਦਾ ਥੜਕੇ ਨਾ ਥੜਕੇ ਜਦੋਂ ਹੁਣ ਗੁਰੂ ਦੇ ਲੜ ਤਾਂ ਲੱਗੇ ਰਹਿਣਾ ਹੀ ਪੈਂਦਾ ساری ਉਮਰ ਹੂੰ ਉਹ ਚ ਕਈ ਰਿਆ ਆਪਣੀਆਂ ਵੀ ਘਾਟਾਂ ਹੁੰਦੀਆਂ ਬਾਜੀ ਹਰਨ ਵਿੱਚ ਹੋਣਾ ਆਪਸ ਉਸਤਾਦ ਨੂੰ ਤਾਂ ਮਾੜਾ ਕਹਿ ਨਹੀਂ ਸਕਦੇ ਹੂੰ ਫਿਰ ਐ ਆਸੇ-ਪਾਸੇੋਂ ਐ ਹੋਇਆ ਨਹੀਂ ਵੀ ਬੰਦਾ ਕੋਈ ਹੋਰ ਲੱਭ ਲੂ ਨਹੀਂ ਨਹੀਂ ਉਹ ਗੱਲ ਸਾਡੇ ਦਿਲ 'ਚ ਹੀ ਹੈਣੀ ਨਹੀਂ ਨਹੀਂ ਆਸੇ ਕਈ ਵਰੀ ਬੰਦੇ ਮਿਹਣੇ ਮਾਰ ਲੱਗ ਜਾਂਦੇ ਆ ਵੀ ਨਹੀਂ ਮਿਹਣੇ ਤਾਂ ਮਾਰ ਹੀ ਜਾਂਦੇ ਰਹਿੰਦੇ ਲੋਕਾਂ ਦਾ ਤਾਂ ਕੰਮ ਹੀ ਐ ਮਿਹਣੇ ਮਾਰ ਉਹਨਾਂ ਨੇ ਤਾਂ ਲੱਤਾਂ ਖੇਚਣਗੀਆਂ ਹੀ ਹੁੰਦਾਂ ਤੇ ਜਿਆਦੇ ਉੱਡ ਗਿਆ ਨਵੇਂ ਬੰਦੇ ਦਾ ਆਖਣਗੇ ਤਾਂ ਡਾਕ ਹੀ ਲਾਇਆ ਸੀ ਹੂੰ ਇਹਦਾ ਬਹਿ ਕੇ ਆਇਆ ਹੋਈ ਛੱਪੜ ਜੋ ਪਾਣੀ ਪੀਓ ਇੰਨਾ ਕਿਵੇਂ ਉੱਡ ਗਿਆ ਭਾਂਜਾ ਆਪਣੇ 4 ਵਜੇ ਦੇ ਬੈਠੇ ਤਾਂ 5 ਵਜੇ ਫਿਰਦਾ ਹੂੰ ਫਿਰ ਆਏ ਗਏ ਤਾਂ ਉਹਨਾਂ ਨੇ ਫਿਰ ਐ ਕਹਿੰਦੇ ਹਾਂ ਫਿਰ ਐ ਕੰਨ ਬੰਦ ਕਰਕੇ ਚੱਲੇ ਜਾਵਾਂ ਨਾ ਕੰਨ ਬੰਦ ਵੀ ਆ ਸਾਡੇ ਤਾਂ ਪਹਿਲੇ ਦਿਨੋਂ ਹੀ ਤਾਂ ਹੋਣ ਵੀ ਸੁਣਦੇ ਨਹੀਂ ਗਏ ਤੂੰ ਜਿੱਤ ਗਿਆ ਹਾਰ ਗਿਆ ਕੋਈ ਚੈੱਕ ਕਰ ਹਾਂ ਜਮਾ ਹੀ ਨਹੀਂ ਸੁਣਦੇ ਨਾ ਹੀ ਸਾਨੂੰ ਹਾਰ ਦੀ ਦੁੱਖ ਜਾ ਹੋਇਆ ਕਿਤੇ ਤੇ ਜਿੱਤੇ ਦੀ ਕੋਈ ਖੁਸ਼ੀ ਨਹੀਂ ਕੀ ਬਾਤ ਹੈ ਵਧੀਆ ਜਮਾ ਹੀ ਨਹੀਂ ਹੋਈ ਕਦੇ ਵੀ ਨਹੀਂ ਹੋਈ ਪੈਸੇ ਪੂਸੇ ਮੈਂ ਤਾਂ ਗੋਰੀਆਂ ਅੱਗ ਨੂੰ ਜਾਂ ਕੋਈ ਨਾਲ ਨਾ ਫੜ ਲਿਓ ਯਾਰ ਫੋਟੋ ਨਹੀਂ ਕਰਾਈ ਕਦੇ ਹੂੰ ਵੀ ਬਾਗ ਜੋ ਜਿੰਨੇ ਦਿਨ ਤੇ ਲਿਓ ਬ ਨਹੀਂ ਠੀਕ ਆ ਫਿਰ ਜੇ ਜੇ ਆਏ ਬੰਦਾ ਸੁਣ ਸੁਣ ਕੇ ਗੱਲਾਂ ਬਾਤਾਂ ਬਦਲਣ ਲੱਗ ਜੇ ਫਿਰ ਤਾਂ ਹਰ ਇੱਕ ਸਾਲ ਨਵਾਂ ਹਸਤਾਲ ਬਣਾਉਣਾ ਪੈ ਰਿਹਾ ਕਿੰਨਿਆਂ ਕ ਨੂੰ ਫਿਰ ਬੰਦਾ ਪੈਸੇ ਦੇ ਜੇ ਉਹ ਤੇ ਕਿੰਨੇ ਜੇ ਬੰਦੇ বিনা ਪੈਸੇ ਤੋਂ ਬਣੀ ਬੰਦ ਫਿਰ ਕਿੰਨਿਆਂ ਕ ਦਿਨਾਂ ਨਾਲ ਤੁਰਿਆ ਫਿਰੂ ਅਗਲਾ ਰੋਦੇ ਕੋ ਨਹੀਂ ਰਹੇ ਮੇਰੇ ਕੋਲ ਕਿਹੜਾ ਰਹਿਣਾ ਇੱਕ ਬਾਈ ਸਾਰਿਆਂ ਨਾਲੋਂ ਵੱਡਾ ਨੋਖ ਸੀ ਵੀ ਅਸੀਂ ਨਾ ਉਹ ਦਿਨਾਂ ਚਾ ਕੇ ਖਰਾਕ ਵਾਲੀ ਭਾਰੀ ਪਾਂਦੇ ਕੂਤਰਾਂ ਨੂੰ ਕੀ ਪਾਂਦੇ ਸੀ ਮਾਗਜ ਮੂਜ ਲਾਲਾ ਛੋਲੇ ਵਾਲਾ ਤੇ ਮੋਠ ਲਾਲਾ ਜਦੋਂ ਛੋਲੇ ਮੋਠ ਆਦਿਨਾਂ ਚ ਇਕੱਠੇ ਪਾਦੇ ਕੂਤਰ ਗਲੱchn ਲੱਗ ਜਾਣਗੇ ਦਾਣੇ ਫੇਰ ਕੀ ਕਰਨਾ ਅ ਤੂੰ ਅਸੀਂ ਐਂ ਬੱਸ ਫਿਰ ਮਹੀਨਾ 20 ਦਿਨ ਹਰਿਆਂ ਹੀ ਵਿੱਠਾਂ ਕਰ ਲਾਗ ਜਾਂਦੇ ਦਾਣੇ ਚੋਕਲੇ ਗਲਾਸ਼ ਤੇ ਹੂੰ ਤੇ ਜਿੰਨੀ ਮਿਹਨਤ ਕਰਦੇ ਸਮੇਂ ਉਹ ਤੋਂ ਪੁੱਠਾ ਨੁਕਸਾਨ ਹੋ ਜਾਂਦਾ ਦਵਾਈਆਂ ਦੇਈ ਜਾਂਦੇ ਫਿਰ ਦਵਾਈਆਂ ਦੇ ਕੇ ਕੂਤਰਾ ਫਰਮ ਆੜਿਆ ਜਾਂਦੀ ਸੀ ਹੂੰ ਤੇ ਸੇਹ ਤਾਂ ਕੂਤਰ ਦੇ ਉਹੋ ਜਿਹੀ ਰਹਿੰਦੀ ਨਹੀਂ ਸੀਗੀ ਅੱਛਾ ਐਂ ਫਿਰ ਫਰਕ ਬਦਲੀ ਹੁਣ ਇਹ ਸਾਦੇ ਦਾਣੇ ਪਾਉਣੇ ਬਈ ਸਰੋਂ ਤੋਂ ਕਣਕ ਆਣਾ ਸਾਦੇ ਆਹ ਸੋਣ ਇਹ ਤੋਂ ਗਾਂ ਦਿਨ ਖੁੱਲੀ ਜਾਣਗੇ ਜਿਉਂ-ਜਿਉਂ ਫਿਰ ਚੰਗੇ ਦਾਣੇ ਪਾਵਾਂਗੇ ਪਾਵਾਂਗੇ ਫਿਰ ਫਿਰ ਮਾਗਜ ਪਾਲਣੇ ਹੁੰਨੇ ਸਰੋਂ ਤੋਂ ਤਾਂ ਪਾਉਣੀ ਪਾਉਣੀ ਹੈ ਹੂੰ ਤੇ ਛੁਰਲੇ ਬਸ ਬਸ ਉਹ ਪਾ ਦਿੰਦੇ ਹਾਂ ਤੇ 15 ਜਨਵਰੀ ਤੋਂ ਬਾਅਦ ਹਾਂ ਕੂਤਰ ਕੱਡਾਂ ਤੋਂ 10-15 ਦਿਨ ਪਹਿਲਾਂ ਬਦਾਮ ਪਾਉਣ ਲੱਗੇ ਜਾਂਦੇ ਆ ਅਸਾਂ ਉਦੋਂ ਬਦਾਮ ਪਾਉਂਦੇ ਆ 15 ਦਿਨ ਪਹਿਲਾਂ ਬਨ ਕੇ ਉਦੋਂ ਕਿੰਨੇ ਕ ਪਾਉਣ ਲੱਗ ਜਾਂਦੇ ਆ ਉਦੋਂ ਅਸੀਂ ਯਾਰ ਖੁੱਲੇ ਛੱਡ ਦੁੰਨੇ ਆ ਇਸ ਤੇ ਡੱਕਵੇਂ ਦਾਣੇ ਵੀ ਚੋਕਦੇ ਹਾਂ ਦਾਣੇ ਵੀ ਚੋਕਦੇ ਆ ਹਾਂ ਕੂਤਰ ਦੇ ਆਪਾਂ ਅੰਦਾਜ਼ਾ ਹੁੰਦਾ ਜੀ 5 4 2 1 ਕਿੰਨੇ ਨਹੀਂ ਆ 7 8 ਬਦਾਮਾਂ ਤੋਂ ਸ਼ੁਰੂ ਕਰਦੇ ਆ ਇੱਕ ਕਬੂਤਰ ਦੇ ਬੈਠਿਆਂ ਨੂੰ ਵੀ ਚੋਕ ਲੈਂਦੇ ਬੈਠੇ ਕੂਤਰ 7 8 ਪਾਉਂਦੇ ਆ ਬਾਈ ਚੋਕਦੇ ਆ ਜਮਾ ਚੋਕਦੇ ਆ ਉਹਦਾ ਫਿਰ ਕੋਈ ਨੁਕਸਾਨ ਨਹੀਂ ਨਹੀਂ ਕੋ ਹੋਰ ਚੀਜ਼ ਵੀ ਫਿਰ ਬੈਠਿਆਂ ਨੂੰ ਦਿੰਨੇੋਂ ਕੱਢਣ ਤੋਂ ਪਹਿਲਾਂ ਜਿਵੇਂ ਆਪਾਂ ਕਹਿ ਦਵੇ ਤੇ ਮਾਰੀ ਦੇ ਜਾਂ ਕੋਈ ਹੋਰ ਉਹਦਾ ਯਾਰ ਬਈ ਯਾਰ ਮੇਦੇ ਘੱਲਣੀਆਂ ਕੂਤਰ ਦੇ ਬੈਠੇ ਨੂੰ ਤਾਂ ਕੁਝ ਨਹੀਂ ਦਿੰਦੇ ਅੱਛਾ ਇਹ ਖਰਾਕ ਹੀ ਪਾਉਣੇ ਹੋ ਹਾਂ ਕਿੰਨੀ ਕਣਕ ਦੇ ਵਿੱਚ ਬਾਈ ਕਿੰਨਾ ਕਿੰਨਾ ਸਮਾਨ ਅਸੀਂ ਯਾਰ ਐਂ ਤਾਂ ਕਿਤੇ ਮਿਣਿਆ ਮੂਣੇ ਤਾਂ 68 ਨਰ ਲਾ ਕੇ ਪਾਉਣੇ ਬਸ ਅਜਾ 68 ਕਰ ਲੈਣ ਹਾਂ ਉਹੀ ਬੱਠਲ ਚਾਰ ਲਾ ਲੈ ਸਾਰਿਆਂ ਨੂੰ ਇੱਕੋ ਜਿਹਾ ਦਾਣੇ ਪਾਉਣਾ ਵੱਡੇ ਛੋਟੇ ਨੂੰ ਜਦੋਂ ਲਾ ਲਿਆ ਅੱਗੇ ਆਏ ਸਾਲ ਸਾਡੇ ਗੱਗਿਆ ਰੁੱਤ ਜਾ ਕੇ ਕੂਤਰ ਬਿਮਾਰ ਹੁੰਦੇ ਸੀ ਬਈ ਅੱਛਾ ਆਏ ਸਾਲ ਆ ਕੇ ਬੋਆ ਚੋਕ ਹੋ ਜਾਂਦਾ ਕਬੂਤਰ ਜਿਵੇਂ ਆਪਾਂ ਕਹਿ ਦਿੰਨੇ ਆ। ਬਾਜ ਜਦੋਂ ਗੁੱਡੇ ਖੋਲਦੇ ਸਵੇਰ ਨੂੰ ਸਾਰਾ ਗਲਾਸ ਗਲਾ ਢੇਰ ਲਾਇਆ ਪਿਆ ਹੁੰਦਾ ਸੀ। ਖਰਾਕ ਰੋਕਣ ਲੱਗ ਜਾਂਦਾ। ਹਾਂ। ਬਾਲੇ ਹੈ ਵੀ ਦਾਣੇ ਮੈਂ ਕਹਣਾ ਰੁੱਤ ਜਾ ਕੇ ਨਹੀਂ ਪੋਣੇ ਚਾਹੀਦੇ। ਉਹ ਬੈਠੇ ਰਹਿੰਦੇ ਕਬੂਤਰ ਠੰਡ ਦੇ ਵਿੱਚ ਉਹਨਾਂ ਨੇ ਕਿਹੜਾ ਡਾਰੀ ਮਾਰਨੀ ਕਿਸੇ ਪਾਸੇ ਹਨਾ ਇਹ ਵੀ ਫਰਕ ਪੈਂਦਾ। ਤੇ ਫੇਰ ਬਾਈ ਮੰਨ ਕੇ ਚੱਲੋ ਵੀ ਪਹਿਲੇ ਸਾਲ ਤਾਂ ਹਰੇ। ਹੂੰ। ਉਸ ਤੋਂ ਬਾਅਦ ਫੇਰ ਮਾਨ ਤਾਂ ਛਿੜਕਿਆ ਨਹੀਂ। ਫੇਰ ਬਾਈ ਨੇ ਨੌਕਸ ਕੱਢਣਾ ਸ਼ੁਰੂ ਕੀਤਾ ਜਾਂ ਆਪਦਾ ਦਿਮਾਗ ਕੰਮ ਕਰਨਾ ਜੀ ਵੀ ਯਾਰ ਆਪਾਂ ਤੋਂ ਆਹ ਗਲਤੀਆਂ ਹੋਈਆਂ ਨੇ ਬਾਈ ਤੋਂ ਉੱਲਾ ਰੱਖ ਕੇ ਗੇਮ ਕਰੀਗੇ ਵੀ ਯਾਰ ਬਾਈ ਨੂੰ ਆਪਾਂ ਦੱਸ ਗਏ ਨਾ ਵੀ ਆਪਾਂ ਤਾਂ ਇੰਨੀ ਖਰਾਕ ਪਾਤੀ ਬਾਈ ਆਪਾਂ ਨੂੰ ਗਾਲਾਂ ਨਾ ਕੱਢੇ ਜਾਂ ਐ ਵੀ ਹੋ ਜਾਂਦਾ ਕਿ ਨਹੀਂ ਨਹੀਂ ਬਾਈ ਕੁਝ ਬਾਈ ਨੂੰ ਵੀ ਆਏ ਸੀ ਵੀ ਹੌਲੀ ਹੌਲੀ ਸਾਨੂੰ ਹਜੇ ਤੱਕ ਵੀ ਹੌਲੀ ਹੌਲੀ ਦੱਸਦੇ ਵੀ ਨਵੇਂ ਬੰਦੇ ਆ ਵੀ ਕਿਤੇ ਗਾਹਣਾ ਖੇਡ ਖਿਲਾਰਦੇ ਨੇ ਹੂੰ ਹੌਲੀ ਹੌਲੀ ਸਾਨੂੰ ਦੱਸਿਆ ਬਾਈ ਨੇ ਫਿਰ ਦਾਣੇ ਪਾਣੀ ਤੇ ਸਾਰਾ ਪਰਦਾ ਥੋੜਾ ਥੋੜਾ ਚਣੀ ਕਿ ਹਜੇ ਤੱਕ ਚਣੀ ਇੱਕ ਬਾਈ ਜਿਹੜੀ ਗੇਮ ਆ ਇਹ ਯਾਰ ਇਹ ਕੋਈ ਨਾ ਤਾਂ ਆਲੂ ਬੁਖਾਰੇ ਨਾਲ ਉੱਡਣ ਹੂੰ ਨਾ ਰਸਾਉਂਦੇ ਨਾ ਉੱਡਣ ਹੂੰ ਕਾਜ਼ੇ ਨਾਲ ਨਹੀਂ ਉੜਦੇ ਤੰਦਰੁਸਤੀ ਉੜਦੀ ਹੈ ਹੂੰ ਜੇ ਤੰਦਰੁਸਤੀ ਆਹ ਇਹ ਤੰਦਰੁਸਤੀ ਦਾ ਮੇਲਾਗਾ ਉਹ ਕਬੂਤਰ ਉੜਦੇ ਨਹੀਂ ਉੜਦੇ ਨਹੀਂ ਬਾਈ ਆ ਫਿਰ ਬਿਮਾਰ ਤੇ ਤਾਂ ਗੇਮ ਵੀ ਨਹੀਂ ਕੰਮ ਕਰਦੀ ਉਹ ਕੀ ਕਰਨ ਉਹ ਤਾਂ ਆਪਦੀ ਜਾਨ ਲਗਾਉਂਦਾ ਬਜਰਾ ਉਧਰੋਂ ਲੋ ਚੱਲਦੀ ਏ ਤੰਦਰੁਸਤੂ ਤਾਂ ਗੇਮ ਕੰਮ ਕਰਾ ਖਾਦ ਖਰਾਕ ਪੇਰ ਹੀ ਕੰਮ ਕਰੂਗੀ ਇੱਕ ਵਕਤ ਆਉਣਾ ਜੀ ਹਾਂ ਕੁਝ ਪਾਣੀ ਨਹੀਂ ਆਪਾਂ ਸਹੀ ਗੱਲ ਹੈ ਤੇ ਸ਼ੌਂਕ ਬਾਈ ਕਿਵੇਂ ਸ਼ੁਰੂ ਹੋਇਆ ਕਬੂਤਰਬਾਜੀ ਦਾ ਸ਼ੌਂਕ ਤਾਂ ਵੀਰੇ ਇੱਥੇ ਮੇਰੇ ਚਾਚਾ ਜੀ ਸਾਡੇ ਬਾਦਲ ਸਿੰਘ ਢੱਲੂ ਉਹਨਾਂ ਦੇ ਕਬੂਤਰ ਰੱਖੇ ਸੀ ਬੀਬੀ ਵਾਲਤੀ ਹਾਂ ਬੀਬੀ ਵਾਲਤੀ ਹੋਰ ਕਿਹੜੇ ਕਿਹੜੇ ਕਬੂਤਰ ਬਾਜ਼ ਥੋਡੇ ਪਿੰਡ ਪ੍ਰਾਣੇ ਜੇ ਆਪਾਂ ਕਹ ਲਈਏ ਸਾਡੇ ਹੋਰ ਤਾਂ ਨਹੀਂ ਕੋਈ ਇੰਨੇ ਹੋਏ ਤੇ ਬਸ ਆ ਬਾਦਲ ਚਾਚਾ ਇੱਕ ਬੰਤਾ ਇੱਥੋਂ ਸਾਡੇ ਪਿੰਡੂਆਂ ਬਜ਼ੁਰਗ ਉਹਨਾਂ ਦੇ ਰੱਖੇ ਹੋਏ ਆ ਬਾਜ਼ੀਆਂ ਕੌਣ ਛੱਡਦੀ ਥੋਡੇ ਪਿੰਡ ਤੁਸੀਂ ਬਾਜ਼ੀਆਂ ਤਾਂ ਅਸੀਂ ਛੱਡੀਆਂ ਮੇਰੇ ਚਾਚੇ ਨੇ 2-4 ਛੱਡੀਆਂ ਪਹਿਲਾਂ ਬਸ ਹੋਰ ਕੋਈ ਨਹੀਂ ਛੱਡਦਾ ਹਾਂ ਉਹ ਇਹਨਾਂ ਨਾਲ ਮੈਂ ਬਾਗ ਬੂਗ ਜਾਂਦਾ ਸੀ ਸਾਨੂੰ ਸ਼ੌਂਕ ਸੀਗਾ ਨਿੱਕੇ ਹੁੰਦੇ ਤੂੰ ਹਾਂ ਉਦੋਂ ਵੇਖਣਾ ਕਰਨਾ ਤੇ ਨਾਲ ਤੁਰੇ ਫਿਰਨਾ ਫਿਰ ਹੌਲੀ ਹੌਲੀ ਜਨੂਨ ਜਿਹਾ ਹੋ ਗਿਆ ਵੀ ਆਹ ਤੇ ਘਰੇ ਰੱਖ ਲਈ ਹੂੰ ਹੋਰ ਨਹੀਂ ਕੋਈ ਪੰਡ ਚ ਪਹਿਲਾਂ ਛੱਡਦਾ ਸੀ ਨਾ ਹੋਰ ਨਹੀਂ ਕੋਈ ਛੱਡਦੀ ਚਲੋ ਵਧੀਆ ਦੁੱਧ ਨੂੰ ਜਾਗ ਲਾਇਆ ਗਾਹਾਂ ਦਹੀਂ ਤਾਂ ਜੰਮੂਗਾ ਫਿਰ ਹੂੰ ਹੋਰ ਵੀ ਰੱਖਣਗੇ ਫਿਰ ਤਾਂ ਕਬੂਤਰ ਹੁਣ ਤਾਂ ਬਾਈ ਜਾਣੇ ਨੇ ਹੁਣ ਹਾਂ ਹੁਣ ਬੱਚਾ ਮਿਲਦਾ ਹੀ ਨਹੀਂ ਮਿਲਦਾ ਨਹੀਂ ਆਇਆ ਵੀ ਨਹੀਂ ਮੂੜਦੇ ਕਿਉਂ ਜੀ ਤਾਂ ਹੁਣ ਮੂਹ ਹੀ ਕਰਨੋਂ हट ਗਏ ਜਿਹੜਾ ਗਿਆ ਆਪਣਾ ਹੈ ਨਹੀਂ ਜਿਨੇ ਕੋਈ ਕਰਨ ਉਹ ਨਹੀਂ ਗਵਾਜਦਾ ਬਈ ਉਹ ਵੀ ਠੱਲਾ ਢੁੱਲਾ ਪਾਣਦੇ ਹੋਮਗੇ ਨਹੀਂ ਪਾਈ ਨਹੀਂ ਇਹਦੀ ਜ਼ਮੀਨ ਇੱਕ ਦੇ ਵੀ ਨਹੀਂ ਪਾਈ ਜਿਹੜਾ ਉੱਡ ਗਿਆ ਉਹ ਹੀ ਰੱਖਾਂਗੇ ਘਰੇ ਬਸ ਠੀਕ ਹੈ ਜਿਹੜਾ ਕੋ ਕਰਕੇ ਦੇਖੋ ਉਹ ਜਿਹੜਾ ਬਹਿਰੀ ਲੈ ਗਈ ਜੇ ਉਹਦੇ ਕਰਮ ਨੇ ਉਹਦਾ ਕਰਮ ਆ ਬਈ ਜਿਹੜਾ ਆਪਣੇ ਘਰੇ ਦਾਣੇ ਖਾ ਕੇ ਰਹੇਗਾ ਕੁਛ ਕਰ ਵੀ ਦਊਗਾ ਜਾਂ ਨਹੀਂ ਕਰਨਾ ਉਹ ਐਵੇਂ ਬਾਈ ਅੱਜ ਸੁਣ ਲੱਕਿਆ ਜੇ ਟਾਵਰ ਤੇ ਕਬੂਤਰ ਬਹਿ ਗਿਆ ਜਵਾਕਾਂ ਨੇ ਫੜ ਲਿਆ ਉਹਦੇ ਪਿੱਛੇ ਲੜਨ ਦਾ ਕੀ ਫਾਇਦਾ ਹੂੰ ਉਹਨੇ ਕਰਨੇ ਹੀ ਨਹੀਂ ਕੁਛ ਉਹਨੇ ਬਾਜੀ ਤੇ ਵੀ ਟਾਵਰ ਤੇ ਬੈਠਣਾ ਹੂੰ ਜਾਣ ਲਾਇ ਬਣਾ ਬਾਈ ਜਿੱਤੀ ਨਹੀਂ ਆਂਦੀ ਢੰਡ ਮੁੜੇ ਬਣਾਉਣੇ ਮੋੜਨੇ ਨਹੀਂ ਜ਼ੋਰ ਆ ਪੱਜਾਉਂਦਾ ਬੈਂਦੇ ਆ ਬਾਈ ਅਸੀਂ ਬਾਹਲੀਆਂ ਹਰੇ ਆ ਛੱਡ ਛੱਡ ਦੇ ਇੱਕ ਸਾਰੇ ਤਿਆਰ ਬੇ ਕਰੇ ਵੇ ਕਿਵੇਂ ਜਿਵੇਂ ਹੁਣ ਕੋਈ ਕਈ ਵਾਰੀ ਘਰੋਂ ਨਿਕਲ ਕੇ ਬਾਗੇ ਕਬੂਤਰ ਨਾਲ ਵਾਲੇ ਪਿੰਡੋ ਟਾਵਰ ਤੇ ਬਹਿ ਗਿਆ ਫੜ ਲੈਂਦਾ ਹੂੰ ਉਹ ਦੁਬਾਰੇ ਛੱਡ ਦੇ ਜਦੋਂ 4-5 ਕਰ ਰਹਿ ਕੇ ਮਗਰਲੇ ਚ ਨਾਂ ਜਾਂ ਬੋਲਿਆ ਉਹਦੀ ਪਤਾ ਤੁਰੋਂਦਾ ਟਾਵਰ ਤੇ ਬਹਿ ਗਿਆ ਹੈਂ ਜੋਰ ਲਾਉਂਦੇ ਟਾਈਮ ਲਾਉਂਦੇ ਨਹੀਂ ਮਰੇ ਬਿਨਾ ਬਾਈ ਜਿੱਤੀ ਨਹੀਂ ਆਂਦੀ ਹੂੰ ਕੂਤਰ ਨੂੰ ਤਾਂ ਫਿਰ ਜ਼ੋਰ ਲਾਉਣਾ ਹੀ ਪੈਂਦਾ ਐਂਡ ਵਾਲੇ ਟਾਈਮ 'ਚ ਤਾਂ ਫਿਰ ਲੋਹਾਂ ਜਦੋਂ ਵਗਦੀਆਂ ਉਦੋਂ ਤਾਂ ਫਿਰ ਜ਼ੋਰ ਵਾਲਾ ਕੰਮ ਹੀ ਕਰੂਗਾ ਉਦੋਂ ਜ਼ੋਰ ਵਾਲੇ ਤੇ ਸੁੱਚੇ ਪੈਰਾਂ ਵਾਲਾ ਜਿਹੜਾ ਜਿਹਦੇ ਪੈਰ ਰੱਖਿਓ ਮਾੜਾ ਮੁੰਡਾ ਕਰੇ ਪੈਰ ਮਾੜੇ ਗਿੱਜਿਆ ਹੋਇਆ ਬੱਚੇ ਤੋਂ ਪੈਰ ਮਾੜੇ ਹੋ ਜਾਣ ਫਿਰ ਭਾਈ ਜਿਵੇਂ ਮੰਨ ਕੇ ਚਲੋ ਕੂਤਰ ਕਿਵੇਂ ਜਾਲਾਂ ਜੂਲਾਂ ਤੇ ਬਹਿਣ ਲੱਗ ਜਾਂਦੇ ਆਪਣੇ ਘਰੇ ਹਾਂ ਜਾਂ ਚਵਾਰੇ ਤੇ ਬਹਿ ਗਿਆ ਜਾਂ ਦਰਖਤ ਤੇ ਬਹਿਣ ਲੱਗ ਗਿਆ ਉਹ ਫਿਰ ਛੱਡ ਦੇਣਾ ਚਾਹੀਦਾ ਬਾਜੀ ਤੇ ਜਾਂ ਨਹੀਂ ਨਹੀਂ ਉਹ ਉੱਡ ਜਾਂਦੇ ਕੂਤਰ ਬਈ ਇਹ ਘਰੇ ਵਹਿੰਦੇ ਉਹ ਕਿਵੇਂ ਉਹ ਤਾਂ ਉੱਡ ਹੀ ਜਾਂਦੇ ਆ ਬਸ ਉਹ ਪਤਾ ਨਹੀਂ ਕੀ ਬਾਤ ਸਾਨੂੰ ਉਹ ਵੱਧ ਦੀ ਉੱਡਣ ਵਾਲੇ ਬਾਜੀ ਵੀ ਜੇਤੂ ਉਹ ਉੱਡ ਜਾਂਦੇ ਆ ਉਹ ਟਾਵਰ ਵਾਲਾ ਜੋੜਦਾ ਯਾਰ ਦੇ ਪੈਂਦੀ ਟਾਵਰ ਤੇ ਬਹਿ ਜੇ ਉਹ ਵੀ ਨਹੀਂ ਰੱਖਣਾ ਚਾਹੀਦਾ ਉਹ ਵੀ ਨਹੀਂ ਅਜੇ ਤੱਕ ਤੇ ਛੱਡਿਆ ਛੁੱਡਣਿਆ ਛੱਡੇ ਆ 2 3 ਨਰੀ ਪੰਗਾ ਲਿਆਗਾ ਨਾਕਸਨ ਪਾਦੀ ਉਹਨਾਂ ਨੇ ਬਹਿ ਜਾਂਨ ਉਹ ਜਿਹੜੇ ਘਰੇ ਦਰਾਖ ਦਰੁਖਤ ਤੇ ਬਹਿਨ ਦਾ ਚਵਾਰੀ ਤੇ ਜਾਂ ਜਾਲ ਤੇ ਬਹਿਣ ਲੱਗ ਜਾਂਦੇ ਉਹ ਫਰੁੱਟ ਜਾਂਦੇ ਨਹੀਂ ਆਏ ਤਾਂ ਗੇੜਿਆਂ ਦੇ ਜਿਹੜੇ ਆਪਣੀ ਪੂਛੋਂ ਕੂਤਰੀ ਉੱਡੀ ਆ ਪਹਿਲਾਂ ਤਾਂ ਇੱਥੇ 2 3 ਵਜਾ ਚਵਾਈ ਤੇ ਬਹਿ ਗਈ ਬਾਜ ਵਾਲੀ ਕੂਠੇ ਨੰਬਰ ਦਾ ਹੂੰ ਤੇ ਉਹ ਤੇ ਬਹਿ ਗਈ ਫੇਰ ਆਪਣੇ ਉਹ ਨਵਾਂ ਮਕਾਨ ਪਾਇਆ ਉਹ ਉੱਥੇ ਜਾ ਕੇ ਬਹਿ ਗਈ ਅੱਛਾ ਦੋ ਤਿੰਨ ਥਾਂ ਬਹਿ ਗਈ ਤੇ ਆ ਗੋਰੀ ਆ ਮੁੰਡੇ ਇਹਦੇ ਨਾਲ ਮੇਰੀ ਲਿਆ ਜਾਈ ਦੇ ਪਿੰਡ ਬਾਈ ਸੀ ਹੂੰ ਤੇ ਮੈਨੂੰ ਕਹਿੰਦਾ ਬਾਈ ਕਬੂਤਰ ਵਧਗਾ ਲਿਆਈ ਹੂੰ ਮੈਂ ਖੈਰ ਚੱਲ ਕੋਈ ਨਹੀਂ ਵਧਗਾ ਕਬੂਤਰ ਲਿਆਵਾਂਗੇ ਅਸੀਂ ਕਬੂਤਰ ਸਾਂਭ ਲਿਆ ਹੂੰ ਜਿਹੜਾ ਕਬੂਤਰ ਸਾਂਭ ਲਿਆ ਉਹ ਮੈਂ ਰਾਤ ਨੂੰ 9 ਵਜੇ ਜਦੋਂ ਮੈਂ ਕਬੂਤਰ ਕੋਲੇ ਗਿਆ ਅੰਦਰ ਡੋਲੀ ਜਦੋਂ ਮੈਂ ਗੋਰੀ ਨੂੰ ਫੋਨ ਲਾਵਾ ਮੈਂ ਆਪਣਾ ਕਬੂਤਰ ਨਹੀਂ ਗਾਲੂ ਉੜਦਾ ਯਾਰ ਹੂੰ ਇਹ ਕਹਿੰਦਾ ਕੀ ਗੱਲ ਹੋ ਗਈ ਮਾਖਾ ਵੀ ਆਪਣਾ ਕਬੂਤਰ ਮੈਨੂੰ ਤਾਂ ਸਹੀ ਨਹੀਂ ਲੱਗਦਾ ਅੱਖਾਂ 'ਚ ਨਾ ਸੋਸਤੀ ਆਈ ਵੀ ਮੈਂ ਕਬੂਤਰ ਵੀ ਯਾਰ ਸੋਸਤ ਹੋ ਗਿਆ ਕਬੂਤਰ ਜਿਹੜੇ ਹਿਸਾਬ ਨਾਲ ਭੁੱਖ ਮੰਨਗਾ ਕੋਸੀ ਲਾਲਾ ਹੂੰ ਮੈਂ ਕਬੂਤਰ ਦੇ ਅੱਖਾਂ ਦੱਸਦਿਆਂ ਵੀ ਕਬੂਤਰ ਉੱਡਣਾ ਨਹੀਂ ਹੂੰ ਕਹਿੰਦਾ ਯਾਰ ਬਾਈ ਯਾਰ ਤੂੰ ਤਾਂ ਹੁਣ ਨਾ ਯਾਰ ਫੜਾ ਮਾਰ ਲੈਣਾ ਵੱਡੀਆਂ ਤੇ ਸਾਡੇ ਪਿੰਡਾਂ ਦੇ ਛੱਡਣ ਦਾ ਮਾਰਾ ਕੋਲੀ ਬੈਠਾ ਹੂੰ ਕਹਿੰਦਾ ਹੁਣ ਤੂੰ ਭਾਜਦਾ ਕਹਿੰਦਾ ਹੂੰ ਕਹਿੰਦਾ ਗੱਲਾਂ ਵੱਡੀਆਂ ਕਰਦਾ ਮਾਖਾ ਘਰ ਕਬੂਤਰ ਹੀ ਆ ਆਪਣੇ ਕੋਲ ਘਰੇ ਪੂਰੀ ਉੱਡੀ ਵੀ ਐ ਤੇ ਮਾਰਾ ਜੀ ਛੱਡਾਂਗੇ ਅਸੀਂ ਭਾਈ ਉਸੋਂ ਹੀ ਪਲਟਾ ਕੇ ਕੂਤ ਅੱਧੀ ਬਜੱਦੀ ਜੀ ਉਹ ਜੇ ਕੂਠੀਆਂ ਤੇ ਪੈਂਦੀ ਸੀ ਹਾਂ ਹੂੰ ਰੱਜੀ ਵੀ ਸੀ ਬਦਾਮਾਂ ਦੀ ਤੈਨੂੰ ਮੈਂ ਗੇਮ ਦੀ ਗੱਲ ਦੱਸਦਾ ਘਰੇ ਬਾਹਲੀ ਉੜਦੀ ਸੀ ਹੂੰ 2 ਮਹੀਨਾ ਢਾਈ ਹੋ ਗਏ ਸੀ ਉੜਦੀ ਨੂੰ ਲੋ ਪੈਂਦੀ ਸੀ ਹੂੰ ਤੇ ਜਿੱਦੇ ਕਈਰ ਬਦਾਮ ਤੋਂ ਵੱਧੋਂ ਦੇ ਪਾਸੇ ਡਗ ਡੁਗ ਪੈਂਦੀ ਸੀ ਹੌਲੀ ਹੌਲੀ ਡੋਟੇ ਘਰੇ ਆਉਂਦੀ ਸੀ ਹਾਂ ਹੂੰ ਤੇ ਅਸੀਂ ਭਾਈ ਪਲਟਾ ਕੇ ਤੇ ਬਾਹਤੀ ਹੂੰ ਬਾਹਤੀ ਦੇ ਤੜਕੇ ਤੋਂ ਹੱਥ ਬਦਾਮ ਨਿਕਲੇ ਨਾ ਹੂੰ ਪਾਣੀ ਪੂਣੀ ਦੇ ਤਾਂ ਉੱਤੇ ਤਰੇ ਤਰੇ ਫਿਰੇ ਹੂੰ ਇਹੇ ਜੀ ਸਾਡੇ ਉਹ ਕੰਮ ਸੀਗੇ ਹੂੰ ਤੇ ਇਹ ਤਾਂ ਗੋਰੀ ਦੇ ਪੰਡ ਜਿਹੜਾ ਕਬੂਤਰੇ ਸਾਂਭ ਕੇ ਲਗੇ ਸੀ ਉਹ ਤਾਂ ਬਹਿ ਗਿਆ ਭਾਈ 4 ਵਜੇ ਹੂੰ ਤੇ ਉਹ ਐ ਹੋਇਆ ਗਿਆ ਬੈ ਜਿਵੇਂ ਮਰਨ ਵਾਲਾ ਵੀ ਬਨੇਰੇ ਤੋਂ ਥੱਲੇ ਡਿੱਗੂ ਹੂੰ ਐਨਾ ਔਖਾ ਹੋਈ ਆਵੇ ਬਨੇਰੇ ਦੇ ਕਿਤੇ ਐ ਡਿੱਗ ਪਏ ਕਿਤੇ ਐ ਲੋਟਣੀ ਜੀ ਖਾ ਜੇ ਹੂੰ ਤੇ ਉਹ ਚੱਲ ਮੁੰਡਾ ਨੇ ਲਿਆ ਕੇ ਦੇ ਤਾਂ ਉਹ ਕਬੂਤਰੇ ਆਪਣੀ ਇੱਕ ਬਾਈ ਅਮਰ ਦਾ ਇੱਕ ਆਪਣੀ ਤੇ ਇੱਕ ਹੋਰ ਸੀ ਕਬੂਤਰ ਕਿਸ ਦਾ ਹੂੰ ਤੇ ਆਪਣੇ ਸਾਰਿਆਂ ਨੂੰ ਬਹੁਤ ਡੁੱਡੀ ਹੂੰ ਉਹ ਸਾਰੇ ਨੰਬਰ ਢਾਂਗੀ ਤੇ ਬੈਠੇ ਸਭ ਹੀ ਨਹੀਂ ਸੀ ਉੱਥੇ ਬਦਨਾਮ ਕੱਢੇ ਜਾ ਕੇ ਪੁੱਛੋ ਜਾ ਕੇ ਤਾਂ ਸੱਤ ਧਰਮਸ਼ਾਲਾ ਤੇ ਬਦਨਾਮ ਕੱਢੇ ਬਣਾਏ ਕੁਝ ਵੀ ਨਹੀਂ ਲਾਇਆ ਕੁਝ ਡੱਕਾ ਨਹੀਂ ਲਾਇਆ ਉਹਨੂੰ ਯਾਰ ਉਵੇਂ ਹੀ ਲੱਗੇ ਉਵੇਂ ਹੀ ਲੱਗੇ ਕਿੰਨੇ ਦਿਨਾਂ ਦੀ ਬੰਦੀ ਤੇ ਉਹ ਸੀਗੇ ਘਟੋ ਘਟ ਬਈ 4 ਦਿਨ ਹੋ ਗਏ ਸਨ ਨੇ ਕੋਡੀ ਨੂੰ ਚਰੇ 4 ਦਿਨ ਹੋ ਗਏ ਖਾਤਮ ਹੀ ਹੋ ਕੇ ਆਉਂਦੀ ਸੀ ਜਿੱਦੋਂ ਆਉਂਦੀ 4 ਦਿਨਾਂ ਬਾਅਦ ਉੱਥੇ ਛੱਡਤੀ ਬਾਜੀ ਆ 4 ਦਿਨਾਂ ਬਾਅਦ ਇੱਕ ਹੀ ਰਮਾਣੇ ਛੱਡੇ ਜਮਾ ਅੱਗ ਪੈਂਦੀ ਸੀ ਉਹ ਬ੍ਰੀਲ ਕਿਹੜੀ ਸੀ ਉਹ ਬਾਪੂ ਗੁਰਦੇਵ ਵਾਲੇ ਕਬੂਤਰ ਸੀ ਲਾਲ ਜਿੰਨੀ ਪੀਲੀਆਂ ਦੀ ਬੂੜੀ ਲਾਲ ਜਿੰਨੀ ਕਿੱਥੋਂ ਆਈ ਸੀ ਉਹ ਉਹ ਹੈ ਤਾਂ ਸਾਡੇ ਆਦੇ ਘਰ ਦੇ ਬੱਚੇ ਆ ਉਹ ਪ ਏ ਸਾਲ ਹੋ ਗਏ ਉਹ ਤੇ ਪਿਓ ਦਾਦੂ ਉੱਥੋਂ ਚੱਲੇ ਆਏ ਬੂਤਾਂ ਮਾਣੇ ਘਰ ਅੱਛਾ ਫੇਰ ਨਰਵਾਣੇ ਵਾਲੀ ਗੱਲ ਦੱਸੋ ਫੇਰ ਤੁਸੀਂ ਕਿਵੇਂ ਨਰਵਾਣੇ ਵਾਲੇ ਕੂਤਰੇ ਨਰਵਾਣੇ ਵਾਲਾ ਕੂਤਰਾ ਕਾਲਸਰਾ ਚਿੱਟੀਆਂ ਦਾ ਕਾਕੇ ਵਾਲੇ ਡੱਬਿਆਂ ਦਾ ਭਾਈ ਉਹ ਕਿੱਥੋਂ ਆਏ ਕਾਕੇ ਦੇ ਕੂਤਰੇ ਉਹ ਕੂਤਰੇ ਹੀ ਮੁੱਲ ਲਈ ਸੀ ਕਾਕੇ ਨੇ ਆਪਣੇ ਘਣੀਏ ਵਾਲੇ ਕਰੋ ਕਲੱਬ ਵਿੱਚ ਛੱਡਿਆ ਹੀ ਕੂਤਰਾ ਉਹ ਤਿੰਨ ਨਵੇਂ ਹਾਂ ਨਵੇਂ ਕਿਲੇ ਆਣੇ ਇਹ ਘਣੀਏ ਵਾਲੇ ਕਲੱਬ ਵਿੱਚ ਛੱਡਿਆ ਸੀ ਤੇ ਉਹ ਕੂਤਰੇ ਇੱਥੇ ਤਿੰਨ ਗੋਣੀ ਵਾਲੇ ਮੁੰਡਿਆਂ ਨੇ ਫੜ ਲਏ ਸੀ ਅੱਛਾ ਲੱਭੀ ਹਰ ਗਏ ਨੇ ਵਾਲਿਆ ਉਹਦਾ ਲੱਭੀ ਨੰਗੇ ਆਂ ਦੀ ਤੰ ਨਕੋਣੀ ਵੇਚਦੀ ਤੇ ਉਹਦੇ ਨੇ ਮੇਰੀ ਲਹਾਜ ਵਾਲੀ ਸੀ ਕਹਿੰਦਾ ਚਾਹ ਪੀ ਕੇ ਜਾ ਕਹਿੰਦਾ ਆ ਜਾ ਕਹਿੰਦਾ ਕੋਲ ਦੀ ਲੰਘ ਜੰਨਾ ਜਦੋਂ ਮੈਂ ਗਿਆ ਤੇ ਉਹਨੂੰ ਕੋਈ ਸੀਗਾ ਮੈਨੂੰ ਕਹਿੰਦਾ ਰ ਮੇਰਾ ਕੰਮ ਕਰ ਦੇ ਮਹਰ ਕੰਮ ਤਾਂ ਕਰ ਦੇ ਤਾ ਕੂਤਰ ਤਾਂ ਸਾਨੂੰ ਦਿੰਦਾ ਨਹੀਂ ਹੂੰ ਤੇ ਕਹਿੰਦਾ ਨਹੀਂ ਯਾਰ ਕਾ ਤੂੰ ਜਿਹੜਾ ਚੰਗਾ ਲੱਗਦਾ ਲੈ ਜਾ ਹੂੰ ਤੇ ਮੈਂ ਵੱਡਾ ਕੂਤਰ ਫੜ ਲਿਆ ਕਹਿੰਦਾ ਵੱਡਾ ਤਾਂ ਕੀ ਕਰਿਆ ਕਹਿੰਦਾ ਗੁਰਪੀ ਤਾਂ ਅੰਡੇ ਨਹੀਂ ਧਰਦਾ ਹੂੰ ਲੈ ਕੇ ਆਣਾ ਲੈ ਜਾ ਕਹਿੰਦਾ ਉੱਦੋਂ ਮੈਨੂੰ ਨੇ ਐ ਕਹਿੰਦਾ ਸੀ ਹੱਬਾ ਜੋਆ ਪਿਆ ਸੀ ਹੂੰ ਤੇ ਉਹ ਮਰਿਆ ਲਾਭੀ ਦੇ ਘਰ ਹੀ ਆਵੇਂ ਹਰੇ ਕਹਿੰਦਾ ਮੈਂ ਮੁੱਲ ਲੈ ਕੇ ਮੈਂ ਲੈ ਗਿਆ ਸੀ ਉਹਦੇ ਉੱਚ ਕਾਲਾ ਫੰਗ ਸਿੱਕ ਚਿੱਟੀਆਂ ਅੱਖਾਂ ਦਾ ਸੀ ਤੇ ਇੱਥੇ ਦੋ ਕੁ ਛੱਪੇ ਧੌਣ ਤੇ ਸੀ ਕਾਲਾ ਹਾਂ ਜਿਹੜਾ ਛੁੱਟਿਆ ਸੀ ਕਾਕੇ ਦੇ ਹੱਥ ਦਾ ਉਹ ਸਾਵਾ ਉਹਦੇ ਕੋਲੇ ਸੀ ਕਿਹੜੇ ਸਣ ਚ ਛੁੱਟਿਆ ਸੀ ਉਹਨਾਂ ਇਹ ਤਾਂ ਯਾਦ ਨਹੀਂ ਉਹ ਤੋਂ ਗੁਰਦੇਵ ਕਾਲਾ ਕਲੱਬ ਪੂਰਾ ਚਰਚਾ ਸੀ ਬੜੀ ਨਾ ਹੋਈ ਆਪਾਂ 2004-5 ਦੀਆਂ ਗੱਲਾਂ ਹੋਣ ਆ ਪੁਰਾਣੀ ਗੱਲ ਆ ਠੀਕ ਹੈ ਤੇ ਫੇਰ ਬਈ ਉਹਨੇ ਸਾਨੂੰ ਉਹ ਪੱਠਾ ਦੇ ਤਾ ਉਹ ਕਬੂਤਰ ਦਾ ਹਾਂ ਉਹ ਕਬੂਤਰ ਦਾ ਸਾਵਾ ਪੱਠਾ ਦੇ ਤਾ ਹੂੰ ਤੇ ਅਸੀਂ ਉਹ ਲਿਆਏ ਅਸੀਂ ਉਹਦੇ ਬੱਚੇ ਕਢਾਈ ਡੱਬੇ ਕੱਢੇ ਨੀ ਉਹ ਬਾਈ ਅਮਰ ਨੇ ਸਾਨੂੰ ਡੱਬੀ ਕਬੂਤਰ ਹੀ ਦਿੱਤੀ ਸੀਗੀ ਲਾਲ ਡੱਬੀ ਕਾਕੇ ਵਾਲੇ ਕਬੂਤਰਾਂ ਸਾਨੂੰ ਲਿਖਰਾਈ ਸੀ ਸੋਨੂ ਰੰਗਿਆ ਅੱਛਾ ਕਾਕੇ ਵਾਲੇ ਕਬੂਤਰਾਂ ਨਾਲ ਕਾਕੇ ਵਾਲੇ ਮਿਲਦੇ ਜਿਹੜਾ ਉਹਦੇ ਕੋਲੇ ਬਾਈ ਕਾਕੇ ਵਾਲਾ ਕਬੂਤਰ ਸੀ ਉਹਨੇ ਕਿਹੜੇ ਕਬੂਤਰਾਂ ਨਾਲ ਮੇਲਿਆ ਹੋਇਆ ਸੀ ਉਹ ਉਹ ਵੀ ਉਹ ਮੁੱਲ ਦਾ ਗਰਦੇਵ ਗੁਰਦੂ ਬੰਕਾ ਵਾਲੇ ਕੂਤਰਾ ਨਾ ਕਹਿੰਦਾ ਹੁੰਦਾ ਸੀ ਮੈਂ ਗਰਦੇਵ ਆਂ ਕਲਕੇ ਕੂਤਰਾ ਨਾ ਮਲਾਇਆ ਉਹ ਉਹ ਬਾਈ ਕਾਕੇ ਨਵੇਂ ਕਿਲੇ ਦਾ ਉਹਨੇ ਬਾਬੇ ਗਰਦੇਵ ਵਾਲੇ ਨਾਲ ਮੇਲ ਤੇ ਕੂਤਰੀ ਬਾਬੇ ਗਰਦੇਵ ਵਾਲੀ ਜਿਹੜਾ ਉਹਦੇ ਚੋਂ ਬਲੱਡ ਨਿਕਲ ਕੇ ਆ ਉਹ ਤੁਸੀਂ ਕਾਕੇ ਵਾਲਿਆਂ ਨਾਲ ਹੀ ਫੇਰ ਹੁੰਦਾ ਬਾਈ ਉਹ ਕਾਕੇ ਨਾਲ ਮੇਲ ਤੇ ਫੇਰ ਅੱਛਾ ਫੇਰ ਉਹਦੇ ਬੱਚੇ ਜਿਹੜੇ ਨਿਕਲੇ ਫੇਰ ਉਹਨੇ ਡੱਬੇ ਕੱਢੇ ਤੇ ਇੱਕ ਸਾਡੇ ਘਰੇ ਕੂਤਰਾ ਕੱਢੇ ਕਾਲਾ ਕੰਗਾ ਆਪਣੇ ਤਰੇ ਹਾਂ ਜਦੋਂ ਕਾਲਾ ਸਰਾ ਕੂਤਰਾ ਕੱਢਿਆ ਤੇ ਉਹ ਇੱਥੇ ਮੈਨੂੰ ਨਿੱਕਾ ਕਹਿੰਦਾ ਕਹਿੰਦਾ ਰਵਾਣੇ ਬਾਜੀ ਆ ਮੈਂ ਖਰ ਮੈਨੂੰ ਤਾਂ ਪਤਾ ਨਹੀਂ ਤੇ ਸਾਡੇ ਕੰਮ ਪਹਿਲੇ ਦਿਨੋਂ ਇਹੋ ਜਿਹੀ ਰਹੀ ਐ ਹੂੰ ਇਹ ਕਹਿੰਦਾ ਕੱਲ ਨੂੰ ਬਾਜੀ ਮਖਾਪਾ ਦਾ ਗੇੜੇ ਨਹੀਂ ਪੁਆਏ ਯਾਰ ਕਬੂਤਰ ਦੇ ਹੂੰ ਕਹਿੰਦਾ ਕਾਲ ਸਰਾਜ ਉੱਡਾ ਕਹਿੰਦਾ 4 5 ਘਹੀਂ ਸੀਦ ਪਾਇੰਜ ਦੇ ਕਸ਼ੀਦ ਨਾਲ ਛੱਡੇ ਨਿਕਾ 5 ਘਹੀਂ ਸੀਦ ਨਾਲ ਕਬੂਤਰ ਸਾਡਾ ਮਰ ਗਏ ਜਿੱਤ ਕੇ ਹੂੰ ਉਵੇਂ ਹੀ ਛੱਡਤਾ ਉਹ ਸਾਂਭੇ ਨੂੰ ਉਵੇਂ ਹਾਂ ਇਹ ਯਾਰ ਨਹੀਂ ਸਾਂਭੇ ਸੀ ਕਬੂਤਰ ਜਿਵੇਂ ਦਿਨ ਦੱਸਦਾ ਤੇ ਇਹਨੇ ਮੂੰ ਨੌਕ ਵਜੇ ਕਹਿਤਾ ਕਹਿੰਦਾ ਕੱਲ ਨੂੰ ਰੁਮਾਣੀ ਬਾਜੀ ਐ ਹੂੰ ਕਹਿੰਦਾ ਫਲਾਣੇ ਛੱਡਣਗੇ ਕਹਿੰਦਾ ਆਪਾਂ ਨਾ ਛੱਡ ਲਈਏ ਇੱਕਦਰ ਰਾਤ ਨੂੰ ਹੀ ਦੱਸਿਆ ਮੈਂ ਦੂਜੇ ਦਿਨ ਬਾਜੀ ਹੋਵੇ ਤੇ ਮੈਂ ਉਹਨੂੰ ਆਖਮਾ ਕੀ ਕਰ ਉਹ ਉੱਤਰ ਬਾਈ ਕੱਕੇ ਸੀ ਲਿਜਾ ਕੇ ਉੱਥੇ ਛੱਡਦਾ ਇੱਕ ਤਾਂ ਸਰਬੇਨਾਥਪੁਰੇ ਦਾ ਤੇ ਆਪਣਾ ਤੇ 2:3-3 ਵਜੇ 2 ਕਿ ਸ਼ਾਮਲ ਹੋਈ ਉਹ ਕਬੂਤਰ ਗਰਮੀ ਵਾਲੀ ਰਾਤ ਨੂੰ ਬਸਾਂਤ ਤਾਂ ਬਸ ਇੱਕ ਪਹਿਲਾਂ ਹੀ ਤੇ ਗਰਮੀ ਵਾਲੀ ਪਈ ਤੇ ਕਬੂਤਰ ਸੀਗਾ ਕਰਸਾ ਹੋਇਆ ਵਾ ਕਬੂਤਰ ਬਾਈ ਤਾਂ ਜਿੱਤ ਗਿਆ ਹਮ ਘਰੇ ਆ ਗਿਆ ਜੋਰ ਲਾਣਿਆ ਇੱਕ ਬਾਈ ਇਹੋ ਗੱਲ ਪੁੱਛਦੇ ਆਪਾਂ ਤੇ ਜਿਹੜੇ ਬਾਈ ਕੱਕੇ ਵਾਲੇ ਨਵੇਂ ਕਿਲੇ ਵਾਲੇ ਕਬੂਤਰ ਆ ਉਹ ਇਹ ਬਾਈ ਨੇ ਦੱਸਿਆ ਵੀ ਗਰੀਬ ਬਾਬੇ ਵਾਲੇ ਕਬੂਤਰਾਂ ਜਿਵੇਂ ਪੈਂਦਾ ਹੋਰ ਕਿਹੜੇ-ਕਿਹੜੇ ਕਬੂਤਰਾਂ ਨਾਲ ਲੱਗ ਜਾਂਦੇ ਆ ਉਹ ਕੱਕਾ ਮੁਕਨੀ ਕੱਕੇਲੇ ਕਬੂਤਰ ਅਸਲਨ ਇਹ ਕਿਹੜਾ ਖਾਹ ਕਬੂਤਰ ਸੀ ਰੋਲਡੂਗਾ ਇਹ ਜੀ ਮੁੱਤੀ ਮਰਤੀ ਸੀ ਇਹ ਮੁੱਤਿਆਂ ਨਾਲ ਜਿਹੜੇ ਨੀਲੇ ਡੱਬੇ ਨੇ ਨੀਲੇ ਫਿੱਕੇ ਨੀਲੇ ਜਿਹੜੇ ਡੱਬੇ ਨੇ ਕੱਢਦੇ ਆ ਲਾਲ ਡੱਬੇ ਕੱਢਦੇ ਇਹਨਾਂ ਨਾਲ ਬਿਲਕੁਲ ਤੰਗੇ ਉੜਦੇ ਆ ਜਿਹੜੇ ਇਹਨਾਂ ਨਾਲ ਕਬੂਤਰ ਸੀ ਰੋਲਡੂਗਾ ਪਰਚੋ ਵਾਲਾ ਕਣਣੀ ਵਾਲਾ ਖਾਖਾ ਪੰਜ ਦਿਨ ਰਹਿ ਗਿਆ ਅੱਧਾ ਮੂਲੀ ਬੱਚੇ ਕੱਢ ਗਏ ਉਹਦੀਆਂ ਪੱਟੀਆਂ ਲਿਆ ਕੇ ਫਿਰ ਇਹਨਾਂ ਨੂੰ ਆ ਗਏ ਕਬੂਤਰਾਂ ਨਾਲ ਮਿਲੀਆਂ ਖੀਰ ਨਵੇਂ ਇਹ ਕਿੱਡੇ ਡੱਬੇ ਹੂੰ ਜਿਹੜੀ ਡੱਬੀ ਆਪਣੇ ਕੋਲ ਆਈ ਸੀ ਸੋਨੂ ਕੋਲ ਆਈ ਸੀ ਹੂੰ ਉਹ ਉਹ ਤੇ ਆਹੀ ਉਹਦੀ ਮਾਪਿਆਂ ਦੇ ਤਾਰੀਕੇ ਤੋਂ ਲੀਲਾ ਵਾਲੇ ਨੇ ਹਾਂ ਕਾਕਾ ਬਾਈ ਕਾਕੇ ਵਾਲੇ ਹਾਂ ਜੀ ਉਹਨੇ ਇਹ ਲਾਲ ਡਮੀ ਰੱਖਦੀਆਂ ਸੀ ਹੋਰ ਕਿਹੜੇ ਕਬੂਤਰਾਂ ਨਾਟ ਜਾਂਦੇ ਕਾਕੇ ਬਾਈ ਵਾਲੇ ਕਬੂਤਰ ਜੇ ਮੈਂ ਆਪਾਂ ਕਹਿਣਾ ਫਲਾਨੇ ਨਸਲ ਫਲਾਨੀ ਨਸਲ ਉੱਡ ਜਾਂਦੀ ਆ ਕਾਕੇ ਬਾਈ ਵਾਲੇ ਹੋਰ ਕਿਹੜੇ ਕਬੂਤਰਾਂ ਨ ਉੱਡ ਜਾਂਦੇ ਆ ਇਹ ਹਜ਼ਾਰਾਂ ਵਾਲੇ ਨ ਵੀ ਉੱਡ ਜਾਂਦੇ ਆ ਹਜ਼ਾਰਾਂ ਨਾਲ ਵੀ ਉੱਡ ਜਾਂਦੇ ਆ ਹੋਰ ਇੱਕ ਬਾਬੇ ਗਰਦੇਵ ਵਾਲੇ ਨ ਵੀ ਉੱਡ ਜਾਂਦੇ ਆ ਉਹਨੂੰ ਕਹਣੇ ਕਬੂਤਰਾਂ ਉੱਡਦੇ ਉਹਨੇ ਪੁੰਨੂ ਬਾਬੇ ਉਹਦਾ ਫਿਰ ਕਬੂਤਰ ਜਿਹੜੇ ਬਾਲੇ ਪੜੇ ਨੇ ਤਿੰਨੇ ਨਸਲਾਂ ਹੀ ਪੂਰੀਆਂ ਚੰਗੀਆਂ ਦਾਵੀਆਂ ਵਾਲੀਆਂ ਨੇ ਹਨਾ ਤੇ ਨਹੀਂ ਬੱਚ ਕਹਿੰਦੇ ਬਈ ਫਲਾਨੀ ਨਸਲ ਨਾਲ ਫਲਾਨੀ ਉੱਡਦੀ ਨਹੀਂ ਆ ਵੀ ਹੋ ਜਾਂਦਾ ਵੀ ਪਤਾ ਕੀ ਹੋ ਰਿਹਾ ਸਾਨੂੰ ਤਾਂ ਜਿਹੜੀ ਅਸਲ ਵਧੀਆ ਨਸਲ ਲੱਗੀ ਨਾ ਸਭ ਤੋਂ ਪਹਿਲਾਂ ਵੀ ਜਿਹੜਾ ਸਾਡਾ ਤਜਰਬਾ ਇਹ ਤਾਂ ਜਿਵੇਂ ਹਜ਼ਾਰਾਂ ਦੇ ਕਬੂਤਰ ਤੇ ਪੁੰਨੂ ਕੇ ਵਾਲ ਮੇਲ ਕੇ ਬਾਹਲੇ ਚੰਗੇ ਕਬੂਤਰ ਬਾਹਲੇ ਚੰਗੇ ਕਬੂਤਰ ਖੜਦੇ ਆ ਫਿਰ ਸਾਡੇ ਕੋਲ ਵੱਧ ਡੇ ਕਬੂਤਰ ਜਿੱਥੇ ਜਿੱਥੇ ਵੀ ਭਾਈ ਗਏ ਆ ਜਿਹੜੇ ਜਿਹੜੇ ਮੈਂ ਮੰਨ ਕੇ ਚੱਲੋ ਵੀ ਬਾਦਲ ਗਰੁੱਪ ਆਪਾਂ ਕਹਿ ਦਿੰਨੇ ਆ ਭਾਈ ਜਸਵੀਰ ਬਾਦਲ ਮੋਹਨ ਸਿੰਘ ਬਾਦਲ ਉਹ ਸਾਰੇ ਬੰਦਿਆਂ ਦਾ ਮੰਨਣਾ ਇਹੀ ਆ ਵੀ ਜਿਹੜੇ ਹਜ਼ਾਰਾਂ ਦੇ ਪੁੰਨੂ ਵਾਲੇ ਕਬੂਤਰ ਇਹਨਾਂ ਦਾ ਤੋੜ ਹੈ ਨਹੀਂ ਕੋਈ ਵੀ ਜਸਵੀਰ ਵੀ ਇਹੀ ਗੱਲ ਕਹਿਣਾ ਹੁੰਦਾ ਬਈ ਭਾਈ ਵੀ ਇਹ ਕਬੂਤਰਾਂ ਦਾ ਕੋਈ ਤੋੜ ਹੈ ਚਲੋ ਵਧੀਆ ਗੱਲ ਆ ਬਾਈ ਤੁਹਾਡੇ ਕੋਲ ਤਾਂ ਜਿਵੇਂ ਕਹਿੰਦਾ ਸਾਰੀਆਂ ਨਸਲਾਂ ਵੀ ਹੋਣਗੀਆਂ ਪਜਾਗੀਆਂ ਟੋਪੀਆਂ ਇੱਕ ਬਈ ਆਪਾਂ ਹੋਰ ਗੁਰਪ੍ਰੀਤ ਬਾਈ ਗੱਲ ਕਰਦੇ ਆਂ ਵੀ ਮੰਨ ਕੇ ਚਲੋ ਵੀ ਆਪਣੇ ਬੱਚੇ ਆ ਹੁਣ ਰੁੱਤ ਦੇ ਆਪਾਂ ਕਹਿੰਦੇ ਨ ਵੀ ਰੁੱਤ ਦੇ ਕਢਾਉਣੇ ਚਾਹੀਦੇ ਹਨ ਪੱਟਣੇ ਨਾ ਪੈਣ ਕਿਹੜੀ ਰੁੱਤ ਦੇ ਵਿੱਚ ਬੱਚੇ ਕਢਾਉਣੇ ਚਾਹੀਦੇ ਆ ਜ਼ਿਆਦਾਤਰ ਬੱਚੇ ਤਾਂ ਹੀ ਆਪਣੇ ਆ ਸਾਵਣ ਭਾਦੋ ਚ ਜੋੜੇ ਲੱਗੇ ਹੋਣੀਆਂ ਉਦੋਂ ਲੱਗੇ ਹੋਣਾ ਉਹ ਬਸ ਕਢਾ ਕੇ ਉਗਝਾਏ ਹੋਣ ਉਹ ਰੁੱਤ ਦੇ ਨਿਕਲਣੇ ਆ 6 ਮਹੀਨਾ 1.5 ਮਹੀਨਾ ਘਰੇ ਬੱਚਾ ਡਾਇਆ ਹੋਵੇ 2 ਮਹੀਨੇ ਘੱਟ ਤੋਂ ਘੱਟ ਦਾਇਆ ਹੋਵੇ ਉਹੀ ਉੱਡੂਗਾ ਹੀ ਬਾਹਰ ਜਿਹ ਮਹੀਨਾ ਨੇੜੇ ਮਹੀਨਾ ਜਿਹੜਾ ਘਰੇ ਉੱਡੂਗਾ ਬੱਚਾ ਉਹ ਬਾਜੀ ਉੱਡੂਗਾ ਉਹਦਾ ਬੱਟ ਤੇ ਉਹਨੇ ਜਿਤਨੀ ਜਿਤਨੀਆਂ ਬਈ ਘਰੇ ਛੱਡਦੀ ਬਾਹਰ ਛੱਡਦੇ ਉਹਨੇ ਸਾਰੇ ਰਗੜਦੇ ਨੇ ਕਸ ਬਣ ਜਾਂਦੇ ਹਨ ਜਿਵੇਂ ਹੁਣ ਮੰਨ ਕੇ ਚੱਲ ਬਈ ਕਈ ਬੰਦੇ ਹੁਣ ਸਿਆਲਾਂ ਚ ਵੀ ਹਟਦੇ ਨਹੀਂਗੇ ਬਥੇਰਾ ਕਹਨੇ ਆ ਕੜਾ ਕੜਾ ਬੱਚੇ ਕਹਿੰਦੇ ਅਸੀਂ ਦੋ ਗੜੇ ਪਵਾਲੇ ਚਾਰ ਗੜੇ ਪਵਾਲੇ ਅਸੀਂ ਬੰਦ ਕਰਤੇ ਉਹ ਐਵੇਂ ਵੀ ਰੱਖੀ ਜਾਂਦੇ ਆ ਉਹ ਕਾਮਯਾਬ ਹੋ ਜਾਂਦੇ ਆ ਮੋਡਾਂ ਚ ਜਾਣ ਹੀ ਨਹੀਂ ਬੰਦੀ ਜਾਂ ਬਸ ਉਹ ਡਿੱਗੀ ਡੁੱਗੀ ਜਾਂਦੇ ਆ ਅਸਪੈ ਕੱਢੇ ਜਿਹੜਾ ਬਾਹਲਾ ਓਡਾ ਕਰੇ ਬਾਈ ਸਿੱਧਾ ਉਹ ਕਰੇ ਕਈ ਵਾਰੀ ਜਿਹੜਾ ਕੋਈ ਨਸਲ ਦਾ ਬਾਹਲਾ ਖਰਾ ਉਹ ਭਲਾਂ ਦੀ ਰਿਜ਼ਲਟ ਦੇ ਜਾਂਦਾ ਹੋਵੇ ਦੇ ਜਾਂਦਾ ਉੱਡ ਜਾਂਦੇ ਆ ਲੋਕਾਂ ਕੋਲੇ ਉਸੇ ਭਲੇਖੇ ਚ ਤਾਂ ਫੇਰ ਆਪਾਂ ਹੋਰ ਢੂਆ ਬਾਲਾ ਕਰਾਂਗੇ ਹਾਂ ਸਹੀ ਗੱਲ ਇੱਕ ਵਾਰੀ ਜਿੱਤ ਕੇ ਨਾ ਨਵੇਂ ਹਾਰ ਜਾਂਦਾ ਬੰਦਾ ਟੱਕਰ ਦੇ ਵਿੱਚ ਨਾ ਉਸੇ ਢੂਆ ਹੀ ਕਣਾਉਂਗੇ ਉਹੀ ਆਲੂ ਹਰੇ ਵਾਲੀ ਖੇੜੀ ਆ ਗਈ ਉੱਥੇ ਫਿਰ ਜਦੋਂ ਜਦੋਂ ਲੋ ਜੀ ਪੈਂਦੀ ਇੱਕ ਟਕਾ ਕੇ ਜਿੱਤ ਜਾਂਦਾ ਮੁੜ ਕੇ ਬੰਦਾ ਉੱਥੇ ਹਾਂ ਹਾਂ ਕਿੰਨੇ ਜਿੱਤੇ ਫਿਰ ਸਾਨੂੰ ਦੱਸਿਆ ਸੀ ਡਾਕਟਰ ਨੇ ਰਮਾਣੀ ਵਾਲ ਨੇ ਬਹੁਤ ਚੰਗੀ ਖੇੜ ਸੀ ਕਹਿੰਦੇ ਉਹਨਾਂ ਕੋਲ ਕਿੰਨੀਆਂ ਹਰੇ ਫਿਰ ਆਰਦੇ ਤਾਂ ਨੇਤੀ ਸੀ ਆਲੂ ਖਾਰੇ ਤੇ ਹਾਂ ਆਲੂ ਖਾਰਾ ਨਹੀਂ ਮਿਲਿਆ ਜਾਂ ਖੇੜ ਨਹੀਂ ਫਿਰ ਸਾਰਾ ਕੁਝ ਹੀ ਦੱਸਿਆ ਸਿਆ ਕਨੇ ਦੇ ਵਿੱਚ ਚੰਗੇ ਉੱਡੇ ਵੀ ਸਾਡੇ 2000 ਅੱਛਾ ਉਹ ਫਿਰ ਉਹੀ ਉੱਥੇ ਆ ਗਈ ਨਾ ਜਿੱਦੇ ਬਾਲੀ ਹਾਂ ਉੱਦ ਜਿੱਦੇ ਉੱਡ ਕੋਤੇ ਪੈਸੇ ਮੂੰਹ ਸੇ ਨਹੀਂ ਮਿਲਿਆ ਕਿ ਜਵਾਕਾਂ ਦਾ ਕਿਵੇਂ ਉੱਡ ਜੂਗੇ ਤਾਂ ਸਾਡੇ ਡਾ ਕੇ ਲਿਆਏ ਹੋਣਗੇ ਹੈ ਉਹ ਵੀ ਨਾ ਉੱਡੇ ਹਰਗੇ ਹੋਗੇ ਤੇ ਗੱਲ ਕਰ ਆਪ ਦੇ ਮਨ ਨੂੰ ਖੁਸ਼ੀ ਵੀ ਆਪਣਾ ਉੱਡ ਗਿਆ ਯਾਰ ਮੈਂ ਮੇਰੇ ਮੇਰੇ ਵਿੱਚ ਬੰਦੇ ਐ ਖਿਲਾਫ ਹੋ ਗਏ ਮੈਂ ਅੱਗੇ ਵੀ ਕਲ ਕੇ ਵੀ ਨਵੇਂ ਨਵੇਂ ਬੰਦੇ ਦਾ ਕਬੂਤਰ ਉੱਡ ਜਾਂਦਾ ਹਣਾ ਸਾਨੂੰ ਚੜਨ ਨਹੀਂ ਦਿੱਤਾ ਕੱਪੀਆ ਉਹ ਯਾਰ ਜਦੋਂ ਹੀ ਬੱਟੇ ਪਲੇਅਰ ਦਾ ਕੋਈ ਉੱਡਦਾ ਉਹ ਉਹ ਹੀ ਤੇ ਕਿੰਤੂ ਪਰੰਤੂ ਕਰਦੇ ਨਹੀਂ ਨਾ ਉਹਦਾ ਦੱਪਾਂ ਦੀ ਪਾਣੀ ਤੇ ਜਵਾਕ ਦਾ ਜਿਹੜੇ ਉਹਦੇ ਤੇ ਯਾਰ 100 ਬੰਦਾ ਉਂਗਲ ਖੜੀ ਕਰਦਾ ਕੀ ਗੱਲ ਵੀ ਤਗੜੇ ਤੋਂ ਡਰਦੇ ਹੋ ਤੁਸੀਂ ਨਹੀਂ ਸਟਾਰ ਬਣਾਉਣ ਵਾਲੇ ਹੋ ਬੰਦੇ ਨੂੰ ਤੁਸੀਂ ਹੀ ਉਹਨੂੰ ਸਿੱਧੇ ਰਾਹ ਪਾਉਣ ਵਾਲੇ ਹੋ ਹੁਣ ਜੇ ਅਸਲ ਗੱਲ ਪੁੱਛੀਏ ਪੈੜ ਦੱਬ ਗਿਆ ਆਪਾਂ ਗੱਲਾਂ ਬਹੁਤ ਨਿਕਲਿਆ ਉਹਨੇ ਕਿ ਕਬੂਤਰਬਾਜ਼ੀ ਦੇ ਵਿੱਚੋਂ ਵੀ ਕਿਹਨੇ ਕੀ ਕਰਦਾ ਕੌਣ ਕਿਹਨੇ ਕੀ ਕਰਿਆ ਵੀਰ ਬਣ ਕੇ ਖੇਡ ਨੂੰ ਖੇਡ ਯਾਰੀ ਨੂੰ ਯਾਰੀ ਜਾਰੀ ਖੇਡ ਤੋਂ ਬਾਹਰ ਚਾਹੀਦੀ ਆ ਖੇਡ ਦੇ ਵਿੱਚ ਨਹੀਂ ਜਾਰੀ ਚਾਹੀਦੀ ਵੀ ਜੇ ਆਪਣਾ ਸਟਾਲ ਆ ਗਿਆ ਜਾਂ ਆਪਣਾ ਚੇਲਾ ਆ ਗਿਆ ਜਾਂ ਆਪਣਾ ਮਿੱਤਰ ਆ ਗਿਆ ਆਪਾਂ ਇਹਦਾ ਤਾਂ ਚੱਕੀ ਨਹੀਂ ਕਰਨਾ ਥੰ ਤੱਕ ਆਪਾਂ ਉਹ ਚੀਜ਼ ਨਾ ਰੱਖੋ ਪੁੱਤਰ ਖੇਡ ਅਲੱਗ ਜਾਰੀ ਅਲੱਗ ਅਗਲੇ ਰੋਟੀ ਖਵਾਉ ਚਾਹ ਪਿਓ ਬਾਈ ਵਾਲੀ ਗੱਲ ਕਿੰਨਾ ਦੁੱਖ ਲੱਗਦਾ ਜੀ ਫਿਰ ਬਾਈ ਜਦੋਂ ਆਏ ਹੋ ਜਾਂਦੇ ਦੁੱਖ ਕੇ ਘਰੇ ਆ ਕੇ ਇਹਨਾਂ ਦੇ ਕੂਤਰੀ ਛੱਡਦੇ ਗਏ ਹਾਂ ਹਾਂ ਹੀ ਨਿਕਲਦੀ ਉਹ ਮਨ ਚੋਂ ਤਾਂ ਵੀ ਯਾਰ ਘਰਦਾਂ ਨੇ ਵੀ ਗਾਣਾ ਵੀ ਐਵੇਂ ਮੱਥਾ ਮਰਿ ਜੈਨੋ ਵੀ ਥੋੜੀ ਨਹੀਂ ਪੋਗਦੀ ਵੇ ਗੈਂਗ ਹੁੰਦਾਗਾ ਵੀ ਗੈਂਗ ਦਾ ਕੰਮ ਆ ਹੁਣ ਇਹਨਾਂ ਦਾ ਐ ਹੁੰਦਾਗਾ ਘਰਦਾਂ ਨੂੰ ਵੀ ਨਹੀਂ ਪਤਾ ਉਹ ਗੱਲਾਂ ਦਾ ਵੀ ਥੋਨੂੰ ਕਿਥੇ ਜਵਾਕਾਂ ਨੂੰ ਜਿੱਤਣ ਦਿੰਦੇ ਆ ਗਰੁੱਪਵਾਦੀ ਬਣਦੇ ਆ ਗਰੁੱਪਵਾਦੀ ਹੁੰਦੀ ਹੈ ਇਹਨਾਂ ਦੀ ਆਪ ਦੇ ਛੱਡ ਛੁੱਟ ਕੇ ਜਿੱਤ ਲੈਂਦੇ ਕਹਿੰਦਾ ਸਾਡੀ ਵਿਲੇ ਉੱਡੀ ਕੂਤਰੀ ਸ਼ਾ ਅੱਖੀ ਲਾਲਚ ਮੇਰਾ ਕਿਹੜੇ ਵਿਲੇ ਸਾਡੇ ਕੋਲੇ ਵਿਲਾ ਆ ਇੱਧਰ ਜੀ ਮੰਦਾ ਹਾਂ ਤੇ ਇੱਕ ਤਾਂ ਸਾਡੇ ਬੰਨੀ ਆ ਇੱਕ ਲੁਧਿਆਣੇ ਚਾ ਵਿਲਾ ਨਹੀਂ ਛੋਡੇ ਕੰਨੀ ਵਾਲਾ ਹੀ ਹੈ ਉਹ ਹੀ ਵਿਲਾ ਅੱਛਾ ਉਹ ਫਿਰ ਤਾਂ ਆਪਣੇ ਵਾਲਾ ਹੀ ਆ ਅੱਛਾ ਉਹ ਹੀ ਵਿਲਾ ਤੇ ਉਹ ਛੋਟੇ ਸੀ ਅਸੀਂ ਮੇਰੇ ਚਾਚੇ ਬਾਦਲਾਂ ਅੰਕਲ ਨਾਲ ਗਏ ਸੀ ਇੱਥੇ ਉਹ ਇੱਧੇ ਘਰੀ ਸਾਡੇ ਉਦੋਂ ਬੁਝਾਈ ਸੀ ਬੱਚੇ ਹੂੰ ਤਾਂ ਅੰਕਲ ਦੇ ਘਰੋਂ ਛੱਡੀ ਕੂਦਰੀ ਅਸੀਂ ਤੇ 85 ਗਏ 87 ਕੂਤਰ ਸੀ ਬਈ ਹੂੰ ਤੇ ਸਾਢੇ 6 ਵਜੇ ਜਮਾ ਕੱਲੀ ਫਰਦੀ ਸੀ ਤੇ ਪੰਜੀ ਨਹੀਂ ਦਿੱਤੀ ਉਹਨਾਂ ਨੇ ਸੋਨੇ ਸਾਡੀ ਕੂਦਰੀ ਫੜ ਲਈ ਕਿਹੜਾ ਕਹੇ ਜਿਆ ਦਿਨ ਸੀ ਉਦੋਂ ਦਿਨ ਪੂਰਾ ਪਹਾੜਾ ਸੀ ਜਿੰਨੇ ਕਹੇ ਕਿਹੜੇ ਮਹੀਨੇ ਦੀ ਬਾਜੀ 88 ਕੂਤਰ ਸੀ ਬ ਅਸੇ ਕਿੰਨੇ ਵਜੇ ਕੱਲੀ ਰਹਿ ਗਈ ਸਾਢੇ 5 6 ਵਜੇ ਜਮਾ ਕੱਲੀ ਬਾਈ ਜੂਨ ਦੀ ਹਾਂ ਕਿਹੜੇ ਖੇੜ ਤੇ ਸੰਭੀ ਫਿਰ ਉਹਦੋਂ ਖੇੜ ਖੂੜ ਤਾਂ ਬਸ ਐਸੀ ਵੈਸੀ ਸੀਗੀ ਬਾਈ ਮਾੜਾ ਮੋਟਾ ਜਿਵੇਂ ਕੋਈ ਦੱਸਿਆ ਕਰੇ ਸੀ ਉਵੇਂ ਹੀ ਛੱਡੀ ਸੀ ਕਿੰਨੇ ਕੁ ਬਦਾਮ ਦੇਤੇ ਸੀ ਬਦਾਮ ਉਹਨੂੰ ਢਾਈ ਦਿੱਤੇ ਸੀ ਬਸ ਆਲੂ ਖਾਰੇ ਤੇ ਆਲੂ ਖਰਾ ਲਾਇ ਕਿੰਨੇ ਵਜੇ ਤੇ ਉਹ ਜਦੋਂ ਬਸ ਬਦਾਮ ਤੋਂ ਖਿੱਚ ਖੁੱੱਚ ਗਈ ਉਹਦੇ ਦਿੱਤਾ ਸੀ ਕਿੰਨੇ ਪਾਣੀ ਚ ਭੋਂਤਾ ਸੀ ਆਲੂ ਖਰਾ ਆਏ ਨਹੀਂ ਹੁਣ ਸਾਢੇ 7 ਤੱਕ ਬਸ ਜਬਲੀਆਂ ਵਾਲਾ ਆਉਹ ਜਿਹੜੀ ਗੱਲ ਪੁੱਛਣੀ ਹੈ ਉਹ ਤਾਂ ਦੱਸਣੀ ਨਹੀਂ 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 ਯਾਰ ਨੂੰ ਜਹਾਦ ਹੀ ਨਹੀਂ ਕਿੰਨੇ ਵਜੇ ਕਬੂਤਰ ਸਹੀ ਆਪਾਂ ਕਹਿੰਦੇ ਲੋ ਵਾਲੀ ਬਾਦੀ ਆ ਕਿੰਨੇ ਵਜੇ ਕਬੂਤਰ ਦਾ ਪੋਟਾ ਖਾਲੀ ਹੋ ਜਾਣਾ ਚਾਹੀਦਾ ਲੋ ਵਾਲੇ ਦੇ ਵਿੱਚ ਬਈ 1:00 ਵਜੇ ਉਹ ਰੈਸ਼ ਨਾ ਹੋਵੇ ਉਹਦੇ ਪੋਟੇ ਚ ਕਬੂਤਰ ਯਾਰ ਬਾਈ ਗੱਗਿਆ ਘਰੇ ਨਾ ਡਾਇ ਦੇ ਸਿਰ ਤੇ ਹਮ ਜਿਵੇਂ ਹੁਣ ਸਾਡੇ ਕਬੂਤਰ ਹਮ ਸਾਡਾ ਹੁਣ ਜਿਹੜਾ ਅੱਜ ਦੀ ਘੜੀ ਸਾਡੇ ਕਬੂਤਰ ਉੱਡਣ ਲੱਗਾ ਸਾਡਾ 5:00 6:00 ਬਰਾਮਾ ਥੱਲੇ ਕਬੂਤਰ ਨੇ ਉੱਡ ਹਮ ਕਿੰਨੇ ਵਜੇ ਸੀ ਬਾਈ ਦਵਾਈ ਅਸੀਂ ਲੀਵਰ ਦਾ ਬਾਲਾ ਧਿਆਨ ਰੱਖਦੇ ਕਿੰਨੇ ਵਜੇ ਖੱਟ ਜਾਂਦਾ 5:00 6:00 ਸਾਡਾ ਜੇ ਅਸੀਂ 5:00 6:00 ਬ ਕੱਚੇ ਜਾਂਦਾ 11:00 ਵਜੇ ਦੇ ਨੂੰ ਸਭ ਕਾੜ ਦੂਗਾ ਤੇ ਮੋਟੀਆਂ ਵਿੱਠਾਂ ਕਰਨ ਕੂਤਰਾਂ ਨੇ ਪੂਰਵਾ ਹੂੰ ਕਿੰਨੇ ਵਜੇ ਪਾਣੀ ਵਾਲੀਆਂ ਵਿੱਠਾਂ ਮਾਰਨ ਲੱਗ ਜਵੇ ਕੂਤਰ ਲੋ ਵਾਲੇ ਦਿਨਾਂ ਚ ਉਹ ਤਾਂ ਜਦੋਂ ਬਾਈ ਯਾਰ ਪਾਣੀ ਦੇਣ ਲੱਗ ਉਹਨੇ ਪਾਣੀ ਵਾਲੀਆਂ ਮਾਰ ਲੱਗ ਜਣੇ ਬਸ ਉਹ ਰਹਿਸ਼ ਖਤਮ ਕਰ ਜੂਗਾ ਉਹ ਤਾਂ ਰਹਿਸ਼ ਖਤਮ ਕਰ ਜਾਂਦਾ ਠੀਕ ਸਾਡਾ ਇਹ ਕਿ ਦਿਉਣ ਛੱਡਿਆ ਸੀ ਸੀਬਦੰਮਾ ਤੇ ਸੀ ਕੂਤਰ ਹੂੰ ਤੇ ਸ਼ਾ ਅੱਖਾ ਬਾਹਲਾ ਉੜਦਾ ਹੀ ਘਰੇ ਹੂੰ ਉਹ ਪੂਰੇ ਅੱਗ ਪੈਂਦੀ ਜੇ 3-3 ਵਜੇ ਬੋਡੀ ਖੇਡ ਤਾਂ ਫਿਰ ਅਗਲਾ ਸਮਝ ਹੀ ਨਹੀਂ ਸਕਦਾ ਬਾਈ ਜਿਹੜੇ ਹਿਸਾਬ ਨਾਲ ਫਿਰ ਤੁਸੀਂ ਦਸੀ ਜਨਾ ਹੁਣ ਤਾਂ ਇੱਕ ਡੇੜ ਇੱਕ ਡੇੜ ਦੀ ਖੜੀ ਜਾਂਦੇ ਬੰਦੇ ਵਿੱਚ ਅਸੀਂ ਬਥੇਰਾ ਢੂਆ ਘਟਾਇਆ ਤੁਹਾਨੂੰ ਦੱਸੀ ਤੈਨ ਵੀ ਇੱਕ ਅੱਤੇ ਉੱਡੇ ਜਿਹੜਾ ਲੂਖਾਰੇ ਲਾਲਾ ਛੜਦੇ ਰਿਹਾ ਪਹਿਲਾਂ ਦੋ ਗਰਾਮ ਦੇਲੇ ਡੂੜ ਦੇਲੇ ਢਾਈ ਦੇਲੇ ਇੱਕ ਕੁੱਡੀ ਸੀ ਉਹ ਉੱਡੇ ਪੰਜੀ ਕੀ ਦੇਖੀ ਕਬੂਤਰ ਕੀ ਦੇ ਕੇ ਸਾਹਮਣੇ ਨਮੀ ਟੈਂਪਰੇਚਰ ਜਾਂ ਕੀ ਚੀਜ਼ ਇਹ ਜੇ ਨਮੀ ਦਾ ਬਹੁਤ ਵੱਟਾ ਪੈਂਦਾ ਕਿਵੇਂ ਜੇ ਹਵਾ ਸਿੱਲੀ ਆ ਤਾਂ ਨਮੀ ਆ ਤੇ ਧੁੱਪ ਕਿੰਨੀ ਤੇਜ਼ ਆ ਕਬੂਤਰ ਲੰਬੇ ਉੱਡੇ ਜਾਂਦੇ ਨਮੀ ਵੱਧ ਹੋਵੇ ਹਾਂ ਜੇ ਨਮੀ ਵੱਧ ਹੋਵੇ ਫਿਰ ਚਾਹੇ ਟੈਂਪਰੇਚਰ ਕਿੰਨਾ ਹੀ ਹੋਵੇ ਕਿੰਨਾ ਹੀ ਹੋਵੇ ਯਾਰ ਨਵੀਂ ਦੀਪ ਪੈਣਾ ਖੜਾ ਜਾਵੇ ਦੌਰਾ ਪੈਂਦਾ ਹੋਵੇ ਚਾਹੇ ਧੁੱਪੇ ਖੜੇ ਹੋਣ ਉਹ ਪਰ ਨਵੀਂ ਆ ਜੀ ਨਵੀਂ ਵਾਤਾ ਉੱਡਣਗੇ ਬਾਈ ਉੱਦੇ ਉੱਦੇ ਦਿਨ ਨੂੰ ਉੱਡਣਗੇ ਉੱਦੇ ਦਿਨ ਸਿੱਧੇ ਹੋਣਗੇ ਉਹੀ ਹਵਾ ਚ ਪਾਣੀ ਹੁੰਦਾ ਆ ਹਵਾ ਹਵਾ ਖਿੱਚਦੇ ਆ ਬਸ ਹਵਾ ਚ ਉਹੀ ਸੈੱਲ ਲੈਂਦੇ ਆ ਹਵਾ ਜੋਂ ਹਵਾ ਚ ਸੈੱਲ ਲੈ ਖਰਾਕ ਵੀ ਪੂਰੀ ਕਰ ਦਿੰਦੇ ਆ ਯਾਰ ਪੂਰਾ ਕਰ ਜਿੱਦ ਦੇ ਖਖਰਾਏ ਦੇਣ ਹੋਗਾ ਖੁਸ਼ਕ ਜਾ ਉੱਦੇ ਤਨ ਨਵੇਂ ਨੂੰ ਪਤਾ ਹੀ ਨਹੀਂ ਕਿੱਧਰ ਤੁਰਿਆ ਆਉਂਦਾ ਬਹਿਗਾ ਕਿੰਨੀ ਨਵੀਂ ਤੇ ਕਿੰਨੀ ਨਵੀਂ ਤੇ ਜਾ ਕੇ ਪੜਾਕੇ ਪੈਣ ਲੱਗ ਜਾਂਦੇ ਦੋ ਤਿੰਨ ਬਾਈ ਦਿਨ ਨੂੰ ਨਵੀਂ 10 12 ਤੇ ਦਾ ਖੇਡ ਨੇ ਖਿੰਡਦੀ ਹੈ ਉਹਦਾ 2 ਵਜੇ ਪੜਾ ਕੇ ਪੈ ਜਾਂਦੇ ਹਾਂ ਉਹਦੇ ਬਾਦਾਂ ਵੀ ਫਿਰ 5 6 ਦੰਦੇ ਉਹਨੇ ਉਹਦੇ ਮਾੜਾ ਮੋੜਾ 2 1 2 ਘੱਟ ਕਰ ਲਈਦੇ ਏਡਾ ਨਕਦਾ ਜਾਂ ਕਰ ਦਿੰਦਾ ਨਾ ਉਹਦੇ ਬਾਅਦ ਬਾਜੀ 2 2.5 ਵਜੇ ਮੁੱਕ ਜਾਨੀ ਹੁੰਦੀ ਹੈ 2 2 ਵਜੇ ਹੂੰ ਭਾਈ ਇੱਕ ਗੱਲ ਹੱਥ ਤੁਹਾਨੂੰ ਹੋਰ ਦੱਸ ਦਈਏ ਕਈ ਬੰਦੇ ਹੁਣ ਦੇਖ ਕੇ ਕਹਿਣਗੇ ਵੀ ਐਡਾ ਸੁਪਰਸਟਾਰ ਪਲੇਅਰ ਕੋਲੇ ਬੈਠਾ ਵੀ ਬਾਈ ਨਾਲ ਗੱਲ ਨਹੀਂ ਕਰੀ ਤੇ ਇੱਕ ਤਾਂ ਬਾਈ ਦੇ ਪ੍ਰੋਬਲਮਾਂ ਕਰਨ ਦੇ ਵਿੱਚ ਥੋੜੀ ਜੀ ਸਾਡੀ ਤਾਂ ਇੱਕ ਗੱਲ ਬਾਤ ਹੀ ਆ ਸਾਰੇ ਜਿਵੇਂ ਕਹਿੰਦੇ ਗੱਲ ਕਰਦੀ ਰਹਿੰਦੇ ਹਫਤੇ ਚੱਕ ਦੋ ਵਾਰੀ ਬਾਈ ਦਾ ਨਾ ਥੋੜੀ ਜੀ ਪ੍ਰੋਬਲਮ ਚੱਲਦੀ ਹੈ ਬਾਈ ਅਮਰੀ ਦੇ ਬੇਗਲੇ ਦੇ ਤੇ ਬਾਈ ਕਹਿੰਦਾ ਵੀ ਦੋ ਤਿੰਨ ਦਾ ਮਹੀਨੇ ਰੁਕ ਜਾ ਵੀ ਸੈਟਿੰਗ ਹੋ ਜਾਂਦੇ ਦਵਾਈ ਚੱਲਦੀ ਹੈ ਬਾਈ ਦੀ ਪਹਿਲਾਂ ਕੋਈ ਤਾਲ ਮੇਲ ਸਾਡਾ ਬਣਿਆ ਨਹੀਂ ਗਿਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਤਾਂ ਮੌਸਮ ਲਾ ਲੋ ਉਸ ਤੋਂ ਪਹਿਲਾਂ ਬਾਜੀਆਂ ਬੋਰੀਆਂ ਦਾ ਹੋਰ ਹੁੰਦਾ ਹੀ ਹਨ ਤੇ ਉਹਦੇ ਕਰਕੇ ਆ ਬਾਈ ਨੂੰ ਥੋੜਾ ਜਿਆ ਜਾਨੀ ਕਿ ਹਜੇ ਘੱਟ ਸੁਣ ਦਾ ਘੱਟ ਆ ਉਹਦੇ ਕਰਕੇ ਆ ਪਤਾ ਗੱਲਬਾਤ ਘੱਟ ਕਰਦਾ ਕਿਉਂਕਿ ਬਾਈ ਕਹਿੰਦਾ ਮੇਰੇ ਵੀ ਤਕਲੀਫ ਹੁੰਦੀ ਹੈ ਕੰਨ ਦੇ ਵਿੱਚ ਜਦੋਂ ਮੈਂ ਬੋਲਦਾ ਤੇ ਆਪਾਂ 2 ਮਹੀਨੇ ਤਾ 3 ਮਹੀਨੇ ਰੁਕ ਜੋ ਵੀ ਆਪਾਂ ਬਾਈ ਨਾਲ ਖੁੱਲੀਆਂ ਦਿਲ ਖੋਲ ਕੇ ਪੂਰੀਆਂ ਵਧੀਆ ਗੱਲਾਂ ਕਰਾਂਗੇ ਜੇ ਉਦੋਂ ਪਹਿਲਾਂ ਕੋਈ ਸੈਟਿੰਗ ਹੁੰਦੀ ਹੋਈ ਬਾਈ ਦੀ ਹਨਾ ਉਦੋਂ ਪਹਿਲਾਂ ਲੋਟ ਹੋ ਗਿਆ ਤਾਂ ਉਦੋਂ ਪਹਿਲਾਂ ਆਪਾਂ ਇੰਟਰਵਿਊ ਕਰਾਂਗੇ ਬਾਈ ਨਾਲ ਆਪਣਾ ਵਾਧਾ ਹੋਇਆ ਵਿਆ ਤੇ ਤੁਹਾਨੂੰ ਵੀ ਪਤਾ ਵੀ ਆਪਾਂ ਬਾਈ ਦੇ ਕੂਤਰ ਪੂਰੇ ਤੈਹ ਤੋੜ ਕੇ ਡਾਏ ਆ ਜਿੰਨੇ ਵੀ ਡਾਏ ਆ ਤੇ ਦੇਖਣ ਵਾਲੇ ਬੰਦੇ ਨੂੰ ਮੈਂ ਕਹਿਣਾ ਵੀ ਕਈ ਵਾਰੀ ਕਮੈਂਟ ਕਰਨ ਲੱਗ ਜਾਂਦਾ ਵੀ ਯਾਰ ਨਾਲ ਦੇ ਨੂੰ ਉਹਨੇ ਨਾਲ ਨਹੀਂ ਗੱਲ ਕਰੀ ਉਹਦੇ ਨਾਲ ਨਹੀਂ ਕਰੀ ਉਹ ਬੰਦਿਆਂ ਖਾਤਰਾ ਵੀ ਮਜਬੂਰੀਆਂ ਹੁੰਦੀਆਂ ਹਰ ਇੱਕ ਬੰਦੇ ਦੀ ਹਨ ਤੇ ਇੱਕ ਬਈ ਆਪਾਂ ਹੋਰ ਗੱਲ ਕਰੀਏ ਵੀ ਯਾਰਾ ਤੋਂ ਹੁਣ ਖੇਡ ਕਿਹੜੀ ਵਧੀਆ ਲੱਗੀ ਪਾਣੀ ਵਾਲੀ ਆਲੂ ਬਖੇਰ ਵਾਲੀ ਜਾਂ ਰਸਾਉਂਦ ਵਾਲੀ ਨਹੀਂ ਸਾਨੂੰ ਹੁਣ ਗੇਮ ਸਾਡੇ ਜਿਹੜੇ ਬਾਈ ਅਮਰ ਨੇ ਦੱਸੀ ਸਾਨੂੰ ਪਾਣੀ ਵਾਲੀ ਉਹੀ ਗੇਮ ਪਾਣੀ ਆ ਤੇ ਚਿੱਲਾ ਪਾਣੀ ਆ ਚਿੱਟਾ ਦੋ ਤਰ੍ਹਾਂ ਦਾ ਪਾਣੀ ਆ ਇੱਕ ਤਾਂ ਹੀ ਬਰਮ ਤੋਂ ਪਹਿਲਾਂ ਦਿਨ ਇੱਕ ਰਾਤ ਨੂੰ ਦਿੰਦੇ ਆ ਬਰਮ ਤੋਂ ਪਹਿਲਾਂ ਕਿ ਦੁਪਹਿਰੇ 3 ਕ ਵਜੇ ਸਵੇਰੇ 2:30 ਵਜੇ ਦੇ ਦੇ ਬਸ ਉਹ ਵੀ ਉਨਾ ਹੀ ਦਿੰਦੇ ਆ ਹਾਂ ਇੱਕ ਦੋ ਜੁੰਡ ਨੇ ਉਹ ਕਿਹੜੇ ਜਗਾ ਪਾਣੀ ਕਿਹੜਾ ਜਿਹੜਾ ਸਵੇਰੇ ਦਿੰਨ ਉਹ ਕਿਹੜਾ ਲਾਲ ਚਿੱਟੇ ਰੰਗ ਦਾ ਉਹ ਚਿੱਟਾ ਗਾ ਹਾਂ ਜੇ ਰਾਤ ਨੂੰ ਦਿੰਨ ਉਹ ਖਾਕੀ ਜੰਮ ਪੀਲਾ ਕਹਿੰਦੇ ਨੇ ਕੋਕਾ ਕੋਲਾ ਜਿਹਾ ਭੋਂਤੇ ਤੋਂ ਪੀਲਾ ਜਾ ਹੋ ਜਾਂਦਾ ਹਾਂ ਹਣਾ ਹਾਂ ਜਿਹੜਾ ਚਿੱਟਾ ਜਾ ਉਹ ਵੀ ਪੀਲਾ ਜਾ ਹੀ ਹੁੰਦਾ ਹਲਕਾ ਪੀਲਾ ਜਾ ਹੋ ਜਾਂਦਾ ਨਹੀਂ ਉਹ ਤਾਂ ਚਿੱਟਾ ਹੀ ਰਹਿੰਦਾ ਬਸ ਭੋਂਤੇ ਤੋਂ ਵੀ ਹਾਂ ਇਹ ਕੱਚੀ ਲੱਸੀ ਹੁੰਦੀ ਆਏ ਹੁੰਦਾ ਦੁੱਧ ਜਾ ਚਿੱਟਾ ਜਾ ਹੋ ਜਾਂਦਾ ਹਾਂ ਠੰਡਾ ਕਿਹੜਾ ਵੱਧਦਾ ਸਵੇਰ ਵਾਲਾ ਜਾਂ ਰਾਤ ਵਾਲਾ ਠੰਡਾ ਤਾਂ ਪਾਣੀ ਹੁੰਦੇ ਨਹੀਂ ਨਹੀਂ ਕੰਮ ਤਾਂ ਤੁਹਾਨੂੰ ਆਪ ਨੂੰ ਤਾਂ ਪਤਾ ਹੀ ਹੋਣਾ ਨਹੀਂ ਠੰਡਾ ਹੁੰਦਾ ਨਹੀਂ ਹੁੰਦਾ ਗੱਗਾ ਉਹ ਤਾਂ ਸਾਰੇ ਐਵੇਂ ਭਗਾਈ ਏ ਯਾਰ ਮੈਨੂੰ ਹੋਰ ਕਿਉਂ ਲੱਗਦਾ ਪਾਣੀ ਹਾਂ ਪਾਣੀ ਕਿਉਂ ਲੱਗਦਾ ਕਬੂਤਰ ਪਾਣੀ ਦਾ ਰੁੱਤ ਦੇ ਹਿਸਾਬ ਨਾਲ ਲੱਗਦਾ ਲੋ ਤੇ ਠੰਡੇ ਦੇ ਨਾਲ ਹਿਸਾਬ ਨਾਲ ਅਪਰੋਹੀ ਆਪਾਂ ਕਹਿ ਦਿੰਨੇ ਆ ਵੀ ਜਿਹੜਾ ਲੋ ਚ ਲੱਗਦਾ ਠੰਡਾ ਹੀ ਹੁੰਦਾ ਉਹ ਨਹੀਂ ਲੋ ਠੰਡਾ ਨਹੀਂ ਹੁੰਦਾ ਪਾਣੀ ਜਿਹੜਾ ਲੋ ਚ ਕਬੂਤਰ ਨੂੰ ਅੰਦਰੋਂ ਬਾਹਰ ਨਾ ਲਾਵੇ ਟਾਈਮ ਨਾਲ ਛੇਤੀ ਉਹ ਕਰੇ ਪਾਣੀ ਉਹ ਕਬੂਤਰ ਠਰੂ ਵੀ ਜਾਦੇ ਤੇ ਉਹ ਲੋ ਚ ਉੱਡੂ ਵੀ ਜਿਆਦੇ ਉਹੀ ਗੱਲ ਕਹਿਣਾ ਵੀ ਠਰ ਤਾਂ ਮਤਲਬ ਇਹ ਹੋ ਗਿਆ ਵੀ ਠਰਨ ਨਾਲ ਦੀ ਗੱਲ ਹੋਰ ਆ ਜਿਹੜਾ ਅੰਦਰੋਂ ਕਬੂਤਰ ਨੂੰ ਖੋਲਣਾ ਜਾਂ ਜਲਾਵ ਜਰੂਰ ਲਾਉ ਦਾ ਟੈਪ ਲਾਉਣਾ ਉਹ ਗੱਲ ਹੋਰ ਉਹ ਪਾਣੀ ਠੰਡਾ ਨਹੀਂ ਕਰਦਾ ਪਾਣੀ ਪਾਣੀ ਨੂੰ ਸੈੱਟ ਕਰ ਦੋ। ਜਦ ਹੁਣ ਯਾਰ ਦੇਸੀ ਚੀਜ਼ਾਂ ਅੱਗੇ ਸਾਰੀਆਂ। ਹੂੰ ਐਵੇਂ ਆਪਾਂ ਨਵੇਂ ਮੁੰਡਿਆਂ ਨੂੰ ਜਾ ਮਣੀ ਲਿਝਾਉਂਦੇ ਬਈ ਆਪ ਬਥੇਰੇ ਟੱਕੇ ਦਾ ਬਣਦਾ ਸਵੇਰੀ। ਸਵੇਰ ਵਾਲਾ ਜਿਹੜਾ ਉਹ ਕਿੰਨੇ ਜੀ ਉਹ ਤਾਂ ਬਾਈ ਨੂੰ ਪਤਾ ਸਾਨੂੰ ਬਾਈ ਕੁੱਟ ਕੇ ਦਿੰਦਾ ਇਹ ਬਸ ਰਗੜਾ ਰਗੜਾਇਆ ਸਾਨੂੰ ਦੇਣ ਦਾ ਦੋ ਹੱਥ ਨਹੀਂ ਵੜਾਏ ਨਾ ਦੱਸਿਆ ਨਹੀਂ ਸਾਨੂੰ ਇੰਨੀ ਤਾਂ ਬਾਈ ਪ੍ਰੋਪਰ ਬੈਠਾ ਬਾਈ ਇਹ ਹੱਥ ਨਹੀਂ ਵੜਾਏ। ਉਹ ਬਾਈ ਬਾਈ ਨੇ ਕਿੱਥੋਂ ਆਣਾ ਸੀਗਾ ਬਾਈ ਨੂੰ ਕੋਈ ਸਾਦੀ ਨਹੀਂ ਹੈ ਬਾਈ। ਉਹ ਬਾਈ ਤਾਂ ਹੀ ਕਹਿੰਦਾ ਵੀ ਮੈਂ ਬਣ ਗਿਆ ਵਾ ਮੇਰੀ ਇੰਟਰਵਿਊ ਕਰਦਾ ਬਾਈ ਵਾ ਸਸ ਗੱਲ ਕਰਦਾ ਵੀ ਮੇਰੇ ਹੀ ਹੋ ਗਿਆ ਸਾਰਾ ਕੁਝ ਹੁਣ ਤਾਂ ਹੈਨਾ। ਆਏ ਕਰਦਾ ਨਹੀਂ ਆਪਦੇ ਉਤਾਰ ਦੀ ਤਾਂ ਯਾਰ ਆਪਾਂ ਤਾਂ ਕਨੇ ਇੱਜ਼ਤ ਕਰਨੀ ਚਾਹੀਦੀ ਆ ਯਾਰ ਉਹਨਾਂ ਦੇ ਸੱਤੋਂ ਬਰੋਬਰ ਭਾਉ ਤਾਂ ਨਹੀਂ ਤੇ ਵਧੀਆ ਗੱਲ ਆ ਫੇਰ ਹੀ ਕੋ ਲਮਾਂਗੇ ਹਰੇਕ ਸਾਲ ਨਵੀਂ ਗੇਮ ਨਵੇਂ ਹਾਂ ਹਰੇਕ ਸਾਲ ਬਈ ਗੇਮ ਬਦਲਦੀ ਹੋਊਗੀ ਆਏ ਤਾਂ ਖੇਡ ਕਰਦੇ ਪਤਾ ਲੱਗ ਜਾਂਦਾ ਯਾਰ ਫੀਲ ਦੇ ਹਿਸਾਬ ਨਾਲ ਨਹੀਂ ਬਦਲਦੀ ਕੱਕੇ ਆ ਤੇ ਕਬੂਤਰਾਂ ਦੇ ਹਿਸਾਬ ਨਾਲ ਬਦਲ ਨਹੀਂ ਪੈਂਦੀ ਆ ਕਬੂਤਰਾਂ ਦੇ ਹਿਸਾਬ ਨਾਲ ਬਦਲ ਲੈਨੇ ਹਾਂ ਕਿਵੇਂ ਹੁਣ ਕਬੂਤਰ ਰਾਤ ਨੂੰ ਜਿਹੜਾ ਬੰਦਾ ਚੈੱਕ ਕਰਦਾ ਉਹ ਬੁੱਝ ਲੈਂਦਾ ਵੀ ਅੱਜ ਆਪਣਾ ਕਬੂਤਰ ਇੰਨਾ ਟੈਂਪਰੇਚਰ ਸੀਤਿਆ ਰ ਵੀ 16 ਗਿਰੀਆਂ 15 ਖਾ ਕੇ ਅੱਜ ਇਸ ਟਾਈਮ ਬੈਠਾ ਹੂੰ ਤੇ ਦੂਜੇ ਦਿਨ ਚੈੱਕ ਕਰ ਦੋ ਦਿਨ ਅਰੀ ਤੇ ਜਿਹੜਾ ਕਬੂਤਰ ਪੂਰਾ ਰੱਜ ਕੇ ਬਦਾਂ ਖਾਂਦਾ ਕਿੰਨੀ ਗਰਮੀ ਪੈਂਦੀ ਉਹ ਵੱਧ ਤੇ ਉੱਡੂ ਹੂੰ ਉਹ ਘਟਦੇ ਨਹੀਂ ਉਹ ਤਾਂ ਛੱਡ ਲਈ ਤੂੰ ਅਗਲਾ ਕਹਿੰਦਾ ਘਰੇ ਤਾਂ 7 ਵਜਾਂ ਦਾ ਉੱਥੇ ਵੀ 2:30 ਵਜੇ ਕੁੱਬਾ ਹੋ ਜਾਂਦਾ ਉਹ ਹੂੰ ਜਾ ਕੇ ਢੇਡਾ ਨਹੀਂ ਆਉਂਦਾ ਆ ਗੱਲ ਸਿੱਖਣ ਵਾਲੀ ਆ ਹਾਂ ਤੇ ਜਿਹੜਾ ਕਬੂਤਰ ਬੰਦਾ ਪਾਣੀ ਵੱਧ ਪੀਂਦਾ ਕਬੂਤਰ ਹੂੰ ਉਹਨੂੰ ਭੁੱਖਾ ਹੀ ਛੱਡ ਦੇ ਕੋਸ ਵੀ ਨਾ ਦੇਈ ਫਰਦਾ ਹੋ ਹੂੰ ਜਿਹਨੇ ਬਾਦਾਮ ਹੀ ਚਾਰ ਚੁਕਣੇ ਤੇ ਪੋਟਾ ਭਰ ਕੇ ਪਾਣੀ ਦਾ ਵਹਿਣ ਕਿੱਲੀ ਤੇ ਹੂੰ ਉਹ ਉੱਡੂਗਾ ਉਹ ਭੁੱਖਾ ਵੀ ਉੱਡੂਗਾ ਉਹ ਘੱਟ ਤੇ ਵੀ ਉੱਡ ਜਾਊਗਾ ਆ ਗੱਲ ਸਿੱਖਣ ਵਾਲੀ ਆ ਇਹ ਰਾਤ ਨੂੰ ਚੈੱਕ ਕਰਨੇ ਪੈਂਦਾ ਕਬੂਤਰ ਡੇਲੀ ਮੈਂ ਹੁਣ ਬਾਜ਼ੀਆਂ ਤੋਂ ਹੁਣਾ ਘਰੇ ਨਿੱਕਾ ਮੇਰਾ ਭਰਾ ਘਰੇ ਡਾਉਂਦਾ ਹੁੰਦਾ ਇਹ ਹੂੰ ਮੈਂ ਸਾਰੇ ਕਬੂਤਰ ਫੜ ਕੇ ਚੈੱਕ ਕਰਨੇ ਹੂੰ ਰਾਤ ਨੂੰ ਕਿਹੜਾ ਸਾਰਾ ਆ ਗਿਆ ਰੀ ਮੱਠਾ ਪੋਟਾ ਸਵੇਰੇ ਪਰ ਖਾਲੀ ਹੋਣਾ ਚਾਹੀਦਾ ਕਬੂਤਰ ਸਵੇਰੇ ਖਾਲੀ ਦਾ ਆਪ ਹੀ ਹੋਿੰਦਾ ਏਡਾ ਸਹੀ ਏ ਨਹੀਂ ਕਈ ਵਾਰੀ ਜੇ ਬਦਾਮ ਰੱਖੀ ਬਟਾ ਕਬੂਤਰ ਕਈਆਂ ਦੇ ਬੋਟੇ ਫੁੱਲ ਹੁੰਦੇ ਆ ਬਦਾਮ ਰੱਖੀ ਵੜਾ ਦਵਾਈ ਦੇਣੀ ਪੈਂਦੀ ਆ ਬਾਈ ਲੀਵਰ ਲੂਬਰ ਕਿੰਨੇ ਦਿਨ ਪੰਜ ਸੱਤ ਦਿਨ ਦੇਣੀ ਬੈਠਿਆਂ ਨੂੰ ਜਰ ਕੋਈ ਚੱਕਰ ਨਹੀਂ ਡਾਜਦੀ ਰਹੀ ਜਾ ਰਾਤ ਨੂੰ ਦੇ ਦੇ ਬੈਠਿਆਂ ਨੂੰ ਹਾਂ ਲੈ 52 ਤੋਪਕੇ ਵਾਲੀਆਂ ਗੋਲੀ ਲੈ 52 ਦੇ ਗੋਲੀ ਦਿੰਨੇ ਅਸੀਂ ਕਿੰਨੇ ਮੈਂ ਹਿੱਸਾ ਮੈਂ ਤਾਂ 7 ਦਿਨਾਂ ਇੱਕ ਕਬੂਤਰ ਨੂੰ 15 ਬੰਦੇ ਨੂੰ ਦਿੰਦੇ ਆ ਇੱਕ ਗੋਲੀ ਅਸੀਂ ਤਾਂ ਇੱਕ ਦਿੰਨੇ ਹੂੰ ਹੂੰ ਦੋਜ ਵਾਲੀ ਚੱਕਰ ਦੰਦੇ ਕੰਮ ਆ ਫਿਰ ਤੇ ਉਸ ਤੋਂ ਬਾਅਦ ਵੀ ਮੰਨ ਕੇ ਚਲੋ ਕਿੰਨੇ ਦਿਨ ਦੇਣੀ ਲਗਾਤਾਰ ਜਿੰਨੇ ਦਿਨ ਖਾਲੀ ਨਹੀਂ ਹੋਣ ਲੱਗਦੇ ਖਾਲੇ 2-3 ਦਿਨਾਂ ਬਾਅਦ ਹੋਣ ਲੱਗ ਜਾਂਦਾ ਹਾਂ ਲੰਗ ਲੱਗਿਆ ਹੋਰ ਤਾਂ ਨਹੀਂ ਕੋਈ ਦਵਾਈ ਦੇਣੀ ਫਿਰ ਨਾਲ ਨਾ ਹੋਰ ਨਹੀਂ ਕੁਝ ਦੇਣਾ ਉਹ ਫਿਰ ਪੋਟੇ ਭਰ ਕੇ ਕਿਉਂ ਰੱਖਣ ਲੱਗ ਜਾਂਦੇ ਗਰਮੀ ਪਏ ਨੇ ਕੀ ਚੱਕਰ ਹੋਇਆ ਨਾ ਨਹੀਂ ਗਰਮੀ ਪਏ ਮੈਦੇ ਦਾ ਸਿਸਟਮ ਹੱਲੇ ਜਾਂਦਾ ਉਹਦਾ ਲੀਵਰ ਦੀ ਨਾ ਉਹ ਛਾ ਟੰਗਾ ਨਿੰਨ ਅਨਫੈਕਸ਼ਨ ਹੋਏ ਗਰਮੀ ਨਾ ਹੋਏ ਤਾਂ ਕੀ ਚੱਕ ਗਰਮੀ ਗਰਮੀ ਮੰਡਲਾ ਕਿੰਮੀ ਮੰਡਲਾ ਸਾਹਮਣੇ ਹੁੰਦੇ ਕੋਈ ਹਾਂ ਕਈ ਵਾਰੀ ਨਾ ਬੰਦਾ ਪਾਣੀ ਵੀ ਯਾਰ ਛੇਤੀ ਧਰ ਦਿੰਦਾ ਕਿੰਨੇ ਚੱਕ ਘਰ ਵਾਲੇ ਨੇ ਸੋਣਾ ਸੂਣਾ ਹੁੰਦਾਗਾ ਦੁਪਹਿਰੇ ਕਈ ਵਾਰੀ ਉੱਡ ਕੇ ਇਹਨੂੰ ਛੇਤੀ ਫਹਾ ਵੜ ਦਿੰਦਾ ਵੀ ਪਿਆ ਪਾਣੀ ਜਦੋਂ ਬੰਦਾ ਹਰਦਾ ਹੋਵੇ ਉਦੋਂ ਵਾੜਾ ਗੈਲੀ ਕਰਦੇ ਜਿਹੜਾ ਜਿੱਤ ਦੋ ਦਾ ਪੁੱਤਾਂ ਨੂੰ ਸਾਹਮਣੇ ਉੱਡ ਖਾਇ ਇਹਨੂੰ ਵੀ ਕਾਹਨੂੰ ਫੇਰ ਛੱਡਨਾਗਾ ਵੀ ਇਹਨੂੰ ਐ ਨਾ ਹੋ ਜੇ ਖਰਾਬ ਨਾ ਹੋ ਜੇ ਕੂਤਰ ਜਦੋਂ ਹਰ ਲੱਗ ਅਗਲਾ ਕਹਿੰਦਾ ਹਰਦੇ ਦਾ ਨੇਤੀ ਐ ਪਿਆਦੇ ਪਾਣੀ ਜਿਵੇਂ ਪੈਂਦਾ ਉਹ ਘਰ ਵਾਲਾ ਵੀ ਆੱਕ ਜਾਂਦਾ ਆ ਵੀ ਬਹੁਤ ਕੰਮ ਦੀ ਗੱਲ ਆ ਜਦੋਂ ਬੰਦਾ ਹਰਨ ਲੱਗ ਜਦੋਂ ਬੇਗੌਰਾ ਹੋ ਜਾਂਦਾ ਹਾਂ ਉਦੋਂ ਕਹਿੰਦਾ ਪਿਆਦੇ ਪਾਣੀ ਇਹਨੂੰ ਕੀ ਫਹਾ ਪੈਂਦਾ ਆਪਣੀਆਂ ਐਂਟਰੀਆਂ ਤਾਂ ਹੋਈਆਂ ਐਵੇਂ ਗੌਰ ਹੀ ਨਹੀਂ ਘੱਟ ਕਰਦਾ ਉਹ ਫਿਰ ਹੋਰ ਹਰੀ ਜਾਂਦਾ ਜਿੱਤੇ ਉਦੋਂ ਗੌਰ ਵਧਾਉਂਦਾ ਅਗਲਾ ਕਹਿੰਦਾ ਕੱਲ ਨੂੰ ਉਹ ਤਾਂ ਫਿਰ ਬੁੜੀਆਂ ਵੀ ਵਧਾਉਂਦੀਆਂ ਘਰੇ ਇਹਦੋਂ ਬੰਦਾ ਜੇ ਇੰਧਰ ਰੁਪਏ ਆਉਂਦੇ ਨੇ ਤਾਂ ਸਹੀ ਗੱਲ ਆ ਬੁੜੀਆਂ ਵੀ ਖੈਲਦੀਆਂ ਪਰ ਜਮਾਂ ਸਹੀ ਗੱਲ ਆ ਬਾਈ ਦੀ ਤੇ ਜਦੋਂ ਹਰ ਲੱਗ ਜੇ ਉਦੋਂ ਕੋਈ ਨਹੀਂ ਚਾਹ ਨਹੀਂ ਕਰਕੇ ਦਿੰਦਾ ਅਗਲਾ ਕਹਿੰਦਾ ਪੰਜੋਂ ਨੱਤ ਹਰ ਕੇ ਆਏ ਨੇ ਹੱਥ ਨਹੀਂ ਵੀ ਯਾਤਰੇ ਕੋ ਕੱਢ ਕੇ ਲੈ ਜਾਵੇ ਵੀ ਕਿਹੜਾ ਛੋਟ ਜੀ ਫਰਕ ਪੈ ਨਹੀਂ ਕਬੂਤਰੀ ਕੱਢ ਕੇ ਲੈ ਜਾਵੇਗੀ ਐ ਇਹ ਤਾਂ ਗੱਲ ਆ ਬਈ ਹੈ ਘਰ ਦੇ ਫਿਰ ਸਹਿਯੋਗ ਕਰਦੇ ਪੂਰਾ ਬਈ ਸਹਿਯੋਗ ਆਪਾਂ ਨੂੰ ਤਾਂ ਪਹਿਲੇ ਦਿਨ ਹੀ ਫੁੱਲ ਫੁੱਲ ਕੋਈ ਰੋਗ ਟੋਕ ਨਹੀਂ ਨਾ ਕੋਈ ਰੋਗ ਟੋਕ ਨਹੀਂ ਪਰਿਵਾਰ ਚ ਸ਼ੌਂਕ ਹੋਰ ਕਿਨੂੰ ਕਿਨੂੰ ਆ ਪਰਿਵਾਰ ਚ ਸਾਡੇ ਕਿਸੇ ਨੂੰ ਨਹੀਂ ਮੇਰਾ ਭਾਈ ਆ ਗੱਲ ਨਿੱਕਾ ਬਸ ਇਹਨੂੰ ਸੌਗਾ ਨਾ ਗਾਹ ਹੋਰ ਕਿਸੇ ਨੂੰ ਨਾ ਕਿਸੇ ਨੂੰ ਨਾ ਪਹਿਲਾਂ ਸੀ ਨਾ ਹੁਣ ਅੱਛਾ ਇਹ ਗੱਲ ਕਬੂਤਰਾਂ ਵਾਲਾ ਘਰੀ ਬਣਾ ਲਿਆ ਫਿਰ ਹਾਂ ਇਹ ਚ ਕੂਤਰੀ ਆ ਗੱਲੇ ਸਾਰੇ ਘਰ ਚ ਇੱਥੇ ਮਹਿਫਲ ਲੱਗੀ ਰਹਿੰਦੀ ਆ ਮਹੌਲ ਗਰਮੀ ਚ ਇੱਕ ਦੋ ਹੀ ਹੁੰਦੇ ਮੇਰੇ ਕੋਲ ਘੱਟ ਹੀ ਹੁੰਦੇ ਹੂੰ ਫਿਰ ਉਹ ਕਹਾਵਤ ਜੀ ਸੱਚ ਨਾ ਨਾ ਹੁੰਦੀ ਜਬੇ ਲੋਕ ਅੱਗੇ ਹੁਣ ਕਬੂਤਰਾਂ ਵਾਲਿਆਂ ਨੂੰ ਮਾਰਾ ਗਿਆ ਜਿਹੜੇ ਘਰੇ ਕਬੂਤਰ ਨੂੰ ਕਬੂਤਰੀ ਬੋਲਦੇ ਹੁੰਦੇ ਨਹੀਂ ਬਾਈ ਅਸੀਂ ਨਾ ਮੈਂ ਤਾਂ ਕਬੂਤਰਾਂ ਵਾਲਾ ਮੈਂ ਕਬੂਤਰਾਂ ਵਾਲੇ ਕਿੰਨੇ ਬੰਦੇ ਨੇ ਬਾਗੇ ਕਰਿਆ ਉਹਨੂੰ ਬਾਈ ਰੋਡੇ ਦਾ ਵੀ ਅੱਡੀ ਸੈਟਮ ਕਰੀ ਬਟਾ ਕਬੂਤਰਾਂ ਦੇ ਇਕੱਲਾ ਇਕੱਲਾ ਘਰ ਘਾਰ ਹੀ ਬਣਾਈ ਬਠਿਆ ਕਬੂਤਰਾਂ ਵਾਲਾ ਇਕੱਲਾ ਇਕੱਲਾ ਮੈਂ ਹੱਲ ਦੇਖਣ ਵਾਲਾ ਸੱਚੂ ਹਾਂ ਗੋਲਾ ਕਹਿੰਦਾ ਦੇਖ ਲੱਗੇ ਨਾ ਕਬੂਤਰ ਬੋਲਣੋਂ ਚਲੋ ਸ਼ੌਂਕਾ ਅਗਲੇ ਦੇ ਰੱਕੇ ਹੋਇਆ ਕੰਮ ਤਾਂ ਅਗਲਾ ਕਰਦਾ ਹੀ ਆ ਯ ਕਿੰਨੇ ਕਿੰਨੀ ਜ਼ਮੀਨ ਸਾਹਮਣੇ ਸਾਡੇ ਕੋਲ 10 9 10 ਕਿੱਲੇ ਪਹਿਲੀ ਇਹਦੇ ਘਰ ਘਰ ਦੇ ਬਸ ਉਹੀ ਕਰਦੇ ਉਹੀ ਕਰਦੇ ਦੋਨੇ ਭਾਈ ਹਾਂ ਪਸ਼ੂਆਂ ਵਾਲੀ ਜਗ੍ਹਾ ਨਾਲ ਪੁੱਤਰਾ ਜਾਂ ਪਸ਼ੂ ਰੱਖੇ ਪਿਆ 12 13 ਹੈਗੇ ਮੈਂ ਜਾਨੀ ਕਿ ਛੈੜ ਤੇ ਆਪਦਾ ਕੰਮ ਵੀ ਕਰਦੇ ਹਾਂ ਕੰਮ ਕਰ ਮੈਂ ਤਾਂ ਉਹਦੇ ਹੀ ਕਬੂਤਰਾਂ ਦੇ ਪੁੱਤਰਾ ਵਾਲੇ ਕਰਾ ਲੈਣਾ ਹੀ ਆ ਯਾਰ ਕਬੂਤਰਾਂ ਵਾਲਿਆਂ ਨੂੰ ਅਗਲੇ ਨੇ ਜੋ ਢੱਕਾ ਤੋੜਨਾ ਨਹੀਂ ਮੈਂ ਤਾਂ ਅੱਜ ਆਇਆ ਥੋੜਾ ਕਰਕੇ ਇਧਰ ਨਹੀਂ ਨਿਕਾ ਹੀ ਹੁੰਦਾ ਮੈਂ ਤੁਸੀਂ ਪਹਿਲੀ ਸਾਹਮਣੇ ਹਾਂ ਮੈਂ ਤਾਂ ਘਾਟ ਹੀ ਹਾਂ ਪਸ਼ੂਆਂ ਦਾ ਤੇ ਜ਼ਮੀਨ ਦਾ ਹਾਂ ਨਹੀਂ ਬਰੀਆ ਗੱਲ ਆ ਯਾਰ ਆਪਾਂ ਤਾਂ ਹੋਰਾਂ ਨੂੰ ਵੀ ਸਮਝਾਉਣੇ ਆ ਵੀ ਕਈ ਬੰਦੇ ਹੋਣਾ ਇੰਟਰਵਿਊਆਂ ਦੇਖਦੇਖ ਅਗਲਾ ਚਾਚ ਨਹੀਂ ਸਾਡਾ ਤਾਂ ਕੰਮ ਹੋਰ ਵੀ ਸਾਡਾ ਤਾਂ ਕਬੂਤਰ ਬਿਜ਼ਨਸ ਵੀ ਹੈ ਵੇਚਦੇ ਬਹੁਤ ਉਹ ਨਹੀਂ ਸਹੀ ਆ ਫਿਰ ਚੱਲਾ ਸੱਤ-ਸੱਤ ਲੱਖ ਰੁਪਏ ਦੇ ਵੇਚਦੇ ਨਾ ਸਾਲ ਨੇ ਉੱਡੇ ਵੀ ਆ ਫਰਗਲਾਂ ਕੋਲੇ ਬਾਈ ਉੱਡਦੇ ਆ ਬਈ ਅਸੀਂ ਯਾਰ ਅਗਲਾ ਤਾਂ ਗਾਨ ਨਾਲ ਆਈ ਟੋਕਰੀਆਂ ਚਾ ਗਾਉਣੇ ਆ ਨਾਲਾਂ ਚ ਬਜੇ ਉਹ ਉੱਡਣਗੇ ਕਿਵੇਂ ਨਾ ਅਗਲਾ ਦਿਨ ਤਾਂ ਪਾਰਕ ਕਿਹੜਾ ਡੱਗ ਹੁੰਦਾ ਟੈਂਕੀ ਟਾਵਰਾਂ ਤੇ ਵਹਿੰਦਾ ਜਾਂ ਕੋਠੇ ਤੁਰਿਆ ਫਿਰ ਦੋ ਦਿੰਦਾ ਸਹੀ ਗੱਲ ਸਾਡੇ ਜਿਹੜਾ ਜਿਗਰਾ ਹੀ ਹੈ ਨਹੀਂ ਕਿਸੇ ਦਾ ਕੋਈ ਵੇਚ ਕੇ ਦਿਖਾਵੇ ਕਿੰਨੇ ਬੰਦਿਆਂ ਕੋਲੇ ਗਏ ਆ ਆਪਾਂ ਸਾਰੇ ਬੰਦਿਆਂ ਨੇ ਲੱਕੀ ਨੇ ਬਾਈ ਰੋਡੇ ਨੇ ਵੀ ਸਫਤ ਕਰੀ ਅੱਜ ਟੋਕਰ ਨਾਲ ਚੱਕੇ ਦਿੰਨੇ ਆ ਕਹਿੰਦਾ ਬੰਦਿਆਂ ਦੇ ਯਾਰ ਵੀ ਜੋ ਕੋਈ ਬੇਹਿੰਮਤ ਤਾਂ ਕੋਈ ਕਹਿਣਾ ਕੀ ਆ ਹਣਾ ਨਹੀਂ ਗੌਰ ਹੈਗੀ ਬੰਦੇ ਦੀ ਨਹੀਂ ਸਹੀ ਆ ਫਿਰ ਯਾਰ ਵੇਚਣਾ ਕਰ ਬਣਾਓ ਵੇਚੋ ਯਾਰ ਵੇਚ ਕਈ ਬੰਦੇ ਕਹਿੰਦੇ ਵੇਚਣਾ ਮਾੜਾ ਬਈ ਉਹ ਐਵੇਂ ਨਾ ਫੁਕਰ ਪੁਣਾ ਹੁੰਦਾ ਉਹ ਕਬੂਤਰ ਦਾ ਵੇਚਦੇ ਨਹੀਂ ਜ਼ਮੀਨ ਵੇਚ ਦਿੰਦੇ ਮਗਰ ਘਰ ਜਮਾ ਪੁਰਾਣੇ ਹੋਣਗੇ ਉਹਨਾਂ ਦੇ ਸਾੜੇ ਵੇ ਪਾਈ ਵੇ ਉਹਦਾ ਕੀ ਫਾਇਦਾ ਬਾਈ ਆ ਤਾਂ ਕੰਮ ਵੀ ਛੱਡੋ ਟਾਈਮ ਵੀ ਛੱਡੋ ਸ਼ੌਂਕ ਪੂਰਾ ਕਰੋ ਆ ਤਾਂ ਪੈਸਾ ਵੀ ਕਮਾਓ ਇਹ ਨਹੀਂ ਹੈਗਾ ਵੀ ਸ਼ੌਂਕ ਮਗਰੇ ਤੁਰੇ ਜਾ ਕੇ ਭੁੱਖੇ ਮਰਨ ਨਹੀਂ ਕਈ ਬੰਦੇ ਵੇਚਣਾ ਮਾੜਾ ਕਿਉਂ ਮਾੜਾ ਕਿਉਂਦਾ ਵੇਚਣਾ ਕਬੂਤਰ ਮਾੜਾ ਫਿਰ ਉਹਨਾਂ ਨੂੰ ਫ੍ਰੀ ਨਹੀਂ ਮਿਲਦਾ ਬਾਈ ਨੇ ਮੈਨੂੰ ਆਏ ਨਹੀਂ ਸਮਝ ਲੱਗੀ ਵੀ ਮਾੜੇ ਕਿਸ ਗੱਲੋਂ ਆ ਵੇਚਨੇ ਕੋ ਮਾੜੇ ਕਿਵੇਂ ਯਾਰ ਇੱਥੇ ਕਣਕ ਨਹੀਂ ਸਾਡੇ ਦਾ ਤਾਂ ਧਾ ਧਰਦੀ ਆ ਹੁਣ 50 ਮਾਨ ਦਾ ਢੋਲ ਭਰੇ ਸਿਆ ਦੇਖ ਲੈ ਖਾਲੇ ਖਾਲੀ ਹੋਏ ਪਿਆ ਮਾੜੀ ਮਾੜੀ ਆਉਂਦੀ ਹੋਊਗੀ ਤੇ 10 15 ਗੱਟੇ ਰੱਖੇ ਢੋਲ ਚੀਜ਼ ਵੇਖਦੀ ਆ ਜਾਨਵਰ ਸਾਰੇ ਸਾਰਾ ਕੁਝ ਪਾਉਣਾ ਇਹਨਾਂ ਨੂੰ ਜਾਂ ਫਿਰ ਐ ਹੋ ਸਕਦਾ ਵੀ ਜਿਨੇ ਭਾਈ ਕਿਸੇ ਤੋਂ ਜਿਵੇਂ ਇੱਥੋਂ ਲੈ ਗਿਆ ਜੋੜਾ ਜੋੜਾ ਮੈਂ ਰੋਡੇ ਤੋਂ ਲਿਆ ਬਾਈ ਤੋਂ ਉਹ ਨਹੀਂ ਵੇਚ ਸਕਦਾ ਉਹ ਤੁਹਾਨੂੰ ਜੇ ਕਿਸੇ ਦੇ ਆ ਵੇਚੀਏ ਕਿਵੇਂ ਕਹਾਂ ਨੂੰ ਅਗਲੇ ਨੂੰ ਪਤਾ ਤਾਂ ਮੁੱਲ ਸਾਡੇ ਵੇਚ ਤੇ ਮੁੱਲ ਲੈ ਕਬੂਤਰ ਜਿਆਦੇ ਸੀ ਕਿੰਨੇ ਰੁਪਏ ਲਾਤੇ ਕ ਕਬੂਤਰਾਂ ਦੇ ਆ ਰਵੇ ਹੁਣ ਤਾਂ ਯਾਦ ਨਹੀਂ ਜਿਵੇਂ ਬਿੰਦਰ ਤੋਂ 42000 ਦਾ ਇੱਕ ਲੈ ਆਇਆ ਹਾਂ 20 22000 ਦੀ ਕਬੂਤਰੀ ਲਈ ਸੀ ਐ ਕਈ ਕਬੂਤਰ ਘਰੇ ਘਰੇ ਕਰਕੇ ਤੋਂ ਲੈ ਆ ਪੰਜ ਤੋਂ ਲੈਤੇ ਕਬੂਤਰ ਹੁਣ ਤੱਕ ਫੇਰ ਅਸੀਂ ਬਲਵੀਰ ਤੋਂ 1.5 2 ਲੱਖ ਦੇ ਬੋਸਲਾਂ ਵਾਲੇ ਤੋਂ ਬੱਚੇ ਲੈ ਆਏ ਸੀ ਆਹਨਾਂ ਚੋਂ 1.5 ਲੱਖ ਦੇ ਬੱਚੇ ਹੀ ਗੱਲੇ ਕਿੰਨੇ ਬੱਚੇ 1.5 ਲੱਖ ਦੇ ਬੱਚੇ 1.5 ਛੋਲੇ ਦੇ ਦੇ ਪਾਲਿਆ ਉਹ ਗੁਰਦੇਵ ਅੰਕਲ ਵੀ ਜਿਉਂਦਾ 1.5 ਲੱਖ ਦੇ 1.5 ਲੱਖ ਦੇ ਲਈ ਸੀ ਤੈਨੂੰ ਪਰਖ ਜੀ ਪੂਰੀ ਤਾਂ ਉਹੀ ਚੱਕ ਲਈ ਵਾ ਦੇ ਕੇ ਵੀ ਭਾਈ ਆਪ ਦੀ ਮਾਰ ਨਹੀਂ ਨਹੀਂ ਪਰਖ ਵੱਖ ਦਾ ਮੈਨੂੰ ਪੂਰੀ ਆ ਹੂੰ ਪਰਖ ਤਾਂ ਤੂੰ ਮੈਨੂੰ ਕੂਤਰ ਦਿਖਾ ਦੀ ਹੂੰ ਤੇ ਤੈਨੂੰ ਮੈਂ ਦੱਸ ਦੂੰਗਾ ਵੀ ਆਹ ਕੰਮ ਦਾ ਜਾਂ ਉਹੀ ਦਾਣੇ ਪਾਈ ਜਾਂਦੇ ਹਾਂ ਹਾਂ ਲਿਆਉਣਾ ਸੀ ਅੱਜ ਤਾਂ ਫਿਰ ਝੋਲਾ ਭਰ ਕੇ ਕਿਸੇ ਪਾਸੇ ਤੇਨੂੰ ਮੈਂ ਵੀ ਦੱਸ ਦੂੰਗਾ ਬੱਚੇ ਇਹ ਜੇ ਕੱਢੋ ਹੋਰ ਕੀ ਦੋ ਕਿਤੋਂ ਲੈ ਮੁੱਲ ਹੈਂ ਹੋਰ ਕੀ ਦੋ ਕਿਤੋਂ ਲੈ ਮੁੱਲ ਇਹ ਬਲਵੀਰ ਤੋਂ ਲੈ ਕੋ ਜਵਾਕਾਂ ਦੀ ਬੋਕਾਂ ਤੋਂ ਲੈ ਐਸੇ ਵਸੇਰ ਕੇ ਜਿਹਦਾ ਪਤਾ ਲੱਗ ਜਾਵੇ ਇਹਦੇ ਕੋਲ ਚੰਗਾ ਆ ਕੇ ਡਿੱਗਿਆ ਹੋਇਆ ਇਹ ਤਾਂ ਛੱਡ ਦੇ ਨੀ ਜੇ ਕੋਈ ਬੰਦਾ ਬਾਅਦ ਤੋਂ ਵੱਧ ਨਾ ਮਹਿੰਗਾ 42 50000 ਬਸ ਇੱਥੇ 42000 ਰੁਪਏ ਵੇਚਾ ਵਤ ਵਤ ਕਿੰਨੇ ਦਾ ਵੇਚ ਅਜੇ ਤਾਂ ਥੋਕ ਜੀ ਦਿੰਨੇ ਹਾਂ ਸਭ ਤੋਂ ਮਹਿੰਗਾ ਕਬੂਤਰ ਕਿੰਨੇ ਦਾ ਵੇਚ ਹੈ ਮਹਿੰਗਾ ਵੇਚਿਆ 88 88000 ਦਾ 90000 ਚ ਯੂਪੀ ਹਰਿਆਣੇ ਦੇ ਬੰਦੇ ਹੁੰਦੇ ਉਹ ਲੈ ਇੱਕ ਕਬੂਤਰ ਹਾਂ ਜੋੜਾ ਵੀ ਲੈ ਕੇ ਗਏ ਕਿੰਨੇ ਦਾ ਇੱਕ ਮੁੰਡੇ ਯਾਲੀ ਗਰੁੱਪ ਵਾਲੇ ਆਪਣੇ ਹੂੰ ਉਹ ਮੁੰਡੇ ਮੁੱਲ ਲੈ ਕੇ ਗਏ ਸੀਗੇ ਆਪਣੇ ਤੋਂ ਕਬੂਤਰ ਦੋ ਬਾਜੀਆਂ ਜਿੱਤੇ ਹੋਏ ਸੀ ਉਹ 37000 ਰੁਪਏ ਦਿੱਤਾ ਸੀ ਉਹਨੂੰ ਨੇ ਕਹਿ ਕੇ ਵੇਚ ਦੇ ਫਰਿਜ ਤਾਂ ਕੋਈ ਹਰ ਨਹੀਂ ਜਿੱਤਿਆ ਬਈ ਚਿੱਟੀਆਂ ਅੱਖਾਂ ਦਾ ਕਬੂਤਰ ਦੋ ਬਾਜੀਆਂ ਵੇਚੋ ਫਿਰ ਉਹਨਾਂ ਕੋਲੇ ਮੋਟਰਸਾਈਕਲ ਜਿੱਤੇ ਬੱਚੇ ਜਾ ਕੇ ਬੋਨੀ ਅਰਗੇ ਨਹੀਂ ਮੁੰਡੇ ਦੇ ਬਾਹਰ ਗਏ ਬਾਰ ਨਹੀਂ ਪੇਚੜ ਆਇਆ ਕਿਤੇ ਬਈ ਇਹ ਕਬੂਤਰ ਮੈਂ ਤਾਂ ਇੰਨੇ ਸਾਫ-ਸਾਫ ਰੱਖਿਆ ਤੁਸੀਂ ਗਾਂ ਵੇਚੀ ਇਹਨੂੰ ਲੈ ਹੋਣੀ ਇਸ ਦਾ ਤਾਂ ਜੇ ਤੋ ਬਾਲੇ ਹੋ ਜਾਂਦੇ ਤਾਂ ਉਹ ਉਸਤਾਦ ਕਹਿੰਦਾ ਚਲ ਦੇ ਦੂੰਗਾ ਕਹਿੰਦਾ ਛਾਣਾ ਛਾਣਾ ਤਾਂ ਨਹੀਂ ਕਰ ਲੈਂਦੇ ਕਿ ਨਹੀਂ ਕਰਦੇ ਵੀ ਇਧਰੋਂ ਤਾਂ ਮੈਂ ਦੇਣੀ ਨਹੀਂ ਇਧਰੋਂ ਦੇ ਦੇ ਜਿਹਦੇ ਨੇ ਗੁਰਪ੍ਰੀਤ ਕੋਈ ਨਹੀਂ ਅਸੀਂ ਜਬ ਉਹ ਜੇ ਬਾਈ ਅਮਰੀ ਮੈਂ ਕਹਿੰਦਾ ਇੱਕ ਰਿਕਾਰਡਿੰਗ ਪਾ ਲਈ ਮੈਂ ਕਬੂਤਰ ਵੇਚਣਾ ਬਾਈ ਦੇ ਤਾਂ ਉਹਦੀ ਵੀ ਮੈਂ ਕਹਿੰਦਾ 4-4 ਲੱਖ ਲਾ ਦੇ ਵੀ ਅਗਲਾ ਕਬੂਤਰਾ ਵੀ ਵਿਕ ਜਾਣਗੇ ਪਹਿਲਾਂ ਮੈਨੂੰ ਟਾਲੀ ਇੰਟਰਵਿਊ ਦਾ ਹੀ ਬੱਤੀ ਗਿਆ ਵੀ ਇਹ ਕਬੂਤਰੀ ਕਬੂਤਰੀ ਕਰਦਾ ਸੀ ਬਹੁਤ ਚੇਰਦਾ ਵੀ ਕਬੂਤਰੀ ਆਂਡੇ ਨਾ ਧਰਨੋਂ हट ਗਏ ਹੋਵੇ ਮਾ ਹੋਰ ਮੰਗੂਗਾ ਹੈਗਾ ਫਰਕ ਪੈਂਦਾ ਬਾਈ ਨੇ ਅਮਰੀ ਨੇ ਬਾਈ ਇੰਨੀ ਉੱਡੇ ਆਪਣੇ ਕੋਲੇ ਬੱਤੇ ਜਿੱਤੇ ਮੈਂ ਕਹਿੰਦਾ 13-14 ਬਾਜੀਆਂ ਜਿੱਤੀਆਂ ਉਹ ਕਬੂਤਰਾ ਨਾ ਮੈਂ ਬਾਈ ਨੇ ਮੈਨੂੰ ਜੱਫੀ ਪਾ ਕੇ ਇੱਕ ਥਾਂ ਤੇ ਆਪ ਬਾਜੀ ਤੇ ਕਹਿੰਦਾ ਹੋਰ ਲੈ ਆਂੀ ਕਹਿੰਦਾ ਫਲਾਨੇ ਨੂੰ ਉਤਰਾਂ ਜਾ ਕਹਿੰਦਾ ਹਜ਼ਾਰਾਂ ਵਾਲੇ ਦੀ ਸਾਮੀ ਰੱਖੀ ਬੈਠਾ ਨੂੰ ਬਾਈ ਨੇ ਮੈਨੂੰ ਦੱਸਿਆ ਮਾਹਬਾਈ ਸਹੀ ਆ ਬੱਚੇ ਵੀ ਉਹਨੇ ਉਮੀ ਕੱਢੇ ਜਿਵੇਂ ਬਾਈ ਨੇ ਆਪਾਂ ਨੂੰ ਦੱਸਿਆ ਬਾਈ ਆ ਤੇ ਮੂੰਹ ਤੇ ਆਲੇ ਬਾਈ ਤੇ ਬਾਈ ਕੀ ਗੱਲ ਹੋਈ ਸੀ ਆਪਣੀ ਮੈਂ ਦੱਸਿਆ ਹੀ ਹੋਈ ਸੀ ਨਾਲ ਦੇ ਪਿੰਡ ਜੇ ਤੁਸੀਂ ਮੈਨੂੰ ਮਿਲੇ ਮੈਂ ਦੱਸਿਆ ਮੈਂ ਰਾਮ ਕੀ ਰੱਖੀ ਗੱਗਿਆ ਤੈਨੂੰ ਯਾਦ ਰੱਖਣੀ ਹਾਂ ਹਜ਼ਾਰਾਂ ਵਾਲੇ ਦੀ ਸਾਮੀ ਕਬੂਤਰੀ ਬਾਈ ਕਹਿੰਦਾ ਵੀ ਟਾਵੇਂ ਟੱਲੇ ਬੰਦਿਆਂ ਕੋਲੇ ਹੋਣਗੇ ਉਹ ਜਿਹੜੇ ਕਬੂਤਰਾ ਬਹੁਤ ਘੱਟ ਆ ਵੀ ਮੇਰੇ ਕੋਲੇ ਹੀ ਨੇ ਮੱਛੀ ਦੀ ਦੰਦਾ ਨਹੀਂ ਕਿਸੇ ਨੂੰ ਵੀ ਤੂੰ ਕਬਤਰੀ ਕਿਵੇਂ ਚੱਕ ਲਈ ਉਦੋਂ ਜਵਾਬ ਅਸੀਂ ਅਸਲ ਮੈਂ ਅਸੀਂ ਤੇ ਬਾਕੀ ਭਈ ਆਪਾਂ ਇੱਕ ਹੋਰ ਗੱਲ ਕਰੀਏ ਵੀ ਕਿਹੜੀ ਕਿਹੜੀ ਬਰੀਡ ਕਿਹੜੀ ਕਿਹੜੀ ਤੁਹਾਡੇ ਕੋਲੇ ਮੈਂ ਬਰੀਡ ਸਾਡੇ ਕੋਲੇ ਬਾਈ ਵਾਲੇ ਅੰਬਰੀ ਵਾਲੇ ਕਬੂਤਰਾਂ ਰੋਡ ਰੂਡੇ ਵਾਲੇ ਸ਼ਾਖ ਹੋਗੇ ਜਿਵੇਂ ਹਜ਼ਾਰ ਵਾਲੇ ਹੋਗੇ ਤੇ ਕਾਕੇ ਵਾਲੇ ਹੋਗੇ ਡੱਬੇ ਨੀਲੇ ਹੂੰ ਤੇ ਸ਼ਾਖ ਵੀ ਕਾਢਿਆਂ ਦੇ ਟੀਰੇ ਦੂਰੇ ਇਹ ਹੂੰ ਤੇ ਇੱਕ ਸਾਡੇ ਕੋਲ ਗੁਰਦੇਵ ਅੰਕਲ ਵਾਲੇ ਕੂਤਰੋਗੇ ਸਰਦਾਰ ਵਾਲੇ ਹੂੰ ਤੇ ਇੱਕ ਧੰਨੇ ਵਾਲੇ ਕੂਤਰ ਬਿੰਦਰ ਬੂਲੇ ਵਾਲੇ ਰਾਜਨ ਵਾਲੇ ਹੂੰ ਇੰਨੇ ਕਬੂਤਰ ਹੈਗੇ ਬਸ ਹਮ ਰਹਿ ਕਿਹੜਾ ਗਿਆ ਪਿੱਛੇ ਸਾਰਿਆਂ ਦਾ ਗਿਣਾਤੀਆਂ ਪਤੰਦਰ ਇੱਕ ਬਾਈ ਆਪਾਂ ਹੋਰ ਗੱਲ ਕਰਦੇ ਆ ਅੱਜ ਬਾਈ ਨੇ ਗੱਲ ਕਰੀ ਗੌਰਪ੍ਰੀਤ ਨੇ ਜਿਹੜੇ ਬਾਈ ਰੋਡੇ ਵਾਲੇ ਸ਼ਾਹ ਕੇ ਕਬੂਤਰ ਸੀਗੇ ਉਹ ਕਿਵੇਂ ਬਣੇ ਸੀ ਰੋਡੇ ਵਾਲੇ ਸ਼ਾਹ ਕੇ ਕਬੂਤਰ ਇਹ ਗਏ ਤਾਂ ਬਾਦਲੂ ਸੀ ਅਸਲ ਕਬੂਤਰ ਇਹ ਰਾਣੀ ਮੋਹਨ ਸਿੰਘ ਜੀ ਜਸਵੀਰ ਸਿੰਘ ਜੀ ਤੂੰ ਮੋਹਨ ਸਿੰਘ ਨੂੰ ਕਰੋਂਗੇ ਸੀ ਤਸਵੀਰ ਦੇ ਕਰੋਂਗੇ ਸੀ ਬਾਈ ਰੋਡੇ ਕੋਲੇ ਹਾਂ ਹਾਂ ਅੱਛਾ ਉੱਥੇ ਜਿਹੜੇ ਅਸਲ ਮੇਨ ਮੁੱਢ ਸੀ ਨਾ ਬਾਸ ਨੂੰ ਕੋਲੇ ਸੀਗੇ ਪਹਿਲਾਂ ਕੁੱਤਰੇ ਦੇ ਬਾਹਰ ਚ ਨਾ ਹਾਂ ਜੀ ਕਾਕੇ ਜਿਹੜੀ ਆ ਕਾਕੇ ਨਵੇਂ ਕਿਲੇ ਦੇ ਘਰੇ ਸੀ ਬਾਈ ਦੇ ਹਾਂ ਜਿਹੜੀ ਕਾਕੇ ਕੋਲੇ ਹੁਣ ਵੀ ਨਸਲਾ ਨਾ ਉਹ ਪ੍ਰਾਣੀ ਇੰਹੀਂ ਤਰੀ ਆਉਂਦੀਆਂ ਇਹਨਾਂ ਦੀ ਉਹ ਉਹ ਉਹੀ ਜਿਹਨੂੰ ਰੋਡੇ ਵਾਲੇ ਕਹ ਦਿੰਦੇ ਆਪਾਂ ਉਹੀ ਸ਼ਾਖੇ ਨੇ ਹਾਂ ਉਹ ਉਹੀ ਸੀ ਫਿਰ ਇਹਨਾਂ ਦੇ ਗਰੁੱਪ ਇੱਕ ਸੀ ਨਾ ਰੋਡਾ ਗੁੱਗੜ ਜਿਹੜਾ ਸਾਡਾ ਸਤਾਸੀ ਆ ਪੁਲਾਰ ਮੇਲਾ ਸਿੰਘ ਇਹ ਮੈਮੂ ਆਣਾ ਇਹ ਸਾਰੇ ਇਕੱਠੀ ਹੁੰਦੇ ਚਾਰ ਪੰਜ ਜਣੇ ਇਕੱਠੇ ਨਾਲ ਗਰੁੱਪ ਸੀਗਾ ਉਹ ਫਿਰ ਇਹਨਾਂ ਕੋਲ ਉਹੀ ਨਸਲ ਸੀ ਸਾਰੀ ਮਤਲਬ ਜਿਹੜੀ ਚੰਗੀ ਉੜਦੀ ਸੀ ਉਹ ਖੱਟੀਆਂ ਵਾਲੇ ਹੋਗੇ ਭਾਰਤ ਸਿੰਘ ਵਾਲੀ ਜੰਮੀ ਸ਼ਾਖੇ ਇਹ ਉਹਨਾਂ ਕੋਲ ਉਹੀ ਨਸਲ ਤਰੀ ਹੁੰਦੀ ਹੈ ਕਾਕੇ ਕਹਿੰਦੇ ਕਹਿੰਦੇ ਬਾਈ ਜਿਹੜੇ ਇਹ ਰੋਡੇ ਵਾਲੇ ਸ਼ਾਖੇ ਵੱਜਦੇ ਆ ਕਹਿੰਦੇ ਬਾਲੇ ਬੰਬਨੇ ਕਹਿੰਦੇ ਜਾਣਦੇ ਵੀ ਨਹੀਂ ਛੇਦੀ ਕਹਿੰਦੇ ਬਾਲੇ ਡਾਵੇ ਕਬੂਤਰ ਬਹੁਤ ਉੜਦੇ ਆ ਸੀ ਬਹੁਤ ਬਾਜ਼ੀਆਂ ਜਿੱਤਦੇ ਆ ਬਾਈ ਹੂੰ ਯਾਨੀ ਬਾਲੇ ਭੜੇ ਕਬੂਤਰ ਨੇ ਮੈਂ ਹੋਰ ਬੰਦਿਆਂ ਤੋਂ ਵੀ ਇੱਕ ਦੋ ਤੋਂ ਸੁਣਿਆ ਸੀ ਪਰ ਦਿਖਾਏ ਨਹੀਂ ਕਿਸੇ ਨੇ ਉਹ ਕਬੂਤਰ ਕੀ ਚੱਕਰ ਆ ਵੀ ਐਨੀ ਦਿਖਾਉਣ ਵਾਲੇ ਓਡੇ ਕੋਲ ਤਾਂ ਸਾਰੀ ਬੱ ਜਿਹੜੇ ਪੁੰਨੂ ਬਾਬੇ ਵਾਲੇ ਕਬੂਤਰ ਨੇ ਪੁੰਨੂ ਬਾਬੇ ਵਾਲੇ ਭੁੱਲਰ ਵਾਲੇ ਉਹ ਜ਼ਿਆਦਾਤਰ ਕਬੂਤਰ ਕਿੱਥੇ ਕਿੱਥੇ ਗਏ ਆ ਕਿੰਨੇ ਕ ਕਬੂਤਰ ਸੀ ਬਾਬੇ ਪੁੰਨੂ ਕੋਲੇ ਕਬੂਤਰ ਕਿੰਨੇ ਕ ਸੀ ਕਬੂਤਰਾਂ ਕੋਲੇ ਸੀ ਥੋੜੇ ਹੀ ਅੱਛਾ ਪੁੰਨੂ ਕੋਲੇ ਹਾਂ ਤੇ ਉਹਨਾਂ ਦਾ ਸੀਗਾ ਜ਼ਿਆਦੇ ਲੈਣ ਦੇ ਨ ਕਮਰ ਜੀਤ ਨੂੰ ਕੌਣੀ ਵਾਲੇ ਨਾਲ ਠੀਕ ਆ ਜਿਹੜੇ ਕੌਣੀ ਵਾਲੇ ਤੇ ਪੁੰਨੂ ਕੋਲ ਕਬੂਤਰ ਆ ਇੱਕੋ ਹੀ ਲੈਣ ਸੀ ਅੱਛਾ ਇਹ ਲੈਣ ਕਿਹੜੀ ਸੀ ਗਾਂਹਾਂ ਤੋਂ ਪਿੱਛਾਂ ਤੋਂ ਕਿਹੜਾ ਲੈਣ ਸੀ ਇਹ ਇਹ ਪਿੱਛੇ ਤੋਂ ਉਧਰ ਦੇ ਸੀ ਕੋਈ ਬੰਦਾ ਮੈਂ ਤਾਂ ਨਾਂ ਤਾਂ ਭੁੱਲ ਗਿਆ ਯਾਰ ਪੁਰ ਇਹਨਾਂ ਦੇ ਪਿੰਡਾਂ ਦਾ ਅਸੀਂ ਨੇੜ ਦਾ ਕੋਈ ਅੱਛਾ ਉੱਥੋਂ ਤੇ ਕੋਸਾ ਏ ਸੀ ਗਰਨੈਲ ਦੁਕਾਨਾਂ ਵਾਲੇ ਇਹ ਕੋਈ ਗਰੁੱਪ ਤੁਸੀਂ ਇਹ ਇੱਕ ਇੱਕ ਮਿਕਸ ਤਾਂ ਹੀ ਕਾਲੇ ਨੀਲੇ ਗੋਲੇ ਡੱਬੇ ਜੇ ਕੱਢ ਜਾਂਦੇ ਆ ਇਹ ਸਰ ਉਹ ਨਸਲ ਇੱਥੇ ਬਣਦੀ ਮੇਰੇ ਬਾਬੇ ਪੁੰਨ ਵਾਲੇ ਕਬੂਤਰ ਗਏ ਕਿੱਥੇ ਕਿੱਥੇ ਬਾਈ ਜਿਆਦਾ ਇੱਕ ਤਾਂ ਤੁਹਾਡੇ ਕੋਲੇ ਹੈਗੇ ਕਬੂਤਰ ਇਹ ਇਹ ਸਾਡੇ ਕੋਲ ਤਾਂ ਨਹੀਂ ਸਾਡੇ ਇੱਕ ਇੱਕ ਸਮਾਲ ਸਰ ਹੈਗੇ ਆ ਮੈਨੂੰ ਪਹਿਲਾਂ ਤਾਂ ਬਾਈ ਜੀ ਹੁਣ ਜਿਹੜਾ ਸਾਡੇ ਪੁੰਨ ਤੋਂ ਬਾਅਦ ਜਸਵੀਰ ਕੋਲੇ ਸੀਗੇ ਹਾਂ ਹਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਆਈ ਉਹ ਲੈ ਉਹਨਾਂ ਨੇ ਜਿਹੜਾ ਪੁੰਨ ਦਾ ਵੱਡਾ ਕਬੂਤਰ ਸੀ ਹੂੰ ਹਜ਼ਾਰ ਵਾਲਾ ਉਹ ਵੀ ਹਜ਼ਾਰ ਦਾ ਮੈਨੂੰ ਲੈ ਆ ਰਿਹਾ ਸੀ ਖੱਟੀਆਂ ਅੱਖਾਂ ਨਾਲ ਹੂੰ ਉਹ ਵੀ ਹਜ਼ਾਰ ਦੇ ਲਿਆ ਸੀ ਉਹ ਵੀ ਹਜ਼ਾਰ ਦੇ ਉਹ ਚਿੱਟਾ ਸਫੈਦ ਸੀ ਕੱਟੀਆਂ ਚਿੱਟਾ ਸਫੈਦ ਕੱਟੀਆਂ ਪੁੰਨੂ ਵਾਲਾ ਵੱਡਾ ਕਬੂਤਰ ਪੁੰਨੂ ਦੇ ਘਰੋਂ ਲਿਆਂਦਾ ਹੀ ਬਾਬੇ ਨੇ ਹਾਂ ਪੁੰਨੂ ਦੇ ਘਰੋਂ ਆਪ ਲਿਆਂਦਾ ਸੀ ਹਜ਼ਾਰ ਦਾ ਹੀ ਹਾਂ ਜੀ ਹਜ਼ਾਰ ਠੀਕ ਹੈ 2 ਹੋ ਗਏ ਹਜ਼ਾਰਾਂ ਵਾਲੇ ਹੁਣ 2000 ਹੋ ਗਏ ਇਹਨੇ 1000 ਵਾਲਾ ਇਹ 2000 ਵਾਲੇ 2000 ਵਾਲੇ ਪਾਏ ਗਏ ਆਹ ਕਾ ਗੱਲ ਐਹੇ ਜੀਆਂ ਗੱਲਾਂ ਕਿਤੇ ਮਿਲਣੀਆਂ ਯਾਰ ਆਪਾਂ ਨੂੰ ਫੇਰ ਬਾਈ ਉਸ ਤੋਂ ਬਾਅਦ ਕਿਹੜੇ ਕਿਹੜੇ ਗੋਲੇ ਗਏ ਜ਼ਿਆਦਾਤਰ ਕਬੂਤਰ ਪੁੰਨੂ ਬਾਬੇ ਵਾਲੇ ਉਹਨੂੰ ਬਾਬੇ ਵਾਲੇ ਤੇ ਬਈ ਮੁੜਕੇ ਦਾ ਫਿਰ ਇਹ ਕਮਰਜੀ ਕਬੂਤਰ ਜਨੈਲ ਤੋਂ ਜਿਹੜੇ ਜਨੈਲ ਦੇ ਲਿੰਕ ਵਾਲੇ ਬੰਦੇ ਸੀ ਉਹ ਲੈ ਗਏ ਉਹ ਲੈ ਗਏ ਤੇ ਕਮਰਜੀ ਤੋਂ ਕੋਸੋ ਜਿਹੜੇ ਆਪਣਾ ਟਾਂਕੀ ਵਾਲੇ ਕਬੂਤਰ ਬਣੇ ਜਾਂਦੇ ਆ ਜਾਬੀ ਫੌਜੀ ਵਾਲੇ ਇਹ ਉਹ ਕਬੂਤਰ ਕਮਰਜੀ ਟਮੋਟ ਵਾਲੇ ਟਮੋਟ ਵਾਲੇ ਉਹ ਕਮਲਜੀ ਤਕੌਣੀ ਵਾਲੇ ਕਬੂਤਰ ਨੇ ਬਾਈ ਵਾਲੇ ਜਿਹੜਾ ਜਥੇਦਾਰ ਸੀ ਨਾ ਡੇਲ ਵਾਲਾ ਉਹ ਕਾਲ ਸ੍ਰੀ ਜਿਹੜੇ ਕਾਲ ਸ੍ਰੀ ਡੇਲ ਪੈਦੇ ਆ ਉਹ ਵੀ ਫੌਜੀ ਵਾਲੇ ਪੈਦੇ ਆ ਉਹ ਜਿਹੜਾ ਕਾਲ ਸ੍ਰੀ ਕਬੂਤਰ ਜਥੇਦਾਰ ਲੱਗਿਆ ਸੀ ਉਹ ਜੋੜੀ ਕਮਲਜੀਤ ਕੌਣੀ ਜੀ ਤੋਂ ਉਹ ਪੁੰਨੂ ਵਾਲੇ ਕਬੂਤਰ ਹੀ ਸੀ ਮੇਰੇ ਨੂੰ ਉਹ ਪਿੱਛੇ ਪੁੰਨੂ ਵਾਲੇ ਕਬੂਤਰ ਨੇ ਉਹ ਜਾ ਕੇ ਟਾਂਕੀ ਵਾਲੇ ਕਬੂਤਰ ਬਣੇ ਜਿਹੜੇ ਫੌਜੀ ਵਾਲੇ ਜਾਂਦੇ ਸੀ ਹੂੰ ਉਹ ਉਹ ਕਬੂਤਰਾਂ ਦਾ ਜਿਹੜਾ ਬਾਈ ਫੌਜੀ ਤੋਂ ਮੋਟ ਵਾਲੇ ਕਬੂਤਰ ਨੇ ਉਹ ਵੀ ਪਿੱਛਾ ਉਹਨਾਂ ਦਾ ਪੁੰਨੂ ਵਾਲਾ ਹੀ ਆ ਪੁੰਨੂ ਵਾਲੇ ਪਿੱਛਾ ਉਹਨਾਂ ਦਾ ਤੇ ਪੁੰਨੂ ਵਾਲੇ ਕਬੂਤਰ ਦਾ ਮਤਲਬ ਇੰਨੇ ਚੰਗੇ ਆ ਵੀ ਗਾਹਾਂ ਬਲੱਡ 'ਚ ਜਾ ਜਾ ਕੇ ਵੀ ਬੰਬ ਕੱਢੀ ਜਾਂਦੇ ਆ ਉਹ ਹਾਂ ਉਹ ਟਾਂਕੇ ਵੀ ਕੱਢਦੇ ਛਾਖ ਵੀ ਕੱਢਦੇ ਆ ਕਾਲਸਰੀਆਂ ਵੀ ਕੱਢਦੇ ਆ ਕਾਲੀ ਜਿੰਨੀ ਵੀ ਕੱਦ ਇਹਨਾਂ ਦੇ ਬਹੁਤ ਵੱਡੇ ਆ ਵਿੱਚ ਬਾਈ ਜਿਹੜੇ ਪਿਓਰ ਹੋ ਜਾਂਦੇ ਆ ਉਹਨਾਂ ਦੇ ਕੱ ਹੋਰ ਵੀ ਕੋਈ ਹੈਗੀ ਪੁੰਨੂ ਬਾਬੇ ਵਾਲ ਕਬੂਤਰ ਨਿਸ਼ਾਨੀ ਬਾਈ ਪਯੌਰ ਦੀ ਸਾਡੇ ਕੋਲ ਤਾਂ ਵੱਧ ਨਾ ਸੋ ਖੱਟੀਆਂ ਵਾਲੀ ਹੈ ਬਾਈ ਕਾਲੀ ਚੀਨੇ ਦੇ ਹੂੰ ਤੇ ਖੱਟੀਆਂ ਵਾਲੀ ਸਪਾਇਰ ਲਾਲ ਖੰਭ ਵੀ ਹੁੰਦੇ ਮਾੜੇ ਮੋਟੇ ਹਨ ਹਾਂ ਇਹ ਮੇਨ ਨਿਸ਼ਾਨੀ ਤਾਂ ਇਹੀ ਹੈ ਵੀ ਕਾਲੇ ਤੇ ਨਾਲ ਲਾਲ ਖੰਭ ਉਹਨਾਂ ਦੇ ਹੋਣਗੇ ਪੁੰਨੂ ਬਾਬੇ ਵਾਲ ਇੱਕ ਬਾਈ ਕਬੂਤਰ ਹੋਰ ਦੇਖਿਆ ਮੈਂ ਤੁਹਾਡੇ ਕਬੂਤਰੀ ਨੇ ਉਹ ਤੇ ਕਿਉਂਕਿ ਹੁਣ ਤੁਹਾਡਾ ਤਾਂ ਬਾਈ ਇੱਕ ਗਰੁੱਪ ਆ ਜਿਵੇਂ ਸਮਾਲਸਰ ਵਾਲੇ ਹੋ ਹੋਗੇ ਹਨਾ ਜੀ ਬਾਈ ਰੂਪਾ ਸਮਾਲਸਰ ਹੋ ਗਿਆ ਸਗਰੇਬ ਸਮਾਲਸਰ ਹਾਂ ਤੁਹਾਡੇ ਕੋਲੇ ਤੁਹਾਡੇ ਇਨਾਂ ਦੇ ਵਿੱਚ ਕਬੂਤਰਾਂ ਦੇ ਭਾਈ ਗੂੜੇ ਲਾਲ ਸਿਰ ਤੇ ਕੱਲੀਆਂ ਕਾਲੀਆਂ ਪੂਛਾਂ ਉਹ ਵੀ ਹੈਗੇ ਕਬੂਤਰ ਉਹ ਕਿਹੜੇ ਕਬੂਤਰ ਨੇ ਉਹ ਨਹੀਂ ਉਹ ਨਹੀਂ ਕੁਝ ਕੈਸਾ ਜਿਹੜਾ ਕਬੂਤਰ ਹੋਰ ਮੈਨੂੰ ਸਮਝ ਪਈ ਹੁਣ ਉਹ ਤੇ ਉਹ ਕਬੂਤਰ ਨਹੀਂ ਪਤਾ ਭਾਈ ਮੈਨੂੰ ਕਿਸੇ ਪਾਸੇ ਉਹ ਕਬੂਤਰ ਦਿਖੇ ਸੀ ਉਹ ਬੰਦਾ ਕਹਿੰਦਾ ਕਹਿੰਦਾ ਵੀ ਇਹ ਕਬੂਤਰ ਪੁੰਨੂ ਵਾਲਾ ਚਿੱਟੀਆਂ ਅੱਖਾਂ ਦੇ ਨੇ ਬਾਰ ਉਹ ਉਹਨਾਂ ਦੇ ਸਿਰ ਲਾਲ ਨੇ ਪੂਛਾਂ ਕਾਲੀਆਂ ਉਹ ਕਬੂਤਰ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇਹ ਕਬੂਤਰ ਸਾਡੇ ਇੱਥੇ ਪੁੱਚ ਵਾਲੇ ਮਾਨ ਬਾਈਦੇ ਆ ਹਾਂ ਇਹਨਾਂ ਕੋਲ ਵੀ ਇਹ ਰੰਗ ਕੱਢਣ ਲੱਗੇ ਸੀ ਕਬੂਤਰ ਹੈ ਇਹ ਤਾਂ ਨਿਕਣ ਕਬੂਤਰ ਅੱਛਾ ਬਾਬੇ ਤਾਂ ਨਿਲ ਕਬੂਤਰ ਹੀ ਨੇ ਇਹ ਲਾਲ ਲਾਲ ਸਰੇ ਕੱਢੇ ਜਾਂ ਪੂਛ ਕਾਲੀ ਹੋ ਜਾਂਦੇ ਟੌਰੀ ਕਾਲੀ ਕੱਢੇ ਜਾਂਦੇ ਖੰਮ ਕੱਢੇ ਜਾਂਦੇ ਇਹ ਅਸਲ ਵਿੱਚ ਬਾਈ ਕਹਿੰਦੇ ਬਾਬੇ ਤਾਂ ਜਿਹੜੇ ਪੁੰਨੂ ਵਾਲੇ ਕਬੂਤਰ ਜਾਂ ਰਾਜਨ ਵਾਲੇ ਬਣੇ ਹੈਗਾ ਇਹ ਕਹਿੰਦੇ ਪੁੰਨੂ ਵਾਲੇ ਕਬੂਤਰਾਂ ਦੀ ਲੈਣੀ ਆ ਰਾਜਨ ਵਾਲੀ ਵੀ ਹਾਂ ਹਾਇ ਤਰ੍ਹਾਂ ਇਹ ਇਹਨਾਂ ਦੇ ਜਿਹੜੇ ਰਾਜਨ ਕੋਲੇ ਜਾ ਕੇ ਬਣੇ ਤੇ ਧੰਨੇ ਦੇ ਕਬੂਤਰ ਜਾਵੜਿਆ ਇਹ ਤਾਂ ਐਂ ਲੈਣ ਬਣੀ ਇਹਨਾਂ ਪੁੰਨੂ ਵਾਲੇ ਚ ਰਾਜਨ ਵਾਲੇ ਬਣ ਗਏ ਬਾਬੇ ਧੰਨੇ ਸਾਰੇ ਉੱਥੋਂ ਆਏ ਬਾਬੇ ਧੰਨੇ ਵਾਲੇ ਤੇ ਬਾਬੇ ਪੁੰਨੂ ਵਾਲਾ ਬਲੱਡ ਹਾਂ ਬਾਬੇ ਧੰਨੇ ਕੋਲੇ ਪਹਿਲਾਂ ਸੀ ਕਬੂਤਰ ਜਾਂ ਬਾਬੇ ਪੁੰਨੂ ਕੋਲੇ ਪਹਿਲਾਂ ਸੀ ਕਬੂਤਰ ਪੁੰਨੂ ਕੋਲ ਤਾਂ ਪਹਿਲਾਂ ਸੀ ਅੱਛਾ ਬਾਬੇ ਧੰਨੇ ਤੋਂ ਪਹਿਲਾਂ ਸੀ ਪੁੰਨੂ ਕੋਲੇ ਕਬੂਤਰ ਉਹ ਤਾਂ ਵੀ ਬਰਾਬਰ ਜੀ ਹੋਣ ਪਰ ਇਹਨਾਂ ਦਾ ਲੈਣ ਇਹਦੇ ਭਾਈਆਂ ਨਾਲ ਸੀਗਾ ਉਹਨਾਂ ਦਾ ਸਰਕਲ ਕੋ ਚੋਲੇ ਭਾਈ ਸਾਹਿਬ ਕਹਣਾ ਤਸਵੀਰ ਨਾਲ ਸੀਗਾ ਉਹਨੂੰ ਦਾ ਸਰਕਲ ਹਮ ਤੇ ਭਾਈ ਸਾਹਿਬ ਦਾ ਤਸਵੀਰ ਨਾਲ ਸੀ ਐਂ ਗੇਮ ਕੋ ਇਹ ਸਾਰੇ ਕਬੂਤਰ ਜਿਹੜੇ ਹਜ਼ਾਰ ਵਾਲਾ ਕਬੂਤਰ ਸੀ ਆਪ ਉਹ ਭਾਈਆਂ ਦੇ ਘਰੇ ਬੱਚੇ ਕੱਢ ਕੇ ਗਏ ਇੱਥੇ ਹੋਰ ਰਿਉ ਕਿਸੇ ਕੋਲ ਗਿਆ ਜਾਂ ਮੈਂ ਬੈਰੋਕਰ ਸਿੱਧਾ ਜਿਵੇਂ ਕੋਲ ਆਉਂਦਾ ਭਾਈਆਂ ਦੇ ਘਰੇ ਉੱਤੋਂ ਖੰਡੇ ਆ ਕਬੂਤਰ ਸਾਰੇ ਉਹ ਚੋਲੇ ਭਾਈ ਸਾਹਿਬ ਕਹਣਾ ਤਸਵੀਰ ਕੇ ਰਿਸ਼ਤੇ ਦਾ ਦੀ ਸੀ ਰਿਸ਼ਤੇ ਦਾ ਦੀ ਾਂਗ ਕਬੂਤਰ ਰਹੀਗੇ ਤੇ ਇੱਕ ਬਈ ਆਪਾਂ ਹੋਰ ਗੱਲ ਕਰਦੇ ਆ ਚਲੋ ਬਲੱਡ ਲੈਣਾ ਦਾ ਕੁਛ ਤਾਂ ਬਾਈ ਨੇ ਜਿਵੇਂ ਕਹਿੰਦੇ ਔਖੇ ਔਖੇ ਚਲ ਆਪਾਂ ਗੱਲਾਂ ਪੁੱਛੀਆਂ ਜਿੰਨੀਆਂ ਕੁੱ ਪੁੱਛ ਸਕਦੇ ਸੀ ਵੱਧ ਬਲੱਡ ਤੁਹਾਨੂੰ ਕਿਹੜਾ ਲੱਗਦਾ ਵੀ ਤੁਹਾਡੇ ਕੋਲ ਬੜੇ ਚੰਗੇ ਡਾਵੇ ਤੇ ਸਾਰੀ ਵੱਧ ਕੇ ਇੱਕ ਕੂਤਰ ਤਾਂ ਬਾਈ ਗੱਗਿਆ ਕੋਈ ਵੀ ਨਹੀਂ ਮੜਾ ਹੂੰ ਕਬੂਤਰੇ ਸਾਰ ਪ੍ਰਕਾਰ ਦਾ ਮੁੱਲ ਲੈ ਕੇ ਵੇਖ ਲੈ ਲੈ ਆ ਜਾਣ ਤੂੰ ਵੀ ਲੈ ਲੈ ਸਾਡੇ ਸਿਰੇ ਦੇ ਬੰਦਿਆਂ ਨਾਲ ਲੈ ਅੱਜ ਰਹਿਣਾ ਚੰਗੇ ਖੜਾਰਗਾ ਨਾਲ ਡੇਰਗੇ ਇਹਦੇ ਨਾਲ ਹੂੰ ਤੇ ਹਾਇ ਵੀ ਸਾਡੀ ਸਾਰਾ ਨਾਲ ਘਰ ਵਾਲੀ ਗੱਲ ਹੀ ਸੀ ਸਾਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਤੇ ਨਾ ਹੀ ਅਸੀਂ ਦਿੱਤਾ ਕਦੇ ਹੂੰ ਤੇ ਗੱਲ ਕਰ ਵੀ ਆਏ ਆ ਇਹਨਾਂ ਨੂੰ ਹਟਾ ਕੇ ਆ ਯਾਰ ਹੂੰ ਜਿਹੜਾ ਕਬੂਤਰ ਆ ਨਾ ਹੂੰ ਇਹ ਕਬੂਤਰ ਤਾਂ ਯਾਰ ਘਰੇ ਝੰਡੇ ਦਾ ਹੂੰ ਜਿਹੜਾ ਘਰੇ ਝੰਡਿਆ ਗਿਆ ਬਾਈ ਸਹੀ ਜਿਹੜਾ ਅੱਖਾਂ ਦੇ ਸਾਹਮਣੇ ਉੱਡ ਗਿਆ ਉਹੀ ਚੰਗਾ ਹਾਂ ਜਿਹੜਾ ਅੱਖਾਂ ਦੇ ਸਾਹਮਣੇ ਉੱਡ ਗਿਆ ਸਾਰਾ ਦਿਨ ਕਬੂਤਰ ਅੱਖਾਂ ਸਾਹਮਣੇ ਉੱਡਦਾ ਜਿਹੜਾ ਕਬੂਤਰ ਹੂੰ ਉਹ ਕਬੂਤਰ ਜਾਂ ਪੂਰੇ ਚੰਗੇ ਰੜੇ ਹੋਇਆ ਘਰੇ ਹੂੰ ਦਾੜ ਆ ਕੇ ਕਾਟਾ ਮਾ ਗਿਆ ਜਾਂ ਕਿਸੇ ਤੋਂ ਮੰਨ ਕੇ ਚੱਲ ਕੇ ਲੈ ਆਂਦੇ ਡਾਉਣੇ ਤਾਂ ਉਹਦੇ ਬੱਚੇ ਆਪ ਨੂੰ ਹੀ ਪਣੇ ਆ ਉਹ ਆਪ ਨੂੰ ਡਾਉਣੇ ਪਣੇ ਆ ਨੌਟ ਨੂੰ ਬਾਅਦ ਦੀਆਂ ਗੱਲਾਂ ਹਾਂ ਮਾੜੀ ਸੁਣਮਾਈ ਹਾਂਜੀ ਨੌਲ ਜਲੀ ਗੱਲ ਹਾਂਜੀ ਇੱਕ ਨ ਇੱਤੋਂ ਅਜੇ ਬਹਿਣੀ ਆ ਤੂੰ ਤਾਰੀ ਬਹਿਣੀ ਆ ਤਾਰੀ ਬਹਿਣੀ ਆ ਇਹਨਾਂ ਦੀ ਕਰਨੀ ਸੀ ਆਪਾਂ ਇੰਟਰਵਿਊ ਬਾਈ ਦੀ ਵੀ ਚੱਲ ਤੁਹਾਨੂੰ ਮਾੜੀ ਹਿਸਤਰੀ ਦੱਸ ਚੱਲ ਜਮੈਲੇ ਹਾਂ ਉਸ ਵੇ ਕਬੂਤਰ ਲਿਆ ਕਾਲਾ ਚੀਨਾ ਹਾਂ ਆਇਆ ਸੀ ਉਹ ਜਸਵੀਰ ਦੇ ਘਰੋਂ ਉਹਨੂੰ ਗਾਲਾ ਕਬੂਤਰਾਂ ਦਾ ਅੱਛਾ ਉਹ ਤਾਂ ਮੈਂ ਕੂਤਰ ਲਿਆ ਕੂਤਰੇ ਮੈਂ ਸਰਦਾਰ ਸੰਤੋਖ ਸਿੰਘ ਘਰਾਗਣਾ ਨਿੰਗ ਨਿੰਗ ਘਰਾਗਣਾ ਜੀ ਬਾਬਾ ਜੀ ਹਾਂ ਫਿਰ ਉਹ ਲੈ ਕੇ ਅਸੀਂ ਮਿਲਦੇ ਉਹਨਾਂ ਨੇ ਕੱਢੇ ਸਾਡੇ ਕੋਲ 13 ਬੱਚੇ ਅੱਛਾ ਉਹ ਜੋੜੀ ਨੇ ਉਹ ਜੋੜੀ ਨੇ 13 ਦੇ 13 ਹੀ ਬਾਜਨੀ ਤੇ ਕੋਈ ਦੋ ਜਿੱਟੇ ਕੋਈ ਤਿੰਨ ਜਿੱਟੇ ਕੋਈ ਚਾਰ ਜਿੱਟੇ ਕੋਈ ਇੱਕ ਜਿੱਟਾ ਕਮਾਲ ਦੀ ਗੱਲ ਅਸਰ ਹੀ ਕੀਤਾ ਜਿਹੜੇ ਕੱਠਾਂ ਵਾਲੇ ਬਾਜ ਸਾਡੇ ਕਬੂਤਰ ਉਹ ਬਲੱਡ ਲੈਣਾ ਇਹਦੇ ਆ ਕਬੂਤਰ ਇਹ ਬਾਈ ਤਾਰੀ ਬਹਿਣੀ ਵਾਲ ਦੇ ਕਬੂਤਰਾਂ ਦੇ ਵਿੱਚੋਂ ਹਾਂ ਤੇ ਨਿੰਗਲ ਗਈ ਨਹੀਂ ਗਾਲੀ ਕਬੂਤਰ ਨਹੀਂ ਗਬਾਬੇ ਵਾਲੇ ਕਿਹੜੇ ਕਬੂਤਰਾਂ ਚੋਂ ਸੀ ਗਾਂ ਉਹ ਟਾਂਕੀ ਵਾਲੇ ਕਬੂਤਰਾਂ ਦੇ ਫੌਜੀ ਵਾਲੇ ਉਹ ਗਾਹ ਪੁੰਨੂ ਵਾਲੇ ਇੱਕ ਬਲੱਡੀ ਹੋ ਗਿਆ ਇਹ ਬਾਈ ਕੋਲੇ ਪੁੰਨੂ ਵਾਲੇ ਹੋ ਵੀ ਪੁੰਨੂ ਵਾਲੇ ਚਲ ਆ ਵੀ ਗੱਲ ਅੱਜ ਸੋਨ ਨੂੰ ਨੂੰ ਮਿਲੇ ਵੀ ਪੁੰਨੂ ਵਾਲਾ ਬਲੱਡ ਘੁੰਮ ਕੇ ਗਿਆ ਵਾ ਫੌਜੀ ਬਾਈ ਨੇ ਆਪਦੇ ਕਬੂਤਰਾਂ ਚ ਲਾਤਾ ਸੀ ਯਾਨੀ ਕੀ ਹੋ ਸਕਦਾ ਨਿੰਗਦੇ ਕੋਈ ਆਪਦੇ ਬਗਰਾੜੀ ਵਾਲੇ ਕਬੂਤਰਾਂ ਚ ਮਿਸੋ ਪਰ ਉਹ ਮੈਨੂੰ ਪਰ ਹੈ ਪੁੰਨੂ ਵਾਲਾ ਤੇ ਇੱਕ ਬਈ ਆਪਾਂ ਹੋਰ ਗੱਲ ਕਰੀਏ ਵੀ ਘਰੇ ਡਾਈਆਂ ਕਿੰਨੀਆਂ ਕ ਹੋਣੀਆਂ ਚਾਹੀਦੀਆਂ ਜਦੋਂ ਕੱਢਨੇ ਆ ਕਬੂਤਰ ਆਪਾਂ ਜਾਂ ਕਬੂਤਰ ਦੇ ਹਿਸਾਬ ਨਾਲ ਨਹੀਂ ਯਾਰ ਕਬੂਤਰ ਦਾ ਘਰੇ ਘੱਟੋ ਘੱਟ 1.5-2 ਮਹੀਨੇ ਉੱਡਾ ਨਹੀਂ ਜਦੋਂ ਆਪਾਂ ਬਾਜੀ ਇੱਕ ਪਲੇ ਕੱਢਨੇ ਆ ਉਦੋਂ ਆਪਾਂ ਪ੍ਰੈਮ ਲਈ ਜਿਉਂ ਕੱਢਦੇ ਆ ਉਹ ਉਹ ਵੀ 1.5-2 ਮਹੀਨੇ ਉੱਡਾ ਹੋਵੇ ਘਰੇ ਸਾਰੀ ਜਿਹੜਾ ਬਾਹਲਾ ਉੱਡਦਾ ਹੋਮੀ ਨਾ ਸਾਰੇ ਉੱਡੇ ਹੋਣ ਬਾਹਲੇ ਉੱਡਣ ਨੂੰ ਉਹਨੂੰ ਕਿ ਥੱਕਦਾ ਹੋ ਬਾਜ ਜਦਸ ਕਰੇ ਤਾਂ ਬੰਦਾ ਮਾੜਾ ਹੋਊਗਾ ਕਿ ਤਕੜਾ ਹੋਊ ਇੱਕ ਤਾਂ ਬਾਈ ਰੋ ਜੀ ਜੇ ਮੰਨ ਕੇ ਜੋ ਦੇਣੀ ਮਰੀ ਜਾਂਦਾ ਫਿਰ ਉਹਨੂੰ ਵੀ ਆਪਾਂ ਉਹਨੀਆਂ ਡਾਈਆਂ ਹੀ ਕਰਾਵਾਂਗੇ। ਨਾ ਨਾ ਕਬੂਤਰ ਡਾਈਆਂ ਕਿਹੜੇ ਲੋਟ ਕੰਨ ਵੀ ਕਿੰਨੇ ਦਾ ਲਗਾਤਾਰ ਛੱਡ ਕੇ ਬਾਹਰ ਕਰਦੇ। ਉਹ ਤਾਂ ਜਦੋਂ ਹੁਣ ਪਤਾ ਵੀ ਕਬੂਤਰ ਜ਼ਿਆਦਾ ਉੱਡਣ ਲੱਗ ਗਿਆ ਵੀ ਜ਼ੋਰ ਲਾਉਣ ਲੱਗ ਗਿਆ ਉਹਨੂੰ ਬਾਰੀ ਵੀ ਪਾਈ ਜਾਂਦੀ ਏ। ਹੂੰ ਤੇ ਜੇ ਉਹ ਇੱਕ ਰੰਦੀ ਬੰਦੀ ਕਰ ਲਵੇ। ਹਾਂ ਜੇ ਕੁ ਦਿਨ ਮਿਸੇ ਆ ਥੋੜੇ ਜੇ। ਹੂੰ ਫੇਰ ਉਹਨੂੰ ਨਿੱਤ ਵੀ ਛੱਡਿਆ ਜਾਂਦਾ ਵੀ ਉਹ ਥੱਕ ਕੇ ਉਹ ਤਾਂ ਵਾਹ ਜਾਂਦਾ ਜੇ ਰੈਸਟ ਮਿਲ ਕੇ ਉਹ ਉੱਤੇ ਰਹਿਣ ਨਗਮਾ ਜਾਣਾ ਸਾਡਾ ਸ਼ਹਿਰ ਨੇੜੇ ਸ਼ਹਿਰ ਚ ਵਾ ਗਏ ਨੇ ਜੇ ਮੰਨ ਕੇ ਚੱਲੋ ਲੋ ਪੈਂਦੀ ਉਹ ਫਿਰ ਕਬੂਤਰ ਜਦੋਂ ਜ਼ੋਰ ਲਾ ਕੇ ਆਉਂਦਾ ਘਰੇ ਉਹਨੂੰ ਬੰਦੀਆਂ ਪਾ ਕੇ ਡਾਉਣ ਲੱਗ ਜੇਗਾ ਉਹ ਹਾਂ ਫਿਰ ਉਹਦਾ ਦੇ ਹਿਸਾਬ ਉਹਨਾਂ ਕ ਦਾ ਦਿਮਾਗ ਹਰੇਕ ਕੋਲੇ ਹੈਗਾ ਗੱਗਾ ਨਹੀਂ ਹੁਣ ਬਾਈ ਇਹ ਮੰਨ ਕੇ ਚੱਲੋ ਪਤਾ ਕੀ ਗੱਲ ਆ ਦਿਮਾਗ ਤਾਂ ਹੁਣ ਇੰਟਰਵਿਊਆਂ ਬਾਹ ਲੀਆਂ ਹੁੰਦੀਆਂ ਠੀਕ ਆ ਹੁਣ ਕਬੂਤਰ ਆਪਾਂ ਇੱਥੇ ੜਾਉਣੇ ਆ ਗੇਮ ਆਪਾਂ ਹੋਰ ਦੀ ਪਾਕਿਸਤਾਨ ਵਾਲੀ ਲਈ ਫਿਰਦੀ ਐ ਮਲੇਸ਼ੀਆ ਵਾਲੀ ਲਾਈ ਜਾਈਏ ਉਹ ਕਿਵੇਂ ਲੋਟ ਆਉ ਕਹਾਣੀ ਇੱਥੋਂ ਵਾਲੇ ਨੇ ਇੱਥੇ ਸਿੱਖਣਾ ਪੈਣਾ ਆਪਾਂ ਨੂੰ ਹਣਾ ਨਹੀਂ ਯਾਰ ਦੱਸੇ ਤੋਂ ਤਾਂ ਬਾਈ ਕਬੂਤਰ ਉੜਦੇ ਨਹੀਂ ਹਾਂ ਇਹਦਾ ਆ ਪੜਨਾ ਸਿੱਖਣਾ ਪੈਂਦਾ ਇਹਦਾ ਆਪ ਪੜਨਾ ਹੁਣ ਮੈਨੂੰ ਕੀ ਪਤਾ ਵੀ ਤੇਰੇ ਕਬੂਤਰ ਦੇ ਮਿਹਦੇ ਅੰਦਰਾਂ 'ਚ ਗਰਮੀ ਐ ਹਾਂ ਹੁਣ ਮੈਂ ਤੈਨੂੰ ਕਹਿੰਦਾ ਵੀ ਬਾਈ ਸ਼ੀ ਦੇ ਦੀ ਵੀ ਉਹ ਕਹਿੰਦਾ ਲਗਾਤਾਰੀ ਡਾਈ ਜਾਵੇ ਮੈਂ ਤੈਨੂੰ ਕਹਿੰਦਾ ਸ਼ੀ ਬਦਾਮ ਦੇ ਦੀ ਸਾਰੇ ਕਮੈਂਟ ਵੀ ਕਰਨਗੇ ਵੀ ਸ਼ੀਆਂ ਵਾਲਾ ਕਿਵੇਂ ਉੱਡਜੂ ਸਾਡੇ ਉੜਦੇ ਸੀ ਨੱਤ ਦਵਾਈ ਦੇਨੇ ਰਾਤ ਨੂੰ ਆ ਕੇ ਘ ਵੀ ਹੁਣ ਵਿੱਚ ਬੰਦੇ ਵਿਚਾਰੇ ਇੱਕ ਨਵੇਂ ਮੁੰਡੇ ਕੀ ਆ ਉਹਨੂੰ ਇੰਟਰਵਿਊ ਆ ਚ ਅਗਲਾ ਕਹਿੰਦਾ ਫੁਲਾਨਾ ਦਾ ਯਾਰ ਕਹਿੰਦਾ ਵੀ 12 ਅੜਾਈਆਂ ਲਗਾਤਾਰ ਉਹ 12 ਅੜਾਈਆਂ ਕਰਾ ਦਿੰਦੇ ਆ ਮੁੜ ਕੇ 10 ਇੱਕ ਦਾ ਨਾਲੀਆਂ ਕਰ ਜਦੋਂ ਨੂੰ ਬਾਜੀ ਦੀ ਬਹਾਰ ਆਉਂਦੀ ਆ ਕਬੂਤਰ ਘਰੀ ਮੱਚ ਜਾਂਦਾ ਬਾਜੀ ਵਾਲੇ ਟਾਈਮ ਕਰਕੇ ਘਰ ਵਾਲਾ ਟਾਈਮ ਵੀ ਨਹੀਂ ਕਰਦਾ ਬਾਜੀ ਤੇ ਜਾ ਕੇ ਜਾਨ ਸਰ ਬਹਿ ਜਾਂਦਾ ਨਹੀਂ ਗੱਗਾ ਉਹ ਨਾ ਕਬੂਤਰਾਂ ਨੂੰ ਨੁਕਸ ਹੁੰਦਾ ਉੱਡਣਾ ਕਬੂਤਰ ਮਾੜਾ ਮੈਂ ਨਹੀਂ ਮੰਨ ਛਾਂਬਦੇ ਨਹੀਂ ਬਾਈ ਉਹੀ ਗੱਲ ਹੈ ਉਹਨਾਂ ਦੀ ਛਾਂਬ ਕਦਰ ਨਹੀਂ ਹੁੰਦੀ ਕਬੂਤਰ ਦੀ ਉਦੋਂ ਫਿਰ ਉਹ ਖਰਾਕ ਨਹੀਂ ਕਹਿੰਦਾ ਸਹੀ ਪਚਾਉਂਦਾ ਨਹੀਂ ਲਹੂ ਨਹੀਂ ਬਣਦਾ ਉਹਦਾ ਪਿੰਡਾ ਨੀਲਾ ਹੋਣ ਲੱਗ ਜਾਂਦਾ ਥੱਲੇ ਕਬੂਤਰ ਦਾ ਕਬੂਤਰ ਉੱਡਿਆ ਹੋਵੇ ਤੇਰਾ 2 ਮਹੀਨੇ ਘਰੇ ਥੱਲੇ ਹੋਵੇ ਉਹਦੇ ਲਾਲੀ ਸਰੀਰ ਚ ਖੋਸਕੀ ਨਾ ਹੋਵੇ ਕਬੂਤਰ ਦੇ ਤੇ ਕਬੂਤਰ ਕੋਈ ਉਸਤਾ ਦੀ ਆਜੇ ਹਰਾ ਕੇ ਦਿਖਾਵੇ ਥੱਲੇ ਲਾਲ ਹੋਵੇ ਪੱਲਾ ਪੂਰਾ ਬਣਿਆ ਹੋਵੇ ਜਾਣ ਚ ਚਿੱਟਾ ਜਾਣਾ ਹੋਵੇ ਪੱਲੇ ਪਤਲੇ ਹੋਣ ਆਏ ਨਾ ਹੋਵੇ ਤੇ ਉਹ ਹਰਦਾ ਨਹੀਂ ਕਬੂਤਰ ਬਈ ਉਹ ਜਵਾਕ ਵੀ ਇੱਤਲੂ ਉਹਦੇ ਨਾਲ ਲੈ ਜਾ ਕੇ ਓਲਾ ਦੇ ਦੇ ਕੁਝ ਵੀ ਨਾ ਦੇਵੇ ਉਹਨ ਜਿਹੜਾ ਘਰੇ ਨਾ ਤੋੜਦਾ ਉਹ ਤਾਂ ਅੰਦਰੋਸਤੀ ਦਾ ਰਾਜ ਉਹ ਤਾਂ ਅੰਦਰੋਸਤਾ ਜਾਨਵਰ ਸਮਝ ਲਓ ਜਦੋਂ ਹੁਣ ਯਾਰ ਆਪਾਂ ਕਹਿ ਦਿੱ ਗਏ ਸਾਰੇ ਉਸਤਾਦ ਆ ਜਿੰਨੇ ਆਪਣੇ ਸਤਕਾਰਯੋਗ ਆ ਸੀਨੀਅਰ ਉਮਰ ਦੇ ਵੱਡੇ ਉਹਨਾਂ ਇਤਿਆਰ ਬਏ ਆਪਣੇ ਨੂੰ ਵੱਧ ਦਾ ਸਾਰਿਆਂ ਦੀ ਵੀਰੇ ਉਹ ਵੀ ਹਾਰ ਜਾਂਦੇ ਆ ਹਰ ਕਉ ਜਾਂਦੇ ਆ ਵੀ ਘਰੇ ਕੂਤਰ ਬੰਦਾ ਹੋੜ ਡਾਂਦਾ ਦੋ ਦਿਨ ਬਾਜੀ ਤੇ ਵਾਗ ਗਏ ਮੰਨ ਲਓ ਆਪਣਾ ਰੋਡ ਹੀ ਐ ਭਾਈ ਇਹ ਦੋ ਦਿਨ ਬਾਜ਼ੀਆਂ ਤੇ ਵਾਗ ਗਿਆ ਚੱਲ ਕਿਸੇ ਯਾਰ ਮਿੱਤਰ ਦੇ ਕੋਲ ਵਾਗ ਗਿਆ ਜਿਹੜਾ ਘਰੇ ਵਾਲਾ ਬੰਦਾ ਹੁੰਦਾ ਉਹ ਚਾਲ ਪੱਟ ਦਿੰਦਾ ਭਾਈ ਇਹਦਾ ਕਹਿੰਦਾ ਬਾਜੀ ਨਹੀਂ ਦੇਖੀ ਕਹਿੰਦਾ ਮੈਂ ਉਹ ਫਿਰ ਹਾਰ ਵੀ ਜਾਂਦੇ ਆ ਕਬੂਤਰ ਇੱਕ ਕਰੇ ਜਾਂਦਾ ਬਾਜੀ ਤੇ ਮੈਂ ਪੁੱਛਣ ਲੱਗ ਗਿਆ ਸੀ ਬਾਈ ਜਿੱਤੇ ਵੀ ਤਾਂ ਹੀ ਜਾਂਦਾ ਘਰੇ ਆਪ ਦੀ ਘੌਰ ਆ ਬਾਜੀ ਤੇ ਕੋਈ ਲਿਜਾਵੇ ਨਹੀਂ ਨਹੀਂ ਬਾਗ ਵੀ ਜਾਂਦਾ ਐ ਤਹੇ ਉੱਧਰ ਆ ਜੇ ਵੀ ਆਏ ਕਰੇ ਜਾਂਦੇ ਆ ਉਹ ਜਦੋਂ ਪਤਾ ਵੀ ਅੱਜ ਆਪਣੇ ਕੋਈ ਸੈਟਿੰਗ ਹੋਈ ਵੀ ਐ ਉਦੋਂ ਹੁਣ ਉਹ ਤਾਂ ਬਾਈ ਤੁਸੀਂ ਵੀ ਵਗ ਜਾਂਦੇ ਹੋਵੋਗੇ ਪਤਾ ਨਹੀਂ ਮੈਂ ਤਾਂ ਬਾਜ਼ੀਆਂ ਤੂੰ ਨਿਕਾ ਹੁੰਦਾ ਕਰ ਹਾਂ ਬਸ ਫਿਰ ਜਦੋਂ ਪਤਾ ਉਹ ਵੀ ਨਿਵੇੜ ਲਿਆ ਉਦੋਂ ਚੱਲ ਬੰਦਾ ਚਲੇ ਆ ਵੀ ਜਾਂਦਾ ਵੀ ਕੋਈ ਗੱਲ ਨਹੀਂ ਤੇ ਪਾਣੀ ਫਿਰ ਬਾਈ ਕਿੰਨੇ ਘਰੇ ਜ਼ਰੂਰੀ ਹੈ ਕਬੂਤਰ ਨੂੰ ਪਾਣੀ ਯਾਰ ਹੁਣ ਸਾਰੇ ਕਹੀ ਜਾਂਦੇ ਵੀ 4 5 4 5 ਹਾਂ ਕੂਤਰ ਘਟੋ ਘਟ 10-12 ਪਾਣੀ ਹੋਣ। ਕੋਰੇ ਹਾਂ 8-10 ਪਾਣੀ ਹੋਣ। ਦਾਦ ਨੂੰ ਇੰਨੇ ਪਾਣੀ। ਹਾਂ। ਹੂੰ। ਛਟਿੰਗਾਈ ਦੀ ਗੱਲ ਆ ਜੇ ਕਿ ਕੋਈ ਪਟਾਲਾ ਮਾਰਨ ਵਾਲੀ ਗੱਲ ਆ। ਉਹ ਕਹਿੰਦਾ ਬਾਈ ਬੈਥ ਉਹੀ ਪਾਉ। ਜਿਹੜਾ ਕੱਚਾ ਹੋਇਆ ਤੇਰਾ ਸਾਂਝੀ ਹੋਣ ਸਰ ਪੱਲੇ ਉਹਦੀ ਸੈਟ। ਕਿਵੇਂ ਪਤਾ ਕਿਵੇਂ ਲੱਗੂ ਪਾਣੀ ਤੇ ਕੂਤਰ ਆਪਣਾ ਸੈੱਟ ਹੋ ਗਿਆ ਰੜ ਗਿਆ ਵੀ ਹੁਣ ਆਪਾਂ ਨੂੰ ਛੱਡ ਦਗੇ ਬਾਜੀ ਤੇ ਯਾਰ। ਪਤਾ ਤਾਂ ਕੂਤਰ ਥੱਕ ਨੂੰ ਹੀ ਹਟ ਜਾਂਦਾ। ਛਦਰੀ ਤੇ ਬੈਠਣ ਸਰ ਕਿੰਨੀ ਗਰਮੀ ਆ ਗੇੜਾ ਦੇ ਦੂਰ ਤੋਂ ਦੀ ਬੈਠਣ ਸਰ ਐਨ ਪਾ ਲਾਉਣਗੇ ਫੇਰ ਰੋਟ ਜੀ ਮੈਂ ਉਦੋਂ ਬਾਅਦ ਹੀ ਛੱਡ ਦੇ ਹਾਂ ਉਦੋਂ ਪੂਰਾ ਕਸਾ ਚ ਪਤਾ ਐਵੇਂ ਕਿਵੇਂ ਪਤਾ ਲੱਗੂ ਬਾਈ ਵੀ ਹੁਣ ਪਾਣੀ ਮੰਗਦਾ ਪਾਣੀ ਲਾ ਦੀ ਇਹਨੂੰ ਜਦੋਂ ਬੋਝ ਬੋਝ ਬੈਂਦੇ ਕਬੂਤਰ ਘੁੰਡ ਮੂੜ ਮੂੜ ਉਦੋਂ ਤਾਂ ਛੱਡਣਾ ਨਹੀਂ ਚਾਹੀਦਾ ਉਦੋਂ ਪਾਣੀ ਪਿਆ ਦੇਵੇ ਉਦੋਂ ਨਹੀਂ ਕੱਚੇ ਹੁੰਦੇ ਕਬੂਤਰ ਕਸਾ ਨਹੀਂ ਬਣਦਾ ਹੁੰਦਾ ਠੀਕ ਹੈ ਤੇ ਵੀ ਮੰਨੂ ਉਹ ਛੱਪੜ ਤੇ ਵੀ ਜਾਊ ਬਾਹਰ ਛੱਡਿਆ ਵੇ 100 ਕੁਸ਼ ਕਰੂ ਭੁੱਖ ਵੀ ਮੰਨੂ ਪਾਣੀ ਕਦੋਂ ਲਾ ਦੇ ਕਰੋ ਪਤਾ ਲੱਗੂ ਵੀ ਪਾਣੀ ਮੰਗਦਾ ਕਬੂਤਰ ਇਹ ਆਪਾਂ ਹ ਪਾਣੀ ਦਾ ਕਬੂਤਰ ਫਿਰ ਉਹ ਉੱਡ ਗਿਆ ਜਿਆਦਾਤਰ ਪਾਣੀ ਜਿਆਦਾ ਲੰਬਾ ਟਾਈਮ ਪੀ ਕੇ ਬੈਠਣ ਲੱਗ ਜਾਂਦੇ ਅੱਛਾ ਮੱਚਾਂ ਲੱਗ ਜਾਂਦੇ ਅੰਦਰ ਪਾਣੀ ਦੀ ਤਲਖੀ ਮੰਨਦਾ ਫਿਰ ਵਾਰੀ ਵਾਰੀ ਪਾਣੀ ਕੋਲ ਹੀ ਰਹਿੰਦਾ ਗੁੱਜੇ ਕੋਲ ਉਹ ਤੋਂ ਸਮਝ ਲਓ ਵੀ ਪਾਣੀ ਲਾਉਣਾ ਹੁਣ ਆਪਾਂ ਕਬੂਤਰਾਂ ਨੂੰ ਤਲਖੀ ਮੰਨਣ ਲੱਗ ਜਾਂਦੇ ਪਾਣੀ ਦੀ ਠੀਕ ਹੈ ਇਹ ਸਵਾਲ ਕਰਦੇ ਹਾਂ ਤੇ ਬਾਈ ਇੱਕ ਆਪਾਂ ਹੋਰ ਗੱਲ ਕਰਦੇ ਆ ਮੜਾ ਪੰਲੀ ਦਵਾਈ ਕਿਹੜੀ ਲਾਉਣੀ ਜਿਆਦਾ ਤੁਸੀਂ ਅਸੀਂ ਕੁੰਡਾਂ ਜਦੋਂ ਬੱਚਿਆਂ ਜੋੜੇ ਬੋਲਟਰੀ ਫਾਰਮ ਇੰਚ ਨੇ ਯਾਰ ਕੋਈ ਤੇ ਜਦੋਂ ਬੱਚਿਆਂ ਦੇ ਉਹ ਕਰਦੇ ਹੁੰਦੇ ਆ ਵੀ ਮੰਨ ਲਾ ਜੋੜੇ ਲਾਤੇ ਉਦੋਂ ਤਾਂ ਅਸੀਂ ਵੀਰੇ ਹਾਈ ਟੈਕ ਹੀ ਬੋਲਦੇ ਹਾਂ ਹਾਂ ਜੋੜਾਂ ਜਦੋਂ ਬੱਚੇ ਕੱਢ ਲਈ ਵੀ ਪਤਾ ਵਿੱਚ ਓਗਾ ਦਿੰਦੇ ਆ ਹਾਂ ਹਾਈ ਟੈਕ ਪਾ ਦਿੰਦੇ ਹੁੰਦੇ ਉਹਨੇ ਦੋ ਵਾਰੀ ਉਹ ਅਸੀਂ ਵੀ 5-7 ਐਮਐਲ 2 ਲੀਟਰ ਬਣੀ ਜੇ ਘੋਲ ਦਿੰਦੇ ਹੁੰਦੇ ਹਾਈ ਟੈਕ ਬੱਚੇ ਕੱਢਿਆ ਤੁਸੀਂ ਬੱਚੇ ਕੱਢਣ ਦੇ ਵਿੱਚ ਓਗਾ ਦੋ ਹਾਂ ਤੇ ਅਸੀਂ ਹੱਥੀ ਕੀਤੇ ਬੱਚੇ ਨੂੰ ਦਵਾਈ ਦੇ ਬੱਚੇ ਤਾਂ ਨਹੀਂ ਮਰਦੇ ਹੁਣੇ ਉਹ ਜਿਹੜਾ ਨੂੰ ਆ ਜਾਂਦਾ ਨਹੀਂ ਉਹ ਤਾਂ ਬੱਚੇ ਫੁਰਦੇ ਬਾਹਲੇ ਹੁਣ ਬਾਹਲੇ ਰਾਜੀ ਹੁੰਦੇ ਆ ਫੇਰ ਉਸ ਤੋਂ ਬਾਅਦ ਉਦੋਂ ਬਾਅਦ ਅਸੀਂ ਦਵਾਈ ਹੋਣ ਹਜੇ ਲਾਈ ਨਹੀਂ ਕਿਸੇ ਨੂੰ ਵੀ ਬੱਚੇ ਨੂੰ ਐਂ ਜਦੋਂ ਆਹ ਬੱਚੇ ਡਾਈਆਂ ਕਰਾ ਕੇ ਲਾਉਂਦੇ ਨਹੀਂ ਬੰਦ ਕਰਨਾ ਨਹੀਂ ਅਸੀਂ ਤਾਂ ਲਾਈ ਨਹੀਂ ਹੁਣ ਕਦੋਂ ਲਾਉਂਗੇ ਫਿਰ ਅਸੀਂ ਲਾਵਾਂਗੇ ਹੁਣ ਗਾਂ ਜਦੋਂ ਆਹ ਦਿਨ ਖੁੱਲ ਕੇ ਮੌਸਮ ਖੁੱਲ ਗਿਆ ਮਾਰਚ-ਅਪ੍ਰੈਲ ਚ ਹਾਂ ਜਦੋਂ ਫਰ ਫੂਰ ਵਧਗਾ ਆ ਗਿਆ ਉਦੋਂ ਹਲਕੀ ਦਵਾਈ ਲਾਵਾਂਗੇ ਤੇ ਕੱਢਣ ਤੋਂ 10-15 ਦਿਨ ਪਹਿਲਾਂ ਦਵਾਈ ਲਾਵਾਂਗੇ ਕਿਹੜੀ ਲਾਵਾਂਗੇ ਉਦੋਂ ਪੂਰੇ ਗੌਰ ਨਾਲ ਲਾਵਾਂਗੇ ਕਿਹੜੀ ਉਦੋਂ ਤਾਂ ਬਾਹਰ ਲੀਆਂ ਗੋਲੀਆਂ ਵੀ ਲਾ ਦਿੰਨੇ ਆ ਮੈਡੀ ਬਰਮ ਜਾਂ ਬਰਮ ਉਹ ਤੋਂ ਦੀਆਂ ਹਾਂ ਹੋਰ ਕਿਹੜੀ ਲਾਉਣੀ ਹੈ ਤੇ ਜਾਂ ਅਸੀਂ ਡੌਂਟਲ ਪਲੱਸ ਕੋਣੀ ਲਾਉਣੀ ਡੌਂਟਲ ਪਲੱਸ 40 ਕੂਤਰਾਂ ਨੂੰ ਲਾਉਣੀ 40ਿਆਂ ਨੂੰ ਹੁਣ ਕਿਹੜੀ ਲਾਉਂਗੇ ਅਸ ਤੇ ਕਹਿੰਦੇ ਮੌਸਮ ਖੁੱਲੇ ਤੋਂ ਇਹ ਤਾਂ ਅਸੀਂ ਹਾਈ ਟੈਕ ਹੀ ਦੇ ਬ੍ਰਿਊ ਕਿੰਨੇ ਕੰਨੇ ਦੋਪ ਕੇ ਇਹ ਅਸੀਂ ਤਾਂ ਭੁੱਖੇ ਰੱਖ ਕੇ ਕੂਤਰ ਤੇ ਆਏ ਤੇ ਵਾ ਕੁਜੇ ਚ ਪਾਉਣੇ ਹੁੰਦੇ ਕਿੰਨੀ 5 ਐਮਐਲ 7 5 7 ਐਮਐਲ 2 2.5 ਲੀਟਰ ਚ ਵਾ 2 ਲੀਟਰ ਚ ਠੀਕ ਆ ਇਹ ਵੀ ਸਹੀ ਹੈ ਬੱਚਿਆਂ ਨੂੰ ਦਵਾਈ ਨਹੀਂ ਲਾਉਣੀ ਚਾਹੀਦੀ ਬਾਲੀ ਹਮ ਫਾਰਮ ਮਾੜੇ ਕੱਢਣ ਲੱਗ ਜਾਂਦੇ ਆ ਮੜਾ ਪਾਣੀ ਦਵਾਈ ਲਾ ਤੇ ਇੱਕ ਅੰਦਰ ਛੋਟਾ ਹੁੰਦਾ ਵਾ ਬਸ ਸੂਤਿਆਂ ਦਾ ਮੁੜ ਕੇ ਸੁੱਕ ਕੇ ਮਰਦੇ ਆ। ਇਹ ਵੀ ਗੱਲ ਸਹੀ ਆ। ਹੂੰ। ਬਈ ਜਰ ਜੰਮਿਆਂ ਦਾ ਹਜੇ ਹੈ ਨੂ ਮੜਾਪ ਕਿਵੇਂ ਲੱਗ ਜਦੇ ਕਬੂਤਰਾਂ ਨੇ। ਸਾਰੇ ਇੱਕ ਤਾਂ ਯਾਰ ਧੁੱਪ ਤਾਂ ਪਕਾਣੇ ਇੱਕ ਕੈਲਸ਼ੀਅਮ ਦੀ ਘਾਟ ਜਿਆਦੇ ਇਹਨਾਂ ਨੂੰ ਵਿਟਾਮਿਨ ਤੇ ਕੈਲਸ਼ੀਅਮ, ਗੂਲਸ਼ਮ ਦੀ ਘਾਟ ਕਰਕੇ ਹੁੰਦੇ। ਅੱਛਾ ਕੀ ਚੀਜ਼ ਪਾਉਣੀ ਚਾਹੀਦੀ ਆ ਫਿਰ ਚੌੜੇ ਫਰਾਂ ਖਾਤਰ? ਚੌੜੇ ਖਰਾਂ ਖਾਤਰ ਯਾਰ ਕਲੀ ਵੀ ਇਹ ਤਾਂ ਘੋਲ ਦੇ ਪਾਣੀ 'ਚ ਮੜੀ ਮੁੱਟੀ, 2-2 ਜੁੰਡੀਆਂ। ਅੱਛਾ ਉਹ ਉਹ ਨੀ ਘੋਲ ਕੈਲਸ਼ੀਅਮ ਸਭ ਤੋਂ ਵੱਧ ਕਲੀ ਜਾ। ਹਾਂ। ਉਹ ਤਾਂ ਵੱਧ ਹੀ ਖਲਚੀ ਮੰਗਲੀ ਸੀ ਹਾਂ ਜਦੋਂ ਪੱਟਾਂ ਕਿ ਹੁਣ ਕਹਾਂ ਸੀ ਕਲੀ ਪਾਵੇਂ ਕੁਝਾਂ ਜੇ ਕਿਹੜੀ ਕਲੀ ਪਾਉਣੇ ਹੋ ਤੁਸੀਂ ਆਹੀ ਜਿਹੜੀ ਆ ਪੋਰਟੋ ਕਲੀ ਰੰਗ ਵਾਲੀ ਆਉਂਦੀ ਠੀਕ ਆ ਤੇ ਇਟਾਂ ਜਦੋਂ ਕੁੱਟ ਕੇ ਇਹਦੇ ਵਿੱਚ ਉਸਤਾ ਬਟ ਕੈਲਸ਼ੀਅਮ ਰਲਾ ਕੇ ਜੋ ਦਿਨ ਖੁੱਲੇ ਹੂੰ ਤੇ ਉਦੋਂ ਨੂਨ ਕਾਲਾ ਪਾ ਕੇ ਤੇ ਇਹ ਖਾਉਣੇ ਕਈ ਦਿਨ ਗੋਲੀਆਂ ਵੱਟ ਕੇ ਨਾ ਉਹ ਵੀ ਬਸ ਹੋਰ ਕੁਝ ਉਹ ਵਿੱਚ ਚੱਸ ਕੇ ਜੀ ਤੇ ਮੂੜੀ ਟ੍ਰੇਆਂ ਚ ਪਾ ਦਿੰਦੇ ਆ ਨਹੀਂ ਉਹੀ ਮਿੱਟੀ ਜੀ ਕੈਲਸ਼ੀਅਮ ਰਲਾ ਕੇ ਤੇ ਨੂਨ ਨਾਲ ਰਲਾ ਕੇ ਟ੍ਰੇਆਂ ਚ ਵਗੈ ਰੱਖ ਦਿੰਦੇ ਆ ਉਹ ਵੀ ਖਾ ਲਈ ਆਪੇ ਖਾਣੇ ਛੱਡਦੇ ਨਹੀਂ ਹਮਮ ਤੇ ਆਂਡੇ ਉਂਡਿਆਂ ਤੋਂ ਬੰਦ ਹੋਏ ਨੇ ਕੂਦਰੀਆਂ ਯਾਰ ਬਾਈ ਉਹਦਾ ਕੋਈ ਇਲਾਜ ਹੈਗਾ ਯਾਰ ਬਹੁਤ ਬੰਦਿਆਂ ਦੇ ਫੋਨ ਆਉਂਦੇ ਆ ਯਾਰ ਆਂਡਾ ਤੋਂ ਯਾਰ ਬੰਦ ਦਾ ਕੋਈ ਐਡਾ ਉਹ ਤਾਂ ਹੈ ਉਮਰ ਦੇ ਹਿਸਾਬ ਨਾਲ ਜਿਹੜੀ ਬੰਦ ਹੋ ਗਈ ਉਹ ਤਾਂ ਨਹੀਂ ਲੱਗਦੀ ਜਿਹੜੀ ਪੱਠੀਆਂ ਪੁੱਠੀਆਂ ਲੱਗ ਜਾਂਦੀਆਂ ਜਿਹੜੀਆਂ ਨਵੀਆਂ ਪੱਠੀਆਂ ਪੁੱਠੀਆਂ ਇਹ ਤਾਂ ਬਸ ਵਿਟਾਮਿਨ ਤੇ ਕੈਲਸ਼ੀਅਮ ਗੁੱਲਛੇ ਉਹ ਜੇ ਦਿਨਾਂ ਦਾ ਪੂਰਾ ਹੋਗਾ ਸਰੀਰ ਚ ਤਤ ਆਪ ਹੀ ਲੱਗੇ ਉਹਦੇ ਆਂਡੇ ਧਰਨਾ ਜੇ ਦੇਖ ਰਾ ਕੀ ਪਾਵੇ ਉਹਦੀ ਖਾਤਰ ਵਿਟਾਮਿਨ ਕੈਲਸ਼ੀਅਮ ਕਿਹੜਾ ਪਾਵੇ ਬਿਮਰਲ ਦੇ ਲਿਆ ਯਾਰ ਹੱਥੇ 10 20 ਦਿਨ 20 ਦਿਨ ਕਿੰਨੀ ਪੌਣਾ ਅੱ ਹਾਂ 222 ਹਾਂ ਕੱਲੀ ਵੀ ਕੋਲ ਸਾਰੇ ਦਾਤਾ ਮੈਮਰੋ ਬਟਾ ਮਾ ਅੱਛਾ ਵੀ ਉਹ ਫਿਰ ਧਰਨ ਲੱਗ ਜੂ ਆਂਡੇ ਆਂਡੇ ਧਰੂਗੀ ਠੀਕ ਆ ਬਹੁਤ ਬੰਦੇ ਨੇ ਮੈਂ ਇੱਕ ਯਾਰ ਬਾਈ ਹੁਣ ਦਾ ਹੋ ਗਏ 7 8 ਹਨ ਬਿਮਾਰੀ ਬੜੀ ਚੱਲੀ ਪਿਆ ਵਿੱਚ ਬੰਦੇ ਦਾ ਯਾਰ ਕਬੂਤਰ ਨਾ ਗਲਸੀ ਜਾਂਦੇ ਆ ਕੁੰਗੜੀ ਜਾਂਦੇ ਆ ਉਹਦਾ ਕੀ ਇਲਾਜ ਆ ਯਾਰ ਉਹਦਾ ਆਪਾਂ ਪਹਿਲੇ ਗੱਲ ਕਰਾ ਖਰਾਕ ਭਾਰੀ ਵੀ ਖਰਾਕ ਵੱਧ ਪਾਤੀ ਆ ਮਿੱਧੇ ਚ ਫਲਟਾ ਕੋਈ ਨਾ ਵੀਰ ਉਹਦਾ ਹੁਣ ਕੀ ਦਵਾਈਆਂ ਦੇਣ ਯਾਰ ਵਿਚਾਰ ਉਹਨਾਂ ਦਵਾਈ ਦਾ ਤਾਂ ਵੀਰੇ ਇੱਕ ਤਾਂ ਟੀਕ ਆਉਂਦਾ ਮਿਕਾਸਿੰ ਦਾ ਪੇੜ ਦੀ ਨੂੰ ਫੈਕਸ਼ਨ ਬਾਤ ਜਿਆਦਾ ਡਾਊਨ ਆ ਕਬੂਤਰ ਹੂੰ ਉਹ ਲੱਗਦਾ 5-7 ਪੁਆਇੰਟ ਲੱਗਦਾ ਸ਼ੂਗਰ ਵਾਲੀ ਸਰੰਜ ਨੂੰ ਸ਼ੂਗਰ ਵਾਲੀ ਸਰੰਜ ਦਾ 5 ਪੁਆਇੰਟ ਕਿੱਥੇ ਲਗਣਾ ਛੱਪ ਚ ਛੱਪ ਜਾਂ ਮਾਸ ਚ ਡੇਲੀ ਨਾ ਇੱਕ ਵਾਰੀ ਅੱਜ ਲਾਤਾ ਫੇਰ ਲਾਉਂਦੇ ਲੋੜ ਨਹੀਂ ਤੇ ਜਾਂ ਪੈਰੀ ਨੋਰਮ ਦਵਾਈ ਆਉਂਦੀ ਆ ਉਹ ਕਿੰਨੀ ਦੇਣੀ ਆ ਪੇੜ ਦਿਨ ਭਾਈ ਸਾਹਿਬ ਤੁਹਾਡੇ ਗਲਾਸ ਦੇ ਉਹਨਾਂ ਵਾਤੇ ਉਲਟੀਆਂ ਤੋਂ ਹੀ ਹੁੰਦੀ ਆ ਹਾਂ ਉਲਟੀਆਂ ਤੋਂ ਉਹ ਅੱਧਾ ਅੱਧਾ ਪਾਉਣਾ ਐਮ ਐਲ ਦੇਣੀ ਆ ਇੱਕ ਕਬੂਤਰ ਨੂੰ 2.5 ਐਮ ਐਲ ਪਾਣੀ ਹੋਵੇ ਪਾਣੀ ਚ ਘੋਲਣ ਵਾਲੀ ਆ ਜਿਹੜੀ ਉਹੀ ਆ ਹਾਂ ਹਾਂ ਉਹੀ ਸਰ ਕਿੰਨੀ ਦੇਣੀ ਆ ਅੱਧਾ ਕ ਐਮ ਐਲ ਅੱਧਾ ਐਮਲ ਐਂ ਦੇ ਦੇਣੀ ਆ ਜਿਹੜੇ ਬਈ ਦੋ ਕੰਮ ਐਮਲ ਪਾਣੀ ਇੱਕ ਕਰ ਹੀ ਦੇਣੀ ਆ ਦੇਣ ਚ ਇੱਕ ਦੋ ਦਿਨ ਹੀ ਦੇਣੇ ਸੈਟ ਹੋ ਜਾਣਗੇ ਉਹਦੇ ਇੱਕ ਉਹ ਠੀਕ ਐ ਕੇ ਹੋਰ ਵੀ ਇਲਾਜ ਆ ਜਾਏਗਾ ਇੱਕ ਸਾਰੋਂ ਨਾਲੋਂ ਬਿਹਤਰ ਲਾਜ ਹੈਗਾ ਲੱਸੀ ਖੱਟੀ ਲੱਸੀ ਲੱਸੀ ਨਾ ਜਿਹੜੇ ਆਪਣੇ ਨਾਰਮਲ ਘਰੇ ਹੁੰਦੇ ਰੜਕ ਸੱਜਰੀ ਉਹੀ ਉਹੀ ਖੱਟੀ ਤੇ ਹਾਂ ਤੌੜੇ ਜੋ ਰੜਕਨੇ ਜੋ ਕੱਢ ਕੇ ਦੋ ਚ ਸਰੋਂ ਦਾ ਤੇਲ ਪਾ ਕੇ ਦੋ ਤਿੰਨ ਤਿੰਨ ਚਾਰ ਚਾਰ ਬੂੰਦਾਂ ਇੱਕ ਕਬੂਤ ਨੋ ਦੇਣੀ ਹੁਣ ਤਾਂ ਠੰਡ ਆ ਗਈ ਜਮੇ ਨਹੀਂ ਕੁਝ ਹੁੰਦਾ ਉਹ ਦੇ ਦੇ ਵੀ ਠੰਡ ਦੇ ਦੇ ਜਮ ਉਹ ਦਵਾਈਆਂ ਦੇ ਦੇ ਸਾਡੇ ਮੈਰਜ ਉਹ ਦੇ ਦੇ ਸਾਡੇ ਬਚਾਈ ਲੱਸੀ ਨੇ ਤੇ ਉਹ ਦੁਪਹਿਰੇ ਜੋ ਉਹ ਦੇ ਦੇ ਸਵੇਰੇ ਦਾ ਭਾਈ ਉਹ ਦਵਾਈਆਂ ਦਿੱਤੀਆਂ ਫੇਰ ਲੋਟ ਨਹੀਂ ਆਉਣਾ ਨਹੀਂ ਉਹ ਦਵਾਈ ਤਾਂ ਇਹ ਆ ਯਾਰ ਭਾਈ ਯਾਰ ਉਹ ਤਾਂ ਦਵਾਈ ਜੇ ਹੁਣ ਇੱਕ ਅੱਧਾ ਦਿਨ ਹੀ ਦੇਣੀ ਹੈ ਅੱਛਾ ਪਹਿਲਾਂ ਬੰਲੇ ਜਿਹੜੇ ਗਲਾਸ ਦੇਣਾ ਉਦੋਂ ਹੀ ਦੇਣੀ ਹੈ ਜਦੋਂ ਮਾੜੇ ਮਾੜੇ ਦਾਣੇ ਚੋਕਣ ਲੱਗ ਗਏ ਜਾਂ ਸ਼ਾਮ ਨੂੰ ਜਾਂ ਪੋਟਾ ਭਰੇ ਉਹਨਾਂ ਨੂੰ ਉਦੋਂ ਲੱਸੀ ਲੂਸੀ ਦਿੱਤੀ ਜਾਵੇ ਤੇ ਫੇਰ ਸੈਟ 15 20 ਮਿਲੀ ਲੱਸੀ ਦੇਣੀ ਹੈ ਹੂੰ ਕੋਈ ਐ ਤਾਂ ਨਹੀਂ ਗਾਲ ਦੁੱਤੋਂ ਦੀ ਕੱਢ ਲਓ ਤੇ ਪੇਟ 'ਚ ਬੰਨਣਾ ਨੂੰ ਫਾਇਸ ਨੂੰ ਕੱਢ ਦੇਣੀ ਹੈ ਗਲੱਛ ਦੇਣੀ ਹੈ ਹੂੰ ਹੂੰ ਦਵਾਈ ਵੀ 2-3 ਐਮ ਐਲ ਪਾਣੀ 'ਚ ਭਾਗੇ ਦੇਣੀ ਚਾਹੀਦੀ ਬਾਬੇ ਕਰਦੇ ਵਾਲੇ ਕਿਹੜੇ ਕਬੂਤਰਾਂ ਨਾਲ ਪਾਏ ਵੇ ਥੋੜੇ ਸਾਡੇ ਦਾ ਬਈ ਸਾਰਿਆਂ ਨਾਲ ਹੀ ਮਿਲਮੁਲ ਜਾਂਦੇ ਆ ਤੇ ਸਾਰਿਆਂ ਨਾਲ ਹੀ ਵਧਿਆ ਉੜਦੇ ਚੰਗੇ ਤੁਸੀਂ ਨਹੀਂ ਕਦੇ ਇਹ ਚੀਜ਼ ਦੇਖੀ ਅਸੀਂ ਦੇਖੀ ਨਹੀਂ ਸਾਰਿਆਂ ਨਾਲ ਹੀ ਢਾਦਨੇ ਕਰਦੇ ਹਾਂ ਸਾਰਿਆਂ ਨਾਲ ਢਾਦਨੇ ਠੀਕ ਹੈ ਤੇ ਬੱਚੇ ਛੇਲ ਕਰਦਨੇ ਤਾਂ ਵੱਡੇ ਕਬੂਤਰ ਵੀ ਦੇ ਦਿੰਨੇ ਬੱਚੇ ਵੀ ਕਰਦਨੇ ਵੱਡੇ ਵੀ ਦੇ ਦਿੰਨੇ ਹੂੰ ਸਾਰੇ ਹੀ ਕਰਦਨੇ ਬਈ ਇੱਕ ਆਪਾਂ ਹੋਰ ਪਾਉਂਦੇ ਆ ਵੀ ਜਿਵੇਂ ਹੁਣ ਮੰਨ ਕੇ ਚੱਲੋ ਕਬੂਤਰਬਾਜੀ ਦੇ ਵਿੱਚ ਉਸਤਾਦੀ ਸ਼ਗਿਰਦੀ ਚੱਲਦੀ ਹੈ। ਹੂੰ ਵੀ ਅੱਜ ਕੱਲ੍ਹ ਉਸਤਾਦਾਂ ਚੇਲਿਆਂ ਦਾ ਪਹਿਲਾਂ ਵਾਲਾ ਕੰਮ ਰਿਹਾ ਨਹੀਂ ਹੁਣ ਅੱਗੇ ਹੁੰਦਾ ਜਿ ਤੋ ਉਸਤਾਦ ਚੇਲੇ ਪਰਿਵਾਰਾਂ ਤੱਕ ਵਰਤਦੇ ਜੀ ਹਨ। ਹੁਣ ਯਾਰ ਫਰਕ ਕਿਉਂ ਪਿਆ ਜਾਂਦਾ ਕੀ ਕਾਰਨ ਬਣਿਆ ਪਿਆ ਇਹ? ਫਰਕ ਯਾਰ ਵੀਰੇ ਹਰੇ ਕਹਿੰਦਾ ਯਾਰ ਜਦੋਂ ਸਾਡੇ ਵੀ ਦਿਲ 'ਚ ਸੀ ਵੀ ਅੱਜ ਉਸਤਾਦ ਤਾਂ ਰ ਹੈ ਵੀ ਕੱਲ ਨੂੰ ਟਰੈਕਟਰ ਜਿੱਤਲੇ ਟਰੈਕਟਰ ਜਿੱਤ ਲਏ ਜਾਂ ਮੋਟਰਸਾਈਕਲ ਜਿੱਤ ਲਏ ਉਹ ਘਰ ਦੀ ਮਿਹਨਤ ਤਾਂ ਮੇਰੇ ਤੋਂ ਹੁੰਦੀ ਨਹੀਂ। ਹੂੰ ਤੇ ਫੇਰ ਉਹ ਉਸਤਾਦ ਆਪ ਹੀ ਮੜੇ ਆ ਸਾਰੇ ਤੁਹਾਡਾ ਤਾਂ ਏਰੀਆ ਵੀ ਨਰਾਗ ਦਾ ਹਾਂ ਸਾਡੇ ਤਾਂ ਇੱਥੇ ਬਸ ਆਪ ਹੀ ਆ ਐ ਨਹੀਂ ਪਤਾ ਕੋਈ ਜਵਾਕ ਜੇ ਮਾਂਜੇ ਸਾਰਿਆਂ ਨੂੰ ਬੱਬਿਆਂ ਦਾ ਏਰੀਆ ਸਹੀ ਗਾ ਹਾਂ ਤੇ ਆਹੀ ਪੈ ਜਾਂਦਾ ਫਰਕ ਬਸ ਬਸ ਆਹੀ ਫਰਕ ਹੁੰਦਾ ਬਰ ਉਹ ਫੇਰ ਇੱਕ ਆਲੀ ਬਣ ਕੇ ਅਗਲਾ ਕੰਨਾਂ ਦੇ ਕੱਚੇ ਹੁੰਦੇ ਜਿਹੜੇ ਯਾਰ ਪਹਿਲਾਂ ਜਲਦਬਾਜੀ ਕਰਦੇ ਬਨ ਨ ਲੱਗੇ ਹੂੰ ਸੋਚਦੇ ਨਹੀਂ ਬੰਦੇ ਬਾਰੇ ਵਿਚਾਰਦੇ ਨਹੀਂ ਉਹਦੇ ਨਾਲ ਮਿਲੇ ਨਹੀਂ ਹੁੰਦੇ ਰਲੇ ਨਹੀਂ ਹੁੰਦੇ ਹੁਣ ਸਾਡੇ ਕੋਲ ਕੱਲ ਬੰਦਾ ਆ ਵਾਲੇ ਤਾਂ ਇਨਕ ਰਾਤ ਨੂੰ 9 ਵਜੇ ਆਇਆ ਗੱਡੀ ਲੈ ਕੇ ਕਹਿੰਦਾ ਬਾਈ ਮੈਂ ਤੁਹਾਡਾ ਬੀੜ ਕੋ ਬੂੜ ਕੋ ਦੇਖ ਕੀ ਆਏ ਆ ਯਾਰ ਮੈਂ ਤੁਹਾਡਾ ਚੇਲਾ ਬਨਣਾ ਮੈਂ ਆ ਭਰਾ ਵਾਹ ਤਾ ਤੈਨੂੰ ਜਾਣਦੇ ਨਹੀਂ ਅਸੀਂ ਜਾਣਦੇ ਵੀ ਨਹੀਂ ਸੀ ਬੰਦੇ ਨੂੰ ਪਹਿਲੀ ਵਾਰ ਆਏ ਤੇ ਬਾਗ ਘੁਆ ਕੇ ਮੋੜਾ ਮੈਂ ਕਿਤੇ ਰਾਤ ਨੂੰ ਕੂਤਰੀ ਨਾਲ ਸਾਰੇ ਕੱਢ ਕੇ ਲੈਦੇ ਰਿਹਾ ਕਿ ਬਸ ਚਾਰ ਮਗਰ ਖੜੇ ਹੁਣ ਸਹੀ ਗੱਲ ਹੈ ਹੈ ਐ ਬਣਦੀ ਨਹੀਂ ਗੱਲ ਯਾਰ ਮੋਹ ਪਿਆਰ ਹੋਵੇ ਬੰਦੇ ਨਾਲ ਆਪੀ ਬੰਦਾ ਦਾ ਵਰਤ ਪ੍ਰਤਾਪਾ ਤਾਂ ਹੋਵੇ ਯਾਰ ਸਾਲ ਦੋ ਸਾਲ ਦਾ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਐ ਹੁੰਦਾ ਜਿਵੇਂ ਚਾਰ ਵਾਜੀਆਂ ਹਾਰ ਗਏ ਵੀ ਯਾਰ ਕਿਸੇ ਦੇ ਲਾੜ ਲੱਗ ਗਏ ਵੀ ਆਪਾਂ ਵੀ ਜੇਤ ਦੇ ਬਣ ਗਏ ਅਗਲੇ ਦਾ ਵੀ ਮਨ ਠੜਕੂ ਕੱਲ ਨੂੰ ਹੋ ਜੇ ਆਪਣੇ ਨਾਲ ਰਲ ਕੇ ਅਗਲਾ ਹਾਰ ਗਿਆ ਹਾਂ ਬਾਕੀ ਯਾਰ ਉਹਨੇ ਤਾਂ ਹੁਣ ਅਗਲਾ ਕਬੂਤਰ ਹੀ ਲੈ ਜਾਂਦਾ ਲੈ ਆਉਂਦਾ ਬਣ ਕੇ ਜੇ ਲਾਗ ਲਾ ਹੁਣ 50 50 ਲੱਖ ਹਜ਼ਾਰ ਲੱਖ ਲੱਖ ਦੇ ਤੱਕ ਕਬੂਤਰ ਵੇਚਦੇ ਆ ਬਾਈ ਜੋੜਾ ਵੇਚਦੇ ਆ ਉਹਨੇ ਤਾਂ ਫਿਰ ਅਗਲਾ ਜੋੜੀ ਲੈ ਜਾਂਦਾ ਦੋ ਤਿੰਨ ਜੋੜੇ ਅਗਲਾ ਦੋ ਤਿੰਨ ਤੋਂ ਵੀ ਵੱਧ ਹੀ ਲੈ ਜਾਂਦਾ ਦੋ ਤਿੰਨ ਤਾਂ ਅਗਲਾ ਪਹਿਲੇ ਤਾਂ ਨਹੀਂ ਲੈ ਜਾਂਦਾ ਫਿਰ ਕਹਿੰਦਾ ਬਾਈ ਮੈਨੂੰ ਫਲਾਣੇ ਨੇ ਗਿਆ ਸੀ ਯਾਰ ਆਹ ਕਬੂਤਰ ਵੀ ਤੇਰੇ ਕੋਲੇ ਵਧੀਆ ਨੇ ਦੇ ਦੇ ਯਾਰ ਫੇਰ ਆਏ ਕਿ ਲੈ ਜਾਂਦਾ ਪੰਜ ਸੱਤ ਜੋੜੇ ਨੂੰ ਮੂੰਹ ਮਾਰ ਕੇ ਫੇਰ ਸਾਲ ਨੂੰ ਫੇਰ ਪੁੱਛਦਾ ਬਾਈ ਕਿਵੇਂ ਆ ਇਹ ਨਹੀਂ ਪਤਾ ਸਾਲ ਨੂੰ ਦੂਜੇ ਘਰੇ ਬੈਠਾ ਲਗੇ ਇਹਦੇ ਫੋਟੋਆਂ ਪਾਈ ਜਾਵੇ ਵੀ ਆਹ ਅਸੀ ਲਾ ਬਾਈ ਹਾਂ ਹੋ ਜਾਂਦੀ ਆ ਸਹੀ ਗੱਲ ਤੇ ਬਈ ਕਦੇ ਆਏ ਬਾਜੀ ਬੂਜੀ ਤੇ ਜਿਵੇਂ ਹੁਣ ਤੁਸੀਂ ਕਹਿੰਦੇ ਸੀ ਪਹਿਲਾਂ ਜਵਾਬ ਕਰਦੇ ਦਿਲ ਟੁੱਟ ਜਾਂਦਾ ਕਿਤੇ ਸਾਂਝੀ ਸੁੰਜੀ ਕਰਕੇ ਵੀ ਮੁੱਕਰ ਜਾਂਦੇ ਜਿਵੇਂ ਉਹ ਡਿਆ ਕਬੂਤਰ ਕਈ ਵਾਰੀ ਫੁੱਡਾ ਵਿੱਚ ਨਹੀਂ ਕਰਦੇ ਸੀ ਕਹਿੰਦੇ ਜੂਰਾ ਲਾਤਾ ਕਿ ਮੈਂ ਸਾਂਝੀ ਕਰਕੇ ਵੀ ਕੋਈ ਮੁੱਕਰ ਗਿਆ ਨਹੀਂ ਆਪਣੇ ਨਾਲ ਹਜੇ ਤੱਕ ਤਾਂ ਨਹੀਂ ਕੋਈ ਹੋਇਆ ਵੀ ਪਹਿਲਾਂ ਉਹਦਾ ਜਵਾਬ ਸੀ ਜੇ ਛੋਟੇ ਸੀ ਉਦੋਂ ਤੱਕ ਇੱਕ ਦੋ ਕੇਸ ਹੋ ਗਏ ਸੀ ਕਬੂਤਰ ਘਵਤ ਲਿਆ ਕੇ ਦੱਬਿਆਗੇ ਨੇ ਕਬੂਤਰ ਸਾਰਾ ਮੋਲਕੀ ਰੱਖ ਗਿਆ ਨੇ ਹੱਥ ਧਾਰੇ ਲਿਆ ਕੇ ਮੈਂ ਨਪਿਆ ਮੋੜੇ ਕਿਨੇ ਆ ਹੱਥ ਲੈ ਹੱਥ ਧਾਰੇ ਲਿਆ ਕੇ ਹਾਂ ਹਾਂ ਮਾਦਾ ਵੀ ਮੇਰਾ ਸਵਾ ਇਹ ਜਮਾ ਪੋਸਤ ਦਾ ਵੀ ਘਾਟਾ ਸਾਲ ਤੋਂ ਫੋਨ ਲਾਉਣ ਉਹਦੋਂ ਅਗਲਾ ਕਹਿੰਦਾ ਉੱਡ ਗਿਆ ਮਰ ਗਿਆ ਨਹੀਂ ਇੱਕ ਵਾਰ ਇੱਕ ਵਾਈ ਹੋਰ ਗੱਲ ਪੁੱਛਦੇ ਜਿਵੇਂ ਹੁਣ ਬਾਈ ਅਮਰੀ ਮੰਨ ਕੇ ਚੱਲੋ ਕਿਸੇ ਨੂੰ ਜਵਾਬ ਦੇ ਦੀ ਮੈਨੇਜਰ ਦੇ ਨੇ ਉਹੀ ਬੰਦਾ ਬਾਈ ਚਾਂ ਤੁਹਾਡੇ ਕੋਲੇ ਲੈਣ ਆ ਕੇ ਲੈ ਜਾਂਦਾ ਕਿਤੇ ਐ ਤਾਂ ਨਹੀਂ ਤੁਸੀਂ ਕਹੇ ਪਾਈ ਨੂੰ ਪਹਿਲਾਂ ਪੁੱਛਦੇ ਨਹੀਂ 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 ਲੈ ਜਾਂਦੇ ਯਾਰ ਵਿੱਚ ਕਈ ਵਾਰੀ ਗੱਪ ਮਾਰ ਕੇ ਹੀ ਲੈਂਦੇ ਬਾਈ ਨੇ ਕਿਹਾ ਕਈ ਵਾਰੀ ਇਹ ਜਾ ਸਾਡੇ ਬੰਦੇ ਨੇ ਕਬੂਤਰੀ ਫੜਾ ਲਈ ਤੇ ਬਾਈ ਨੇ ਕਿਤੇ ਫਿਰ ਬੁਰਾ ਨਹੀਂ ਬਣਾਇਆ ਯਾਰ ਇਹਨੂੰ ਮੈਂ ਦੇਣੇ ਨਹੀਂ ਸੀ ਕਬੂਤਰ ਜਾਂ ਆਪਣੇ ਨਾਲ ਬਣਦੀ ਨਹੀਂ ਤੁਸੀਂ ਕਿਉਂ ਦਿੱਤੇ ਨਹੀਂ ਉਹ ਮੈਂ ਤਾਂ ਅਸੀਂ ਦਿੰਦੇ ਨਹੀਂ ਕਬੂਤਰ ਕਿਸ ਨੂੰ ਜੋ ਬਾਈ ਨੇ ਕਿਹਾ ਤਾਂ ਵੀ ਨਹੀਂ ਦੇਣੇ ਅੱਛਾ ਤੇ ਉਹਦਾ ਗੱਲ ਤਾਂ ਆਇਆ ਵੀ ਕਈ ਵਾਰੀ ਯਾਰ ਤੇਜ਼ੀ ਨਾਲ ਦਿਖਾ ਕੇ ਲੈ ਜਾਂਦੇ ਆ ਹੂੰ ਕਿਵੇਂ ਵੀ ਬਾਈ ਨੇ ਕਿਹਾ ਸੀ ਯਾਰ ਉਹ ਕਬੂਤਰੀ ਦੇ ਦੇ ਫਲਾਣ ਹਾਂ ਇੱਕ ਬੰਦਾ ਲੈ ਗਿਆ ਸਾਡੇ ਨਾਲ ਹੋ ਗਈ ਕਿਵੇਂ ਉਧਰ ਕਿ ਪਹਿਲਾਂ ਬਾਈ ਕੋਲੇ ਜਾਇਆ ਆ ਫੋਟੋਆਂ ਫੋਟੋਆਂੇ ਕਰਾਇਆ ਬਾਈ ਨਾਲ ਜਾ ਕੇ ਤੇ ਮੁੜ ਕੇ ਸਾਡੇ ਘਰੇ ਆ ਕੇ ਕਹਿੰਦਾ ਬਾਈ ਨੇ ਕਿਹਾ ਕਿ ਫਲਾਨੀ ਕਬੂਤਰੀ ਦੇ ਦੇ ਉਹ ਹੀ ਫੋਟੋਆਂ ਦਿਖਾਤੀਆਂ ਤੁਹਾਨੂੰ ਤੇ ਅਸੀਂ ਵੀ ਫੋਨ ਨਹੀਂ ਲਾਇਆ ਮੈਂ ਬਾਈ ਨੂੰ ਕਿਹਾ ਮੈਂ ਬੰਦਾ ਆਇਆ ਸੀ ਇਹ ਕਹਿੰਦਾ ਹਾਂ ਫੌਜੀ ਆਏ ਫਲਾਨਾ ਤੇ ਬਾਅਦ ਹੀ ਪੁੱਛਿਆ ਨਹੀਂ ਵੀ ਕੂਤਰੀ ਮਾਂ ਦੇ ਚੱਕ ਕੇ ਕਬੂਤਰੀ ਫੜਾਤੀ ਫੇਰ ਮੁੜ ਬਾਈ ਮੁੜੀ ਨਹੀਂ ਫੋਨ ਹੀ ਚੱਕਣੋ ਹਟ ਗਿਆ ਚਾਰ ਵਾਰ ਨਹੀਂ ਮੁੜੀ ਕਿੰਨਾ ਚਿਰ ਹੋ ਗਿਆ ਉਹ 1.5 ਸਾਲ ਹੋ ਗਏ ਚੱਲ ਕੀ ਪਤਾ ਦੇ ਦੇ ਮਰ ਗਈ ਮਾਰੀ ਗਈ ਹੁਣ ਜੋ ਲੈ ਗਿਆਂ ਉਹ ਜਦੋਂ ਫੋਨ ਹੀ ਚੱਕਣੋ ਹਟ ਗਿਆ ਬੰਦਾ ਹੂੰ ਉਦੋਂ ਦਿਲ ਬਾਲਾ ਤੁਖੀ ਹੁੰਦਾ ਇਹ ਕਹਿ ਕੇ ਰੱਖ ਲੋ ਯਾਰ ਜੇ ਵੀ ਬਿਲਕੁਲ ਤੁਮਾ ਲੂ ਫੋਜੀ ਹੈ ਨਾ ਅੱਛਾ ਹੈ ਹਾਂ ਤੇਲਾ ਬਾਈ ਬਾਈ ਗੱਲ ਛੱਟ ਗਿਆ ਉਸਤਾਦ ਉਸਤਾਦ ਹੁੰਦੇ ਆ ਚੇਲੇ ਚੇਲੇ ਹੁੰਦੇ ਆ ਕੀ ਕਹਿੰਦਾ ਕਹਿੰਦਾ ਇਹਨੂੰ ਵੀ ਅਸੀਂ ਜਿਵੇਂ ਪੁਰਾਣੀ ਰੰਬ ਦੀ ਮੰਗਾਵਾਂਗੇ ਕੋਈ ਕਿਤੇ ਸ਼ਾਲਾ 'ਚ ਕੰਮ ਦੇ ਜਾਣੀ ਹੁੰਦੀ ਆ ਨਾ ਆਪਾਂ ਪੀਂਦੇ ਪੁੰਦੇ ਨਹੀਂ ਆਪਾਂ ਉਸਤਾਦ ਕਹਿੰਦੇ ਹੁੰਦੇ ਆ ਉਸਤਾਦ ਗੱਲ ਕਰ ਜਾਂਦੇ ਹੁੰਦੇ ਆ ਉਸਤਾਦ ਉਸਤਾਦ ਹੀ ਹੁੰਦੇ ਦੁਨੀਆ ਘੁੰਮੀ ਹੁੰਦੀ ਆ ਉਹਨਾਂ ਨੇ ਪਤਾ ਹੁੰਦਾ ਉਹਨਾਂ ਨੂੰ ਦੁਨੀਆਦਾਰੀ ਦਾ ਵੇਹ ਯਾਰ ਇੱਕ ਗੱਲ ਆ ਵੀ ਨਿਵਾਉ ਵਧੀਆ ਜਿਤਨਾ ਨਹਿ ਵਧੀਆ ਜਿੱਥੇ ਨਈ ਨਹਿਬਦੀ ਨਾ ਉਥੇ ਪਹਿਲੇ ਹੀ ਪਾਸਾ ਹੁਣ ਆਪਾਂ ਬਾਈ ਦੇ ਲੜ ਲੱਗੇ ਆ ਸਾਡੇ ਉਡਣ ਨਾ ਉਡਣ ਕਬੂਤਰ ਗਾਂ ਨੂੰ ਵੀ ਅਸੀਂ ਬਾਈ ਨਹੀਂ ਰਹਿਣਾ ਬਸ ਆ ਗਾਂ ਕਬੂਤਰ ਬਾਈ ਛੱਡ ਦਾਂਗੇ ਹੋਰ ਕਿਸੇ ਕੋਲ ਜਾਂਦੇ ਨਹੀਂ ਮੈਂ ਯਾਰ ਬੁਰਾ ਲੱਗਦਾ ਉਹੀ ਬੰਦਾ ਉਹ ਹੁਣ ਬਾਈ ਨੂੰ ਚਾਹੀਦਾ ਮੇਰੇ ਚੇਲੇ ਹਰਦੇ ਜੇ ਮੇਰਾ ਕੋਈ ਚੇਲਾ ਬਣ ਕੇ ਮੈਨੂੰ ਵੀ ਨਹੀਂ ਹੈਗੀ ਇਹ ਬਾਈ ਦੀ ਜੇ ਤੁਸੀਂ ਹਾਰਦੇ ਹੋ ਬੇਇੱਜ਼ਤੀ ਬਾਈ ਦੀ ਆ ਅਗਲਾ ਅਗਲਾ ਰੈਡਾ ਸੁਪਰਸਟਾਰ ਪਲੇਅਰ ਸਾਰਾ ਪੰਜਾਬ ਜਿੱਤਿਆ ਪਿਆ ਚੇਲੇ ਦੇ ਹਰੀ ਜਾਂਦੇ ਵੀ ਦੱਸਦਾ ਕਿਉਂ ਨਹੀਂ ਜਵਾਕਾਂ ਨੂੰ ਜਾਂ ਆ ਗੱਲ ਆ ਬਾਤ ਆ ਬੇਇੱਜ਼ਤੀ ਉਸਤਾਰ ਦੀ ਹੋ ਜਾਂਦੀ ਆ ਉਹ ਬਾਈ ਦੇ ਆ ਆ ਬੀ ਗੇਮ ਦੱਸੇ ਨਾ ਦੱਸੇ ਜੇ ਸਾਨੂੰ ਕੋਈ ਘਰ ਵਾਲੀ ਹਰਕਤ ਦੱਸ ਦੋ ਉਹ ਗੱਲ ਜਦਾਂ ਬਹੁਤਾਂ ਹੂੰ ਹੂੰ ਜੇ ਸਾਨੂੰ ਐ ਕਹਿ ਦੇਣਾ ਤੇ ਉਹ ਗੱਲ ਹੁੰਦੀ ਐ ਵੀ ਕੱਲ ਨੂੰ ਤੁਹਾਡਾ ਕਬੂਤਰ 8 ਵਜੇ ਵੇਜੂ ਹੂੰ ਵਹਿੰਦੇ ਐ ਹੂੰ ਹਾਂ ਪਾਪਾ ਸਿੱਖੀ ਦਾ ਜਾਣੇ ਹੋ ਹਾਂ ਸਾਨੂੰ ਪਤਾ ਲੱਗਾ ਲੱਗਾ ਹੁਣ ਤਾਂ ਸਾਨੂੰ ਵੀ ਜਿਵੇਂ ਦਾ ਪੇਜ ਚੱਲ ਆਇਆ ਬਦ ਗੇਮ ਸਖਾਏ ਤੋਂ ਥੋੜੋ ਸਿੱਕੀ ਜਾਣੀਆਂ ਤਾਂ ਆਪ ਤਾਂ ਦਿਮਾਗ ਲਾਉਂਗੇ ਫਿਰ ਯਾਰ ਬਾਈ ਨੇ ਤਾਂ ਤੁਹਾਨੂੰ ਦੱਸਣਾ ਵੀ ਐ ਕਰ ਲੋ ਐ ਹੋ ਜੂ ਆ ਹੋ ਜੂ ਜੇ ਥੋੜਾ ਦਿਮਾਗ ਹੀ ਨਹੀਂ ਵੀ ਸਾਡਾ ਕਬੂਤਰ ਬਾਦਮ 5 ਖਾਂਦਾ 14 ਖਾਂਦਾ ਤੁਸੀਂ ਦੱਸ ਘੇਟੇ ਹੋ ਫਿਰ ਯਾਰ ਤੁਸੀਂ 6 ਤੇ ਥਾਂਬਦੇ ਹੋ ਜੇ ਹੁਣ 6 ਤੇ ਦੂਜਾ ਥਾਂਬੂ ਘਰੇ ਤਾਂ ਉਹ ਤਿੰਨ ਬਾਦਮ ਪਾਉਂਦੇ ਆ ਚਾਰ ਬਾਦਮ 6 ਤੇ ਕਿ ਥਾਂਬ ਕੇ ਵੇ ਇਹਨਾਂ ਦਾ 12 ਵਜੇ ਖਰਾਕ ਹੀ ਨਹੀਂ ਖਿੱਚਣੀ ਉਹਨਾਂ ਨੇ ਰਾਤ ਦੇ ਤਾਈ ਅਸੀਂ ਕਹ ਕੇ ਸਾ ਇਹਨਾਂ ਨੂੰ ਜਦੋਂ ਹੁਣ ਦਿਨ ਖੁੱਲਣਗੇ ਜਾਂ ਬੱਚੇ-ਬੂਚੇ ਕਢਾਉਣੇ ਆ ਅਸੀਂ 10-10 ਲੀਟਰ ਬੋਰੋ ਡਾਉਣ ਪਿਆ ਦਿੰਨੇ ਕੁਝਾਂ ਦੇ ਬਾ ਕਿੰਨੇ ਦੋ ਤਿੰਨ ਨਾਲ ਕਿੰਨੇ ਭਾਉ ਲੰਨੇ ਹੈ ਕਿੰਨਾ ਚੁੰਡੇ ਇੱਕ ਤਕੜੀ ਭਰ ਕੇ ਰਾਤ ਵਾਲਾ ਵੀ ਹਾਂ ਵੀਰ ਵਾਲਾ ਵੀ ਹਾਂ ਬਸ ਇੱਕ ਜਿਵੇਂ ਹੁਣ ਤੜਕੇ ਦੇਣਾ ਉਹ ਤਾਂ ਰਾਤ ਨੂੰ ਭਾਉ ਦਿੰਨੇ ਹੂੰ ਰਾਤ ਜਿਹੜਾ ਪਤਾ ਵੀ ਰਾਤ ਨੂੰ ਦੇਣ ਉਹ ਤੜਕੇ ਭਾਉ ਦਿੰਨੇ ਰਾਤ ਨੂੰ ਮੈਂ ਰਾਤ ਨੂੰ 12 ਵਜੇ ਤੋਂ ਬਾਅਦ ਦੇਣਾ ਪਹਿਲਾਂ ਉਹ ਅਸੀਂ ਰਾਤ ਨੂੰ ਦਿੰਨੇ 2:30 ਵਜੇ ਜਾ ਕੇ ਉਤ ਦੋ ਦੋ ਦੇ ਦਿੰਨੇ ਹਾਂ ਉਹ ਬਈ ਫਰਿੱਜ 'ਚ ਠੰਡਾ ਕਰਨਾ ਪੈਂਦਾ ਪਾਣੀ ਆ ਕਿਵੇਂ ਪਾਣੀ ਫਰਿੱਜ ਫਰੋਜ਼ ਦੀ ਦਾ ਕੋਈ ਲੋੜ ਹੀ ਨਹੀਂ ਬਾਹਰ ਹੀ ਹੋਏ ਕੁਝੇਗਾ ਜੀ ਮੈਂ ਕੁਝੇਜ ਭਾਉ ਦਿੰਨੇ ਹਾਂ ਦਨੇਵਰ ਫੋਕੇ ਪਾਣੀ ਪਾਣੀ ਫੋਕਾ ਦਿੰਨੇ ਆ ਜਿੰਨੇ ਕਿੰਨੇ ਟਾਈਮ ਬਾਅਦ ਉਹਦਾ ਬਦਾਮਾਂ ਦੀ ਬਾਹਰ ਕਾਟਣਾ ਹੁੰਦੇ ਜੇ ਕੂਤਰ ਉੱਚਾ ਚੱਕ ਛੱਡਾ ਪਾਣੀ ਘਟ ਦਿੱਤਾ ਜਾਂਦਾ ਹੂੰ ਜੇ ਥੋੜਾ ਥੱਲੇ ਆ ਉਹਦਾ ਫਿਰ ਪਾਣੀ ਦੇ ਦੇਣੀ ਬੋਣੂ ਤਾਂ ਬਾਰੀ ਆ ਕੇ ਬੈਠਣਾ ਪੈਂਦਾ ਆ ਫਿਰ ਉੱਤੇ ਬੈਣਾ ਪੈਂਦਾ ਅਸੀਂ ਕੂਤਰ ਹੀ ਛੱਡੀ ਹੁਣ ਅਸੀਂ ਤੁਹਾਨੂੰ ਮੈਂ ਦੱਸ ਦਾਂ ਆ ਗੋਰੀ ਬੈਠਾ ਕੋਲੇ ਪੁੱਚੋ ਵਾਲਾ ਕਲਿਆਣ ਛੱਡੀ ਜਿੱਲੇ ਸੱਪ ਕੱਢੀ ਜਾਂਦਾ ਸਟਾਡ ਕਿੰਨਾ ਸੱਪ ਕੱਢੂ ਅਸੀਂ ਇੱਥੇ ਛੱਡੀ ਕੂਤਰ ਕਲਿਆਣ ਹੂੰ ਕਲਿਆਣ ਸੁੱਕਾ ਪੰਜ ਕਲਿਆਣ ਆਪਣੇ ਨਾਲ ਹੀ ਐ ਹਾਂ ਆ ਗੋਰੀ ਮੇਰੇ ਕੋਲੇ ਆਇਆ ਹੋਇਆ ਸੀਗਾ ਤੇ ਨਿਕਲ ਉਹਦੇ ਰਿਸ਼ਤੇਦਾਰੀ ਜਗ੍ਹਾ ਹੀ ਡੈਥ ਹੋ ਗਈ ਸੀ ਤੇ ਅੱਛਾ ਇਹ ਭੋਗ ਤੇ ਗਿਆ ਹੋਇਆ ਸੀਗਾ ਹੂੰ ਤੇ ਗੋਰੀ ਮੈਨੂੰ ਕਹਿੰਦਾ ਆਪਾਂ ਬਠਿੰਡੇ ਚੱਲ ਕੇ ਆਉਣਾ ਹੂੰ ਤੇ ਅਸੀਂ ਮੈਂ ਕਬੂਤਰੇ ਸੰਭੀ ਸੀ ਘਰੇ ਹੂੰ ਤੇ ਆ ਕੋਲੀ ਬੈਠਾ ਚਾਹੇ ਪੁੱਛ ਲਿਓ ਤੇ ਜਦ ਕੂਤਰੇ ਸੰਭੀ ਤੇ ਸਾਨੂੰ ਭਾਈ ਬਠਿੰਡੋਂ ਅਸੀਂ ਗਏ ਹੋਏ ਗੋਰੀ 10 ਵਜੇ ਗਏ ਸੀ ਆਪਾਂ 10 ਵਜੇ ਗਏ ਸੀ ਤੇ ਘਰੋਂ ਹੂੰ ਤੇ ਸਾਨੂੰ ਭਾਈ ਬਠਿੰਡਾ ਉਹਨਾਂ ਦੇ ਕਚਹਿਰੀਆਂ 'ਚ ਕੰਮ ਸੀ ਇਹਨੂੰ ਤੇ ਸਾਨੂੰ ਤਾਂ 6 ਵਜੇ ਹੂੰ ਸੰਭੀ ਗਈ ਨਾ ਕੂਤਰੇ ਭੁੱਖੇ ਤਾਂ ਹੀ ਬੈਠੇ ਉਮੀ ਹੂੰ ਪਹਿਲੇ ਦਿਨ ਵਾਲੀ ਖਰਾਕ ਦੀ ਬੈਠੀ ਨਾ ਬਾਦਾਮ ਦੇ ਕੇ ਗਏ ਸੀ ਅਸੀਂ ਜਾਂਦੇ ਹੋਏ 9:00 10:00 ਵਜੇ ਬਾਦਾਮ ਅਸੀਂ ਦੇ ਕੇ ਸੀ ਵੀ ਪਾਣੀ ਪੂਣੀ ਵਾਲੀ ਗੱਲ ਜਿਹੜੀ ਆਪਾਂ ਕਰਦੇ ਆ ਕਿੰਨੇ ਦੇ ਕੇ ਸੀ ਤੇ ਅਸੀਂ ਸੱਤ ਬਾਦਾਮ ਦੇ ਕੇ ਗਏ ਸੀ ਉਹਨੂੰ ਠੀਕ ਹੈ ਤੇ ਜਦੋਂ ਮੈਂ ਆਇਆ ਤੇ ਉਹਦੇ ਭਰਾਵਾ 6:00 ਵਜੇ ਮੈਂ ਜਿੱਥੇ ਬੈਠੀ ਸੀ ਉੱਤੇ ਪਾਣੀ ਜੰਮੀ ਨਹੀਂ ਕੁਜੇ ਗੱਦਿਆਂ ਦੇ ਵੀ ਨਾ ਉੱਥੇ ਕੁਜਾਂ ਚ ਸੀ ਇੱਥੇ ਚਵਾਰੇ ਚ ਜਾਲ ਬਣੇ ਵੇ ਜਾਲੀਆਂ ਚੁੰਦੇ ਕੁੱਤਰਾ ਕੁਝ ਪਾਣੀ ਹੈ ਨਹੀਂ ਸੀ ਮੈਂ ਕੁਜੇ ਚ ਸੀਗਾ ਪਾਣੀ ਆਪੇ ਪੀ ਪੂ ਹਾਂ ਤੇ ਤੁਨ ਮਾਜ਼ਾ ਦਾ 6:00 ਵਜੇ ਆਏ ਤੇ ਭਰਾਵਾ ਜੀ ਦੇ ਘਰੇ ਆਏ ਉਹ ਪਹਿਲੇ ਦਿਨ ਕਿ ਪਹਿਲਾਂ 13 14 ਬਦਾਮ ਚੋਗੇ ਥੱਲੇ ਬਦਾਮੀ ਹਾਂ ਠੀਕ ਹੈ ਫੇਰ 7 ਦੇ ਤੇ ਫੇਰ ਤੇ ਭਾਈ ਆ ਗੋਰੀ ਆ ਬੈਠਾ ਕੋਲੇ ਤੇ ਇਹ ਜਦੋਂ ਅਸੀਂ ਆਏ ਤੇ ਮੈਨੂੰ ਕਹਿੰਦਾ ਉਸਤਾਦ ਇਹਨੂੰ ਕਹਿੰਦਾ ਖੁੱਡੇ ਛੱਡ ਦੇ ਕਹਿੰਦਾ ਬਦਾਮ ਪਾ ਦੇ ਵੀ ਕਹਿਣ ਦਾ ਮਤਲਬ ਹੂੰ ਵੀ ਅਮੇ ਠੂਆ ਕਟਾਵੇਂਗਾ ਕੱਲ ਨੂੰ ਮੈਂ ਕਿਹਾ ਇਹ ਕੋਈ ਨਹੀਂ ਰਲਦਾ ਮੈਂ ਖੁੱਡਕ ਮੈਂ ਫੜ ਜੀ ਮਰੀ ਇਹਨੂੰ ਹੂੰ ਮੈਂ ਕੱਲ ਨੂੰ ਵੇਖ ਲਈ ਤੂੰ ਵੀ ਇੱਥੇ ਮੈਂ ਖਾਵਾ ਛੱਡੂਗਾ ਬਾਜੀ ਮੈਂ ਮਾਸਾ ਏਰਗੇ ਦੀ ਬਾਜੀ ਐ ਹੂੰ ਤੇ ਇਹ ਕਹਿੰਦਾ ਭਾਏ ਕਹਿੰਦਾ ਕਹੋਂ ਟੂਆ ਕਟਾਉਣਾ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਤੇਰੇ ਨਾਲ ਆਹ ਬੈਠਾ ਕਹਿੰਦਾ ਮੈਂ ਤਾਂ ਨਹੀਂ ਜਾਂਦਾ ਹੂੰ ਲਾਈਵ ਚੱਲਦੀ ਸੀ ਬਾਜੀ ਆਪਣੀ ਰਾਤ ਨੂੰ ਨਹੀਂ ਬੈਠੀ ਉਹੀ ਕਬੂਤ ਉਹੀ ਕਬੂਤ ਰੇ ਫੋਕੇ ਪਾਣੀ ਦਿੱਤੇ ਜਾਂ ਨਹੀਂ ਦਿੱਤੇ ਇਹ ਰਾਤ ਨੂੰ ਉਹਦੀ ਆ ਕੇ ਦਿੱਤਾ 1:00 ਵਜੇ ਕਿੰਨਾ ਪਾਣੀ ਦਿੱਤਾ ਇੱਕ ਰਾਤ ਨੂੰ ਦਿੱਤਾ 20 ml ਉਸ ਤੋਂ ਬਾਅਦ ਫੇਰ 2 ਘੰਟੇ 20 23 23 ml ਕਿੰਨੇ ਟਾਈਮ ਆ 20 2-2 ਘੰਟੇ ਮੈਂ ਖਿੱਚੀ ਗਿਆ 2.5 ਘੰਟੇ ਮੈਂ ਉਹ ਕਬੂਤਰੀ ਨੇ ਤਾਂ ਪਾਣੀ ਖਿੱਚਾ ਤਾਂ ਡੇਢ ਦੋ ਘੰਟੇ ਜਾਏ ਵਰ ਜਾਂਦੇ ਸੀ ਠੀਕ ਆ ਫਿਰ ਉਹਨੂੰ ਬਣਿਆ ਪਾਣੀ ਸਵੇਰੇ ਵੀ ਦਿੱਤਾ ਸੀ ਫਿਰ ਬਦਾਮ ਦੇਣ ਤੋਂ ਸਵੇਰੇ ਦਿੱਤਾ ਸੀ ਤੁਸੀਂ ਬਦਾਮ ਕਿੰਨੇ ਵਜੇ ਦਿੰਦੇ ਹੋ 7 ਵਜੇ ਕਿੰਨੇ ਵਜੇ ਨਾ 5 ਵਜੇ ਉਹਦੇ 10 ਵਜੇ ਦਿੱਤੇ ਫਿਰ ਨਹੀਂ 10 ਵਜੇ ਤਾਂ ਅਸੀਂ ਬਾਗ ਗਏ ਸੀ ਘਰ ਬਦਾਮ ਪਹਿਲਾਂ ਦਿੱਤੇ ਵੀ ਸਾਢੇ ਠੀਕ ਆ ਤੇ ਵੀ ਮੈਂ ਇਹ ਬਤਾ ਲਗਣੀ ਬਈ ਜਿਹੜਾ ਹੁਣ ਬਰਾਮਾ ਤੋਂ ਪਹਿਲਾ ਪਾਣੀ ਦੰਨੇ ਉਹ ਕੂਦਰੀ ਆਪਣੀ 12 ਵਜੇ ਖਾਲੀ ਹੋਗੀ ਕਿ 2 ਵਜੇ ਹੋਗੀ ਕਿ 3 ਵਜੇ ਹੋਗੀ ਉਹ ਤੇ ਮੈਨੂੰ ਇੰਨਾ ਮਾਨ ਸੀ ਵੀ ਘਰੇ ਸਾਰਿਆਂ ਨੂੰ ਬਾਦ ਦੋੜਦੀ ਸੀ ਉਦੋਂ ਹੈ ਨਹੀਂ ਸੀ ਬਰਾਮ 6 ਵਜੇ ਜਦੋਂ ਆਏ ਉਹ ਖਾਲੀ ਸੀ ਉਹਦੋਂ ਖਾਲੀ ਸੀ ਬਾਈ ਆਏ ਨਹੀਂ ਬਰਾਮਾ ਤੋਂ ਪਹਿਲਾ ਪਾਣੀ ਦੰਨੇ ਆਪਾਂ ਉਹ ਕਿੰਨਾ ਟਾਈਮ ਰੱਖਣਾ ਚਾਹੀਦਾ ਕਬੂਤਰ ਨੂੰ ਤਾਂ ਬਰਾਮਾ ਵਾਲੇ ਬਸ ਓਵੇ ਰੱਖ ਨਾ ਨਾ ਉਹ ਤਾਂ ਪਾਣੀ ਰੱਖਦੇ ਨਹੀਂ ਬੜਾ ਚਿਰ ਉਹ ਉਹ ਗਰਮੀ ਹੁਣੇ ਪੋਟੇ ਚਲਾਉਣਾ ਬਾਈ ਅੰਦਰ ਗਰਮੀ ਕੱਢਣਾ ਹਾਂ ਉਹਨੇ ਪੋਟੇ ਹੀ ਚਲਾਉਣਾ ਉਹ ਤਾਂ ਬਸ 2 2.5 ਘੰਟੇ ਚ ਲੈ ਜ ਉਹ ਰਾਤ ਨੂੰ ਜਾ ਕੇ ਤਾਂ 3 ਸਵਾ 3 ਘੰਟੇ ਕੂਤਰ ਰੋਕੇ ਬਣੀ ਫੇਰ ਸਵੇਰੇ ਬਾਜ਼ੀ ਤੇ ਜਾਂਦਾ ਬੰਦਾ ਹਾਂ ਬਾਜ਼ੀ ਤੇ ਬਾਈ ਕਿੰਨਾ ਕੁ ਪਾਣੀ ਦੇ ਕੇ ਛੱਡਣਾ ਚਾਹੀਦਾ ਕੂਤਰ ਬਾਜ਼ੀ ਤੇ ਯਾਰ ਪਾਣੀ ਦਾ ਘੱਟੋ ਘੱਟ ਵੀ 60 ਕਿਲੋ ਮੀਟਰ ਪਾਣੀ ਹੋਵੇ ਬਸ ਠੀਕ ਆ ਵੱਧ ਕੰਨਾ ਮਰਜੀ ਦੇ ਲੋ ਜਿੰਨਾ ਚੱਕ ਲੂ ਠੀਕ ਆ ਵੱਧ ਉਹਨੂੰ ਦੇਣ ਦਾ ਫਾਇਦਾ ਜਿਹੜਾ ਵੱਗਦਾ ਵੱਧਦਾ ਕੂਤਰ ਜੇ ਵਰਦਾ ਹੀ ਘੱਟ ਉਹਨੂੰ ਦੇਤਾ ਉਹ ਤਾਂ 10 ਵਜੇ ਡਿੱਗ ਬੋਖ ਖਾਓਗੇ ਵੀ ਜਰਾ ਜਾਣ ਚੱਲੇ ਕੇ ਚੜ੍ਹਦੇ ਜੀਓ ਸਾਂਭਣ ਦੇ ਸਿਰ ਤੇ ਹੁੰਦਾ ਨਾ ਲੋਆਂ ਚ ਪਾਣੀ ਵੱਧ ਦੇਣੇ ਹੋ ਜਾਂ ਮਿਸੇਦਣਾ ਚ ਪਾਣੀ ਲੋਹ ਚ ਦਾ ਘੱਟ ਦੇਣਾ ਚਾਹੀਦਾ ਕਿਉਂ ਤਾਪ ਜਾਂਦਾ ਉਧਰ ਲੋਹ ਹੁੰਦੀ 10 ਵਜੇ ਬੈਠਣ ਲੱਗ ਜਾਂਦੇ 9 ਵਜੇ ਹਾਂ ਲੋਹ ਚ ਕਿੰਨਾ ਦੇਣਾ ਚਾਹੀਦਾ ਪਾਣੀ ਲੋਹ ਚ ਦਾ 50 60 ਐਮ 50 ਐਮ ਐਲ ਮਿਸੇਦਣਾ ਚ ਜਿੰਨਾ ਮਰਜੀ ਮਿਸੇਦਣਾ ਠੰਡਾ ਦੇਣੋਂ ਦਾ ਪੋਟੇ ਨਹੀਂ ਗਰਮੋਂ ਦਾ ਸਾਰਾ ਦਿਨ ਤੁਰਿਆ ਫਿਰਦਾ ਲੈ ਕੇ ਹੱਥ ਨੇ ਕੱਲ ਡਾ ਹੀ ਹੋਈ ਜਾਊ ਜੇ ਪਾਣੀ ਵੱਧ ਹੋਇਆ ਦੁੱਸਰ ਛੱਡ ਕੇ ਰਹਿ ਜੀ ਕਹਿਰ ਬਾਈ ਅੱਜ ਤਾਂ ਦੋਨੇ ਛੱਡ ਲੈਨੇ ਆਂ ਕਹਿਰ ਵੀ ਛੱਡ ਲੈਨੇ ਦੁੱਸਰ ਵਧੀਆ ਕਿਹੜੀ ਲੱਗਦੀ ਆ ਤੁਹਾਨੂੰ ਵਧਗਾ ਜੇ ਫੜਿਆ ਜਾਵੇ ਤਾਂ ਦੁੱਸਰ ਵਧਗਾ ਗਈ ਤੇ ਨਹੀਂ ਕਹਿਰ ਵਧਿਆ ਹੱਥ ਨੂੰ ਬੰਦਾ ਵਿਲਾ ਹੋ ਜਾਂਦਾ ਨੇ ਪਰ ਵੰਡਾ ਉਹ ਜਿੱਤੇ ਹਾਰੇ ਜੇ ਫੜਿਆ ਜਾਵੇ ਫਿਰ ਦੁੱਸਰ ਤਾਂ ਫੜੇਗੀ ਦੀ ਹੈ ਨਾ ਜਿਹਦੇ ਜਿਹਦੇ ਪੱਕੇ ਕਰੇ ਵੇ ਛਤਰੀ ਤੇ ਵਾਦਾ ਬੂਜਾ ਤੇ ਉਹਦੀ ਛਤਰੀ ਵਾਲਾ ਨਹੀਂ ਬਾਈ ਜਿਹੜਾ ਰਾਤ ਨੂੰ ਉੱਥੇ ਆਇਆ ਉਹ ਜਿੱਤੂ ਆ ਹੋਈ ਗੱਲ ਹੈ ਨਾ ਲੱਭ ਗਿਆ ਕਬੂਤਰ ਜਿਹੜਾ ਰਾਤ ਨੂੰ ਤਾਵਰ ਤੋਂ ਲੈ ਜਾਏ ਟੈਂਕੀ ਤੋਂ ਲੈ ਜਾਏ ਫੜਿਆ ਜਾਵੇ ਅੱਛਾ ਉਹ ਉਹ ਉਹਦੇ ਚਾਂਸ ਵੱਧਾ ਜਿਹੜਾ ਛਤਰੀ ਦੇਵਾਲਾ 6 ਵਜੇ ਜਿਹੜਾ ਚੱਕਣਸਾਰੀ ਬਹਿਗਾ ਉਹਦੇ ਧਰਨ ਪਈ ਖੜੀ ਹੁੰਦੀ ਉਹਦਾ ਹਾਰ ਹੀ ਜਾਂਦਾ ਉਹਨੇ ਦੂਜੇ ਦਿਨ ਅੱਛਾ ਜੀ ਹਾਂ ਆ ਆਪਾਂ ਹੀ ਆਏ ਵੀ ਹੁੰਦਾ ਚੈੱਕ ਕਰਾਂਗੇ ਇਹਦਾ ਹਰ ਨਹੀਂ ਉਹਨੇ ਤਾਂ ਹਾਂ ਜਿਹੜਾ ਰਾਤ ਨੂੰ ਸਹਾ ਜਾ ਉਹ ਕੰਟੇ ਕੱਢੂ ਅੱਛਾ ਇਹ ਚੀਨੀ ਕਬੂਤਰੀ ਸੀ ਹਾਂ ਤੇ ਤਿੰਨ ਦਿਨ ਤਿੰਨ ਦਿਨ ਉੱਡੀਓ ਕਿੰਨੇ ਦਿਨ ਟਾਵਰ ਚ ਫੜਦੇ ਰਹੇ ਰਾਤ ਨੂੰ 7 ਵਜੇ ਟਾਵਰ ਜਿਵੇਂ ਸਾਢੇ 7 ਟਾਵਰ ਮੇਰੇ ਹੋਈ ਚ ਬਾਜੀ ਜਿੱਤ ਕੇ ਵੀ ਟਾਵਰ ਜੇ ਬੈਠੀ ਬਾਜੀ ਜਿੱਤ ਕੇ ਵੀ ਟਾਵਰ ਜੇ ਬੈਠੀ ਨਾ ਪਿੰਡ ਦੇ ਵਿਚਾਲੇ ਟਾਵਰ ਠੀਕ ਠੀਕ ਆ ਇਹ ਕੀ ਕਾਰਨ ਬਾਈ ਫਿਰ ਵੀ ਮੰਨ ਕੇ ਜੋ ਛਤਰੀ ਚੱਕਣਸਾਰ ਜਿਹੜਾ ਬੈਂਦਾ ਉਹਦੇ ਹਾਰਨ ਦੇ ਚਾਂਸ ਵੱਧਦਾ ਉਹ ਹਾਰਨ ਦੇ ਇੱਕ ਤਾਂ ਥੱਕਿਆ ਹੋਇਆ ਹੁੰਦਾ ਉਹ ਜੇ ਮਾਂ ਮੰਨਿਆ ਉਹ ਬਹਾਨਾ ਹੀ ਭਾਲਦਾ ਵੀ ਉਹਦਾ ਬਹਾਨਾ ਭਾਲਦਾ ਨਹੀਂ ਵਿੱਚ ਬੰਦੇ ਵੀ ਆਏ ਕਹਿੰਦੇ ਹੁੰਦੇ ਵੀ ਆ ਵੀ ਇਹ ਤਾਂ ਚੱਕਣਸਾਰ ਹੀ ਚੜ ਗਿਆ ਇਹ ਬਾਜੀ ਖੜਕਾ ਕੇ ਦੇਉ ਪਰ ਮੈਂ ਉਹ ਦੂਜੇ ਦਿਨ ਜਿੱਤਦੇ ਬਹੁ ਇਹ ਹੱਟਨੇਤ ਕੀ ਹੋਈ ਏ ਹੂੰ ਅਸੀਂ ਕੋਟ ਭਾਰੇ ਕਬੂਤਰੀ ਛੱੜਤੀ ਹੂੰ ਕੋਟ ਭਾਰੇ ਕਬੂਤਰੀ ਛੱੜਤੀ ਸਾਡੇ ਸਤਕਾਰਯੋਗਾਂ ਨੀਲਾ ਨੀਲਾ ਪੁੱਤੋ ਹੂੰ ਉਹਨਾਂ ਨੇ ਦੋ ਕਬੂਤਰ ਛੱਡੇ ਉਹਨਾਂ ਦੇ ਕਬੂਤਰ ਟਾਂਗੀ ਚੱਕਣਸਾਰ ਬਹਿ ਗਏ ਤੇ ਗੋਰੀ ਮੈਨੂੰ ਕਹਿੰਦਾ ਇੱਕ ਬੱਚਾ ਗੋਰੀ ਦੇ ਘਰੋਂ ਸੀ ਇੱਕ ਸਾਡੇ ਘਰੋਂ ਕੂਤਰੀ ਸੀ ਹੂੰ ਗੋਰੀ ਮੈਨੂੰ ਕਹਿੰਦਾ ਬਾਈ ਐਵੇਂ ਡੱਗ ਕਬੂਤਰ ਛੱਡ ਲੈਣਾ ਤੇ ਨਾਲੇ ਦਾ ਮੇਰਾ ਟਾਈਮ ਖਰਾਬ ਕਰਦਾ ਕਹਿੰਦਾ ਇਹ ਭਾਂਜੂ ਕਿਹੜੀ ਨਸਲਾ ਕਹਿੰਦਾ ਵਹਿੰਦੀ ਨਹੀਂ ਹੂੰ ਕਹਿੰਦਾ ਪੁੱਲਰ ਵਾਲੇ ਨੇ ਬਾਜ ਨਹੀਂ ਮਾਰਨ ਦਿੱਤੀ ਕਹਿੰਦਾ ਵਹਿ ਵੀ ਗਿਆ ਹੂੰ ਮਾਹਰ ਗੋਰੀ ਬਹਿ ਤਾਂ ਗਿਆ ਮਾਹਰ ਜੀ ਆਪਣੀ ਕੂਤਰੀ ਰਾਤ ਨੂੰ ਖੜੀ ਗਈ ਨਾ ਤੇ ਭੁੱਲਰ ਵਾਲਾ ਕੱਲ ਨੂੰ ਵੀ ਬੈਠਣਗੇ ਤੇ ਆਪਣੇ ਸਾਤ ਵਜੇ ਅੱਛਾ ਹਾਂ ਤੇ ਅਸੀਂ ਰਾਤ ਨੂੰ 9:30 ਵਜੇ ਚਰਨਾ ਸੀ ਬੁਰਜਾਂ ਵਾਲਾ ਹੋਰ ਸੀ 9:30 ਕਹਿੰਦੇ 10 ਵਜੇ ਕੂਤਰੀ ਛਤਰੀ ਤੇ ਬਾਹਲੀ ਹੂੰ ਘੁੰਗਰੂ ਖੜਕਾ ਖੜਕਾ ਕੇ ਲਾਈਟਾਂ ਲਾੰਗੇ ਸਾਡੇ ਕੋਲ ਆਪਦੇ ਸੀ ਦੋ ਵੱਡੀਆਂ ਹੂੰ 2-262 ਵਾਲਾ ਨੇ ਵੱਲੋਂ ਲੱਗੇ 2-262 ਵਾਲੇ ਹੂੰ ਉਹ ਬਾਹਲੀਆਂ ਸੀ ਹੂੰ ਤੇ ਉਹੀ ਗੱਲ ਹੋ ਗਈ ਤੇ ਭੁੱਲਰ ਦੂਜੇ ਦਿਨ ਭਾਈ ਮੰਨ ਗਿਆ ਹੂੰ ਕਹਿੰਦਾ ਪਤੰਦਰੋ ਜੀ ਤੁਸੀਂ ਤਾਂ ਪਹਿਲੇ ਹੀ ਕਹਦੇ ਮਖਾ ਭੁੱਲਰਾ ਖੋਸਦਾ ਤੂੰ ਬਾਹਲਾ ਹੋਇਆ ਫਿਰਦਾ ਹੂੰ ਕੱਲ ਨੂੰ ਉੜਦੇ ਨਹੀਂ ਕਬੂਤਰ ਤੇਰੀ ਹੂੰ ਕਹਿੰਦਾ ਕੀ ਗੱਲ ਐ ਗੁਰਪੀਤ ਮਖਾ ਅਸੀਂ ਬਸੇਰੀਆਂ ਖੜੀਆਂ ਐ ਸਾਨੂੰ ਪਤਾ ਹੀ ਐ ਮਖਾ ਹੈ ਮਖਾ ਉੜਦੇ ਨਹੀਂ ਤੇ ਮੈਂ ਸਾਡੀ ਸਾਡੀ ਅਜੇ ਬੈਠੀ ਨਹੀਂ ਸੀ ਉੱਡੀ ਫਿਰਦੀ ਸੀ ਹੂੰ ਮੈਂ ਜੇ ਸਾਡੀ ਤੇ ਆ ਗਈ ਕੱਲ ਨੂੰ ਤੇ ਤੂੰ ਐਂ ਆਖੇਗਾ ਵੀ ਦੁਬਾਰੇ ਛੱਡੀ ਨਵੀਂ ਛੱਡੀ ਐ ਹੂੰ ਤੇ ਉਹੀ ਗੱਲ ਕਰ ਗਾ ਹੁਣ ਥੱਲਾ ਹੀ ਨਹੀਂ ਦੇਖ ਰੱਬ ਜੀ ਖੜੀ ਨਹੀਂ ਦੂਜੇ ਦਿਨ ਨੇਰਾ ਕਰਤਾ ਭੱਜੀ ਫਿਰ ਉਹ ਸਾਰੀ ਤਾਂ ਜਾਗਣਾ ਪੈਂਦਾ ਉਹ ਤਾਂ ਬੰਦੇ ਸਾਰੇ ਜੇ ਨਹੀਂ ਨੀਂਦ ਆਉਂਦੀ ਕੋਈ ਬਿਮਾਰੀ ਪੂਰੀ ਆ ਤਾਂ ਬੈਠਾ ਰਵੇ ਹੂੰ ਕਬੂਤਰ ਦੇ ਕਿ ਮਾਲਸ਼ ਕਰਨੀਆਂ ਚਲੋ ਫਿਰ ਐਵੇਂ ਕਿ ਜਿਹੜਾ ਬੰਦਾ ਵੀ ਦੂਜੇ ਦਿਨ ਬਾਹਲੀ ਕਪਤ ਹੁੰਦੀ ਹੈ ਜੇ ਸਾਰੀ ਰਾਤ ਹੀ ਜਾਗਦਾ ਰਹਿੰਦਾ ਜਰ ਹੁਣ ਇੱਕ ਮੈਂ ਪਹਿਲੇ ਗਾਏ ਜੂਰ ਲੱਗਾ ਵੇ ਇੱਕ ਮੈਨੂੰ ਭਾਂਦਣਾ ਸੌਣ ਹੀ ਨਾ ਦਿੱਤਾ ਸਾਰੀ ਰਾਤ ਟਿਕਣੀ ਨਾ ਦਿੱਤਾ ਫਿਰ ਮੈਨੂੰ ਤਾਂ ਭਾਂਦਣਾ ਟਾਈ ਕੀ ਹੋਊਗਾ ਜਾਂ ਕੋਈ ਹੋਰ ਬਿਮਾਰੀ ਖੜੀ ਹੋ ਹੂੰ ਮੇਰੇ ਸਾਹਮਣੇ ਤਾਂ ਦੋ ਤਿੰਨ ਬੰਦੇ ਨੇ ਸਾਂਭੇ ਕੋਈ ਏਡੀ ਦਿੱਕਤ ਪ੍ਰੇਸ਼ਾਨੀ ਵਾਲੀ ਮੈਨੂੰ ਗੱਲ ਲੱਗੀ ਨਹੀਂ ਇਹ ਕਈ ਬੰਦੇ ਨੇ ਜਰੂਰ ਹਊਆ ਜਾ ਬਣਾਇਆ ਮੇਰੇ ਸਾਹਮਣੇ ਪ੍ਰਭਾਵ ਜਾ ਪਾਉਂਦੇ ਮਰਨੇ ਨਹੀਂ ਆ ਹੁਣ ਬਈ ਬਿਕਰ ਨਹੀਂ ਮੇਰੇ ਸਾਹਮਣੇ ਸਾਂਭੀ ਸਾਰੀ ਦੂਸਰਾ ਪਖਵਾਲੀਏ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੋਰ ਵੀ ਇੱਕ ਦੋ ਬੰਦਿਆਂ ਨੇ ਸਾਂਭੀਆਂ ਨੇ ਕਾਕੇ ਨੇ ਜਾਂ ਨਾਲੀਏ ਨੇ ਜਾਂ ਕੋਈ ਹੋਰ ਯਾਰ ਕੋਈ ਏਡੀ ਗੱਲਬਾਤ ਮੈਨੂੰ ਲੱਗੀ ਨਹੀਂ ਵੀ ਠੀਕ ਹੈ ਯਾਰ ਬਸ ਇੱਕ ਬੰਦੇ ਨੇ ਐਡਾ ਹਊਆ ਬਣਾਇਆ ਮੇਰੇ ਕੋਲ ਕਮਲ ਕੁੱਤੇ ਜੇ ਲਾ ਕੇ ਬੰਦਿਆਂ ਨੂੰ ਚਾਰ ਨੂੰ ਕਿਤੇ 6 ਸਿਲੰਡਰ ਤੇ ਐਂ ਕਰ ਲਾ ਕੇ ਤੇ ਐਂ ਕਰ ਮੈਂ ਉਹਦੇ ਦਾ ਡਰਿਆ ਮੈਂ ਯਾਰ ਇਹ ਤਾਂ ਆਪਾਂ ਕੁੱਤੇ ਖਾਣਾ ਹੀ ਬੜਾ ਮੈਂ ਦਾ ਹੱਦ ਨਹੀਂ ਸੀ ਕੂਤਰ ਪਰ ਉਹ ਬੰਦਿਆਂ ਨੂੰ ਦੇਖ ਕੇ ਆਏ ਲੱਗਿਆ ਵੀ ਉਹ ਤਾਂ ਯਾਰ ਨੋਰਮਲ ਗੱਲਾਂ ਨੇ ਜੱਤ ਹਾਰ ਬਾਅਦ ਦੀ ਹੈ ਬਾਈ ਬਿਕਰ ਨੂੰ ਵੀ ਨਹੀਂ ਆਈ ਕਿ ਇਹ ਨੋਰਮਲ ਗੱਲਾਂ ਇਹ ਤਾਂ ਨੋਰਮਲ ਆ ਕੋਈ ਚੱਕਰ ਨਹੀਂ ਬਸ ਸਾਫ਼ ਕਰਦਾ ਵਰ ਗਿਆ ਇਹ ਦੂਬਾਰ ਲੱਕ ਢੋਣਾ ਬੰਦੇ ਦਾ ਬਸ ਆਪਣੀ ਬੰਨੀ ਕੋ ਘਾਟ ਨਹੀਂ ਹੈਗੀ ਕੂਤਰ ਲੀਵਰ ਸਹੀ ਹੈ ਅੰਦਰੋਂ ਉਸ ਤਾਂ ਉਹਨੇ ਉੱਡੀ ਜਾਣਾ ਹਾਂ ਉਹ ਕਹਿੰਦਾ ਆਪਣੇ ਬੰਨੀ ਕੋ ਘਾਟ ਨਹੀਂ ਕਹਿੰਦਾ ਆਪਾਂ ਡਾਕਟਰੀ ਕਰਤੀ ਕਹਿੰਦਾ ਕਿ ਕਿਸਮਤ ਲੈ ਮੇਰੇ ਸਾਹਮਣੇ ਸਾਂਭੀ ਲੈ ਮੈਨੂੰ ਸਾਰਾ ਕੁਝ ਦੱਸਿਆ ਬਾਈ ਉਹਨੇ ਵੀ ਕੀ ਕੀ ਕਰਨਾ ਮੈਂ ਬਾਈ ਆਪਾਂ ਕਿਹੜਾ ਡਾਉਣੀ ਨਾ ਹੀ ਆਪਣਾ ਲੋੜ ਆ ਨਾ ਹੀ ਆਪਣੇ ਕਬੂਤਰ ਚਲ ਹੁਣ ਤਾਂ ਹੈ ਹੀ ਨਹੀਂ ਕਰੇ ਵੀ ਕ ਆਪਣੇ ਕਬੂਤਰ ਨਹੀਂ ਬੰਦੇ ਸੀ ਢਾਂਗੀ ਚੜ੍ਹਦੇ ਸੀ ਆਹ ਮੁੰਡੇ ਆਪਣੇ ਚੇਲੇ ਬਣ ਕੇ ਗਏ ਮਨਪਰੀਤ ਬਣੀ ਹਾਲ ਤੋਂ ਹੂੰ ਤੇ ਜਿਹੜੀ ਤੂੰ ਸਾਂਭਣ ਵਾਲੀ ਵਾਲਾ ਕਰਦਾ ਤੈਨੂੰ ਮੈਂ ਦੱਸਦਾ ਇਹਨਾਂ ਨੇ ਭਾਈ ਕੂਤਰੀ ਤਾਰੀ ਬੈਠਾ ਭਾਈ ਤੇ ਇਹਨਾਂ ਨੇ ਚੇਲੇ ਵੀ ਬਣਾ ਲੈ ਫਿਰ ਇਹ ਮੁੰਡੇ ਧੱਕੇ ਨਾ ਬਣ ਕੇ ਗਏ ਆ ਵਾਹੀ ਸਾਡੇ ਨਾਲ ਨਹੀਂ ਕੋਈ ਧੱਕਾ ਕਰਦਾ ਯਾਰ ਅਸੀਂ ਤਾਂ ਬਹੁਤ ਲੋਗ ਗਏ ਅਸੀਂ ਦਾ ਆਸੇ ਪਾਸੇ ਵਾਲਿਆਂ ਨੂੰ ਵੀ ਬਥੇਰਾ ਜ਼ੋਰ ਪਾਉਣੇ ਉਹ ਵੀ ਧੱਕਾ ਕਰਾਉਣ ਵਾਲਾ ਮਿਲਾਓ ਯਾਰ ਸਾਡੇ ਨਾਲ ਲੋੜ ਆ ਨਹੀਂ ਇਹ ਆਉਂਦੇ ਰਹੇ ਤਾਂ ਕਹਿੰਦੇ ਇਸ ਤਾਂ ਬਾਨ ਨਹੀਂ ਬਾਨ ਸਾਡੇ ਕੋਲ ਬਾਹਲੇ ਚਰਦੇ ਆਉਂਦੇ ਕ ਇਹਨਾਂ ਦੇ ਪਿੰਡ ਅੱਗੇ ਬਾਜ਼ੀ ਰਖਾਤੀ। ਖੇਡ ਲਿਆ ਕਰੋ ਬੱਚ ਦੀ। ਹਾਂ ਇਹਨਾਂ ਨੇ ਬਾਜ਼ੀ ਰਖਾਤੀ ਆਪਦੇ ਪਿੰਡ। ਹੂੰ ਤੇ ਬਾਜ਼ੀ ਰਖਾਤੀ ਜਿਵੇਂ ਜੋ ਹੈ ਛੋਟੀ ਹਜੇ ਕੁਆਰੀ ਹੈ ਜਵਾਕਾਂ ਰਗੀ ਹੈ। ਹੂੰ ਤੇ ਇਹ ਮੈਨੂੰ ਕਹਿੰਦੇ ਬਾਈ ਯਾਰ ਕਹਿੰਦੇ ਸਾਡੇ ਪਿੰਡ ਨਾਲ ਹੀ ਬਾਈ ਜਿੱਤਨੀ ਆ ਕਿਤੇ ਬਾਜ਼ੀ ਨਹੀਂ ਜਿੱਤੇ ਤੇ ਕੂਤਰ ਚੰਗੇ ਲਿਆਈ। ਹੂੰ ਮੈਂ ਕਿ ਇਹ ਚੰਗੇ ਛੱਡ ਤੇ ਮੀਂਹ ਪਈ ਜਾਂਦੇ ਦਿਨ ਠੰਡੇ ਸੀ ਦੁੱਸਰ ਪਈ ਸੀ। ਹੂੰ ਮੈਂ ਕਿ ਉਹਨਾਂ ਨੇ ਤਾਂ ਬਹਿਣਾ ਨਹੀਂ। ਹੂੰ ਤੇ ਮੈਂ ਛੋਡੇ ਕੋਲੇ ਉੜਦਾ ਕੋਈ ਘਰੇ ਤੇ ਇੱਥੋਂ ਹੀ ਛੱਡ ਕੇ ਆਪਾਂ ਜਿੱਤ ਲੈਣੇ। ਹੂੰ ਏ ਕਹਿੰਦੇ ਭਾਈ ਐ ਕਿਵੇਂ ਜਿੱਤ ਰਿਹਾ ਕਹਿੰਦਾ ਕਿਕਰ ਸਾਡੇ ਘਰੇ ਬਾਲੀ ਵੱਡੀ ਤੇ ਕਿਕਰ ਤੇ ਬਹਿ ਜੂ ਜੇ ਨਾ ਕਿਕਰ ਤੇ ਬੈਠਾ ਕਹਿੰਦਾ ਖੁੱਡਿਆ ਤੇ ਬਹਿ ਜੂ ਹਾਂ ਮਾਹ ਚੱਲ ਕੋਈ ਨਹੀਂ ਆਪਾਂ ਮੈਂ ਛੱਡ ਲਾਂਗੇ ਮੈਂ ਤੂੰ ਪੁੱਛ ਲਈ ਭਾਈ ਸਾਰਿਆਂ ਨੂੰ ਵੀ ਕੂਤਰੀ ਛੱਡਣੀ ਆ ਹਾਂ ਇਹਨੇ ਪਤਾ ਨਹੀਂ ਪੁੱਛਿਆ ਕਿ ਨਹੀਂ ਇਹਨਾਂ ਨੇ ਕੂਤਰੀ ਛੱਡਤੀ ਉੱਥੇ ਧੀਰਾ ਤੇ ਖੰਡ ਕਾਪੀ ਪੈਨੇ ਇਹਨੂੰ ਮੇਰੇ ਤੋਂ ਬਾਅਦ ਫੋਨ ਕਰਕੇ ਵੀਡੀਓ ਕਟਾਉਣੀ ਆ ਜਾਓ ਬੰਦੇ ਪੈਸੇ ਮੜਵਾ ਕੇ ਲੈ ਕੇ ਜਾਣਗੇ ਹੁਣ ਇਹ ਨਹੀਂ ਨਹੀਂ ਮੁੜਕ ਦਾਸ ਤੇ ਮਗਰੋਂ ਪਤਾ ਲੱਗ ਗਿਆ ਸੀ ਅੱਛਾ ਸਾਰਿਆਂ ਨੂੰ ਤੇ ਦੱਸ ਕੇ ਛੱਡੀ ਸੀ ਆ ਤਾਰੀ ਬੱਠਾ ਬਾਈ ਕੋਲੇ ਤਾਰੀ ਨੇ ਵੀ ਦੋ ਕੂ ਹੈਂ ਬਾਈ ਤਾਰੀ ਐ ਵੀ ਹੋ ਜਾਂਦਾ ਮਗਰੋਂ ਬਾਅਦ ਪੈਸੇ ਮਣ ਪਾਉਣਾ ਨਹੀਂ ਨਹੀਂ ਗੱਗਾ ਉਹ ਭਾਈ ਜਦੋਂ ਇਹਨਾਂ ਨੇ ਕੂਤਰੀ ਛੱੜਤੀ ਤੇ ਇਹਨਾਂ ਨੇ ਦੱਸਤਾ ਕੁਛ ਤਾਰੀ ਨੇ ਰੈਰੂ ਦੇ ਤੇ ਇਹਨਾਂ ਨੂੰ ਪਹਿਲੇ ਦਿਨ ਤੇ ਉਹ ਭਾਈ ਉੱਡ ਗਈ ਕੂਤਰੀ ਅੱਛਾ ਟਾਈਮ ਕਰ ਗਈ ਪਹਿਲੇ ਦਿਨ ਹੂੰ ਤੇ ਇਹ ਮੈਨੂੰ ਕਹਿੰਦਾ ਭਾਈ ਆ ਜਾ ਮਖਰ ਤੁਸੀਂ ਆਪ ਹੀ ਸੰਭ ਲਈਆਂ ਤਾਰੀ ਬਾਈ ਤਾਂ ਸੰਭਾ ਲੋ ਮੈਂ ਤਾਰੀ ਸਿਆਣਾ ਪੂਰਾ ਦੂਸਰਾ ਦਾ ਹੂੰ ਤੇ ਮਖਰ ਮੈਂ ਕੀ ਕਰੂੰਗਾ ਇਹ ਕਹਿੰਦੇ ਨਾ ਬਾਈ ਤੂੰ ਤਾਂ ਸਾਡੇ ਨੱਕ ਵਢਾਉਣ ਵਾਲੀ ਗੱਲ ਕਰਦਾ ਕਹਿੰਦੇ ਯਾਰ ਹੁਣ ਛੜਾ ਕੇ ਪੰਗਾ ਦਵਾ ਕੇ ਤੇ ਤੂੰ ਜ਼ਰੂਰ ਆ ਮੈਂ ਇਥੋਂ ਘਰੋਂ ਕੱਗੇ 8:00 ਸਵਾ 8 ਵਜੇ ਤੁਰਿਆ ਗੱਡੀ ਲੈ ਕੇ ਇਹਨਾਂ ਕੋਲ 9:00 9:30 ਵਜੇ ਮੈਂ ਇਹਨਾਂ ਕੋਲ ਘੰਟੇ ਚ ਪਹੁੰਚਿਆ ਅੱਛਾ ਤੇ ਜਾ ਕੇ ਮੈਂ ਦੇਖੀ ਕੂਤਰੀ ਦੀ ਹਾਲਾਤ ਪਾਣੀ ਪੀ ਲੇ ਉਹ ਗਲਾਸ ਦੇ ਪਾਣੀ ਪੀ ਲੇ ਗਲਾਸ ਦੇ ਮੈਂ ਇਹਨਾਂ ਨਾਲ ਖਮਾਗਾ ਸੌਜੂ ਹੂੰ ਕਹਿੰਦੇ ਕਿਉਂ ਮੈਂ ਇਹਨਾਂ ਨਾਲ 12 1 2 ਦੇ 2 ਵਜੇ ਤੋਂ ਬਾਅਦ ਰਾਤ ਨੂੰ ਦੇਖਾਂਗੇ ਇਹਦੇ ਨਾਲ ਦੋ ਹੱਥ ਮਗਾ ਹੁਣ ਤਾਂ ਕੋਈ ਫਾਇਦਾ ਨਹੀਂ ਪਾਣੀ ਪੀ ਲੈਂਦੇ ਕੱਢ ਦਿੰਦੀ ਆ ਉਹ ਇਹ ਤੇ ਉਹ ਕੂਤਰੀ ਭਾਈ ਮੈਂ ਤੜਕੇ ਜਾ ਕੇ ਸੌਂਗਾ ਇੱਥਾ ਜਾ ਕੇ ਮੈਂ ਤੜਕੇ ਉੱਠਿਆ 5:30 4:00 ਵਜੇ ਤੇ ਮੈਂ ਦੇ ਕੇ ਬਦਾਮ ਪਾਣੀ ਤੇ ਸੈਟ ਫਿੱਟ ਕਰਕੇ ਹੂੰ ਸਾਰਾ ਕੁਛ ਤੇ ਅਸੀਂ ਛੜਤੀ ਕੂਤਰੀ ਦੂਜੇ ਦਿਨ ਉਹ ਘਰੇ ਭਾਈ ਇਕੱਲੀ ਰਹਿ ਗਈ ਧੀਰਾ ਤੇ ਖੰਡ ਕਾਪੀ ਤੇ ਸੀ ਹੂੰ ਇਕੱਲੀ ਸੀ ਦੂਜੇ ਦਿਨ ਸਾਰਿਆਂ ਨੂੰ ਵੱਧੂ ਰੱਬ ਚ ਰਹੀ ਸੀ ਵਜਾਂਟੀ ਨੇ ਦੋ ਛੱਡੇ ਸਾਂਭ ਕੇ ਡੀਸੀ ਲੋਹਾ ਖੇੜੇ ਦੇ ਸੀ ਹੂੰ ਤੇ ਹੋਰ ਸੀ ਕਈ ਤੇ ਬਾਈ ਨੇ ਤਾਰੀ ਨੇ ਮੂੜੀ ਸੀ ਉਹਦੇ ਮੁਕਾਬਲੇ ਕੋਈ ਨੁਪੜਾ ਸਾਰੇ ਬਹਿ ਗਏ ਹੂੰ ਨਹੀਂ ਆਈਆਂ ਘਰੀ ਬੜਕਾਤੀ ਥੋੜਾ ਜਿਹਾ ਭੇਜ ਤਾਂ ਆ ਜਾਂਦਾ ਬੰਦੇ ਨੂੰ ਹੁਣ ਮੇਰੇ ਸਾਮ ਮੈਂ ਕਹਿੰਦਾ ਬਾਈ 5-6 ਬੰਦੇ ਆ ਜਿਹੜੇ ਆਪਣੇ ਸਾਹਮਣੇ ਹੁਣ ਪਾ ਵੀ ਇਹ ਸਵਾਲੀਆ ਉਹਦੇ ਨਾਲ ਵੀ ਜਿਵੇਂ ਕਹਿੰਦਾ ਇਹ ਮੇਰੇ ਨਾਲ ਇਹ ਮੇਰੇ ਨਾਲ ਉਹ ਵੀ ਮੈਂ ਦੇਖਿਆ ਕੋਈ ਐਡਾ ਨਹੀਂ ਉਹ ਸਿੰਪਲ ਗੇਮ ਆ ਜਮਾ ਇਹ ਮੇਰੇ ਨਾਲ ਲੜ ਪੇ ਹੂੰ ਇਹ ਕਹਿੰਦੇ ਤੂੰ ਸਾਨੂੰ ਦੱਸਣ ਦਾ ਮਾਰਾ ਰੋੜਿਆ ਕਹਿੰਦੇ ਤੂੰ ਤਾਂ ਸੌਂ ਗਿਆ ਭਾਂ ਜੋ ਵੀ ਇਹ ਨਾ ਸਿੱਖ ਲੈਣ ਕੋ ਉਹ ਮਗਾ ਹੁਣ ਕਰੇਗਾ ਕਿ ਉਹ ਤਾਂ ਪਹਿਲਾਂ ਗਲੱਸੀ ਜਾਂਦੀ ਐ ਮੈਂ ਕਹਾਂ ਦੱਸ ਹੁਣ ਇਹਦੇ ਕੀ ਕਰਾਂਗੇ ਆਪਾਂ ਇਹਨੂੰ ਮੈਂ ਲਾਈਟਾਂ ਬੰਦ ਕਰਦੇ ਤੇ ਪਹਿਲਾਂ ਚੁੱਪ ਕਰਕੇ ਮਖਾਪੀ ਸੈਟ ਉਹ ਜੂ ਰਾਤ ਨੂੰ ਆਦ ਅੰਦਰ ਸੈਟਮ ਕਰੂਗਾ ਨਹੀਂ ਮੈਂ ਵੀ ਮੈਂ ਜਦੋਂ ਉਹ ਬੰਦੇ ਨੇ ਮੇਰੇ ਸਾਹਮਣੇ ਮੈਨੂੰ ਹਉਆ ਜਾ ਬਣਿਆ ਪਰ ਜਦੋਂ ਆ ਬੰਦੇ ਆ ਲੈਜ ਪੈ ਗਈ ਜਿਵੇਂ ਕੀਪੇ ਨਾਲ ਵਧੀਆ ਸੀ ਪਹਿਲਾਂ ਮੈਂ ਗੱਲਬਾਤ ਇਹ ਖੇਡ ਬਾਰੇ ਮੈਂ ਕਿਸੇ ਨਾਲ ਕਰਕੇ ਰਾਜੀ ਨਹੀਂ ਹੁੰਦਾ ਵੀ ਯਾਰ ਆਪਾਂ ਲੈਜ ਦੇ ਵਿੱਚ ਗੇਮ ਨੂੰ ਥੋੜੋ ਲੈ ਕੇ ਆਉਣਾ ਚਲੋ ਜਦੋਂ ਬੰਦੇ ਆਪ ਕਰਨ ਲੱਗ ਜਾਂਦੇ ਫੇਰ ਆ ਬਈ ਜੱਗਾ ਮਹਿਲਾ ਵਾਲਾ ਜਾਂ ਹੋਰ ਜਿੰਨੇ ਵੀ ਆ ਉਹ ਹੁਣ ਜਦੋਂ ਉਹਨਾਂ ਦਾ ਮਿਲਨ ਵਰਤਨ ਫੇਰ ਦੇਖਿਆ ਹੋਇਆ ਵੀ ਯਾਰ ਉਹ ਤਾਂ ਆਪਾਂ ਨੂੰ ਫਦੂ ਬਣਾਉਣ ਵਾਲਾ ਕੰਮ ਹੀ ਜਿੱਤੇ ਇੱਕ ਵੀ ਨਹੀਂ ਉਹਦਾ ਕਹੂਆ ਬੜਾ ਵੱਡਾ ਬਣਾਇਆ ਉਹਨੇ ਇਹਨਾਂ ਨੇ ਆਪਣੇ ਸਾਹਮਣੇ ਲੈ ਸਿੰਪਲ ਜਮਾ ਕੁਝ ਨਹੀਂ ਕਰਿਆ ਬੰਦੇ ਨੇ ਸਿੰਪਲ ਸਾਂਭਿਆ ਕੋਈ ਐਨੀ ਵਾਲੀ ਬਾਜ਼ੀਆਂ ਕਿੰਨੀਆਂ ਜਦਦਿਆਂ ਨਾਲੀ ਇੱਕ ਆਪਣੇ ਪਿੰਡ ਇੱਥੇ ਛੱਡੇ ਬਾਈਲਾਸ ਹੂੰ ਉੱਤਰ ਸਾਡਾ ਘਰੇ ਉੜਦਾ ਬਾਲਾ ਤਿੰਨ ਕੁ ਮਹੀਨੇ ਉੱਡਿਆ ਸੀ ਘਰੇ ਲੋਜ ਘਰੀ ਡਾਲਿਆ ਉਹਨੇ ਵੀ ਸਾਰੀ ਬੜਗਾਤੇ ਦੂਜੇ ਤੇ 5 ਵਜੇ ਸਭ ਸਫਾਇਆ ਹੋ ਗਿਆ ਜਿਵੇਂ ਹੁਣ ਅੱਖਾਂ ਅੱਖਾਂ ਦੀਆਂ ਬਿਮਾਰੀਆਂ ਆਉਂਦੀਆਂ ਕਬੂਤਰਾਂ ਨੂੰ ਉਹਦਾ ਕੀ ਇਲਾਜ ਆ ਅੱਖਾਂ ਤੋਂ ਯਾਰ ਇੱਕ ਤਾਂ ਬੈਂਡੈਕਸ ਪਾਉਂਦਾ ਉਹ ਕੁੱਜਾਂ 'ਚ ਪਾ ਦੇ ਕੁੱਜਾਂ 'ਚ ਬੈਂਡੈਕਸ ਡੇਲੀ ਪਾਉਣਾ 6-7 ਦਿਨ ਪਾਉਣਾ ਬੰਦਾ ਲਗਾਤਾਰ ਜਦੋਂ ਆਈ ਵੀ ਹੈ ਹਾਂ ਠੀਕ ਹੈ ਜਦੋਂ ਆ ਗਈ ਤੈਨੂੰ ਪਤਾ ਲੱਗੇ ਜਦੋਂ ਜ਼ਿਆਦਾ ਕੂਤਰ ਆਸੀ ਤਾਂ ਕੁੱਜਾਂ ਕੱਜਾਂ ਜੀ ਪਾ ਲਈ ਕਿੰਨਾ ਪਾਉਣਾ ਉਹ ਯਾਰ 2 ਕ ਗ੍ਰਾਮ ਹੀ ਪਾਉਣਾ ਹੁੰਦਾ ਥੋੜਾ ਹੀ ਪਾਉਣਾ ਕੁੱਜੇ 'ਚ 2 ਗ੍ਰਾਮ ਇੱਕ ਬਾਲਾ ਹੁੰਦਾ ਫੋਟ 2 ਕ ਗ੍ਰਾਮ ਹੀ ਹੁੰਦਾ ਬੈਂਡੈਕਸ ਆ 5-7 ਲੀਟਰ ਪਾਣੀ 'ਚ ਪੈਂਦਾ ਉਹ 2 ਗ੍ਰਾਮ 2 ਗ੍ਰਾਮ 5-7 ਲੀਟਰ ਪਾਣੀ 'ਚ ਪਾਉ ਹਾਂ ਉਹਦੇ ਲਿਖਿਆ ਹੁੰਦਾ ਨਾ ਉਹਦੇ ਉੱਤੇ ਪਹੁੰਚ ਦੇ ਸਾਰ ਹੋਰ ਤਾਂ ਬਸ ਆਹੀ ਆ ਬਈ ਆਈ ਡਰਾਪਸ ਪਾਏ ਜੇ ਥੋੜੇ ਕਬੂਤਰ ਫੜ ਫੜ ਕੇ ਆਈ ਡਰਾਪਸ ਪੈ ਜਾਣ ਤਿੰਨ ਡਰਾਪਸ ਕਿਹੜੀ ਕੋਈ ਪਾ ਦੇ ਜਿਹੜੇ ਵਜੈਂਟਾ ਮਾਈਸੀਨ ਦੇ ਆਉਂਦੇ ਆ ਤਿੰਨ ਟਾਈਮ ਹਾਂ ਕੋਈ ਆ ਪੈਂਦੀ ਕਿਉਂ ਆ ਫਿਰ ਬਾਈ ਇਹ ਅੱਖਾਂ ਇਹ ਬਾਹਰ ਸੀ ਹੁੰਦੇ ਵੀਰੇ ਸਾਰੇ ਯਾਰ ਠੀਕ ਐ ਇੱਕ ਕਬੂਤਰ ਸੁੱਕਣ ਲੱਗ ਜਾਂਦੇ ਉਹਦਾ ਹੀ ਕਾਰਨ ਆ ਉਹ ਲੀਵਰ ਚ ਫਾਲਟ ਉਹ ਠੀਕ ਐ ਤੁਸੀਂ ਦੱਸ ਹੀ ਦਿੱਤੇ ਨਾ ਪਹਿਲਾਂ ਵੀ ਜਿਹੜਾ ਲੀਵਰ ਚ ਫਾਲਟ ਆ ਠੀਕ ਘੁੰਮਣੀ ਦਾ ਬਾਈ ਲੋ ਇਲਾਜ ਹੈਗਾ ਘੁੰਮਣੀ ਦਾ ਇਲਾਜ ਤਾਂ ਉਹ ਤਾਂ ਹੈ ਨਹੀਂ ਤੇ ਹੈ ਵੀ ਆ ਯਾਰ ਜਿਵੇਂ ਹਾਡੇ ਐਤ ਕੀ ਹੋ ਗਈ ਸੀਗੀ ਕਬੂਤਰ ਜਿਹੜੇ ਜੋੜੇ ਲਾਇਆ ਸੀ ਜੋੜੇ ਲਾਇਏ ਨੇ ਐਤ ਕੀ ਥੋੜੀ ਲਾਇਏ ਸੀ 30 20 ਮੁੜ ਕੇ ਤੋੜਤੇ ਸਾਰੇ ਹੂੰ ਜਦੋਂ ਲਾਉਂਦੇ ਜੋੜੇ ਸਾਡੇ ਬਿਮਾਰੀ ਆ ਗਈ ਸੀ ਹੂੰ ਘੁੰਮਣ ਵਾਲੀ ਸਾਡੇ 7 ਕਬੂਤਰ ਘੁੰਮੇ ਸੀ ਹੂੰ ਤੇ ਨਹੀਂ ਤਾਂ ਸਾਡੇ ਸਾਰੇ ਮਰਦੇ ਠੀਕ ਕਰਿਆ ਫਿਰ ਤੇ ਅਸੀਂ ਟੈਟਰਾਸਾਈਕਲਿਨ ਦਾ ਪਾਊਡਰ ਹੂੰ ਇਹ ਜਿਹੜੇ ਬਿਮਾਰੀ ਆਉਂਦੀ ਹੈ ਨਾ ਜਦੋਂ ਆਉਂਦਾ ਬਾਹਰ ਸੇ ਲੀਵਰ ਤੇ ਅਟੈਕ ਕਰਦਾ ਹੈ ਕੀ ਲੀਵਰ ਤੇ ਕਰਦਾ ਜਦੋਂ ਲੀਵਰ ਖੜ ਗਿਆ ਸਾਡੇ ਕਬੂਤਰ ਉਹ ਤੋਂ ਬਾਹਲੇ ਬਿਮਾਰ ਹੋਣਗੇ ਮਰਨਗੇ ਬੰਦੇ 'ਚ ਵੀ ਇਹੀ ਸੇ ਇਹ ਜਦੋਂ ਬਾਹਰ ਸਾਂ ਗਿਆ ਇੱਕ ਪਾਣੀ ਜ਼ਿਆਦਾ ਪੀਣਗੇ ਪ ਤੇ ਫੇਰ ਅਸੀਂ ਟੈਟਰਰਾਸਾਈਕਲਿੰ ਦਾ ਪਾਊਡਰ ਬੋਰੋ ਟਾਉਣ ਤੇ ਵਿਟਾਮਨ ਪੂਰੇ ਸਿਰੇ ਦੇ ਕਿਹੜੇ ਭਾਈ ਵਿਟਾਮਨ ਮੁਰਗਾਂ ਵਾਲੇ ਤੋਂ ਲਿਆਏ ਸੀਗੇ ਲੀਟਰ ਉਹਨੇ 16 ਲੀਟਰ ਸੀ ਪਾਣੀ 'ਚ 2 ਲੀਟਰ ਪਾਣੀ ਵਿਟਾਮਨ ਵਾਜੇ ਉਹਨੇ 5 ਕਿਲ ਮਲ ਡੋਜ਼ ਦੱਸੀ ਸੀ ਸਾਨੂੰ 2 ਕਿਲ ਮਲ ਹਾਂ 3-4 ਲੀਟਰ ਪਾਣੀ ਪਾਉਂਦੇ ਕੁੱਜੇ 'ਚ ਤੇ ਅੱਧਾ ਕਚੌਂਚਾ ਟੈਟਰਰਾਸਾਈਕਲਿੰ ਦਾ ਪਾਊਡਰ ਤੇ ਢੱਕਣ ਦੋ ਢੱਕਣ ਬੋਰੋ ਟਾਉਣ ਦੇ ਘੋਲ ਜੇ ਦਿੰਦੇ ਸੀ ਤੇ ਉਹ ਪਾਈ ਭਾਈ ਮਹੀਨਾ ਲਗਾਤਾਰ ਮੈਨੂੰ ਗੱਪ ਮਾਰਗੇ ਸਾਡਾ ਕਬੂਤਰ ਨੇ ਮੁੜ ਕੇ ਘੋ ਗਿਆ ਤੇ ਗਿੱਧੇ ਮਾਰਦੇ ਤੁਰੇ ਗਏ ਜਿੰਨੇ ਨਹੀਂ ਮਾਰਨੀ ਹੋਏ ਹੁਣੇ ਜੋੜ ਆਰਗੇ ਹੋ ਗਏ ਹੋਣਗੇ ਹਾਂ ਮਿਹਨਤ ਕਰੀ ਹਾਂ ਉਹਦੋਂ ਸੈੱਟ ਕਰਿਆ ਸਾਡੇ ਤਾਂ ਇਹ ਸਾਲੀ ਆਉਂਦੀ ਮੋਰੀ ਆਏ ਸਾਲੀ ਆਉਂਦੀ ਆਏ ਸਾਲ ਆਉਂਦੀ ਆ ਬਾਈ ਉਹ ਅੜੀ ਰੌਣੀ ਨਹੀਂ ਚਾਹੀਦੀ ਕੂਤਰਾਂ ਦੇ ਜਿਹੜੇ ਹਿਸਾਬ ਨਾਲ ਤੁਹਾਡੀ ਸਾਹ ਵਾਈਨੇ ਸਾਡੇ ਬੰਦੇ ਵਾਲੇ ਆਉਂਦੇ ਸਾਡੇ ਕੋਲ ਕੋਈ ਮੋੜ ਗਿਆ ਕੋਈ ਲੈ ਗਿਆ ਕੋਈ ਛੱਡ ਗਿਆ ਮੋੜ ਲੈਣ ਵਾਲਾ ਆ ਗਿਆ ਅਗਲਾ ਫੜ ਫੜ ਕੇ ਦੇਖਦਾ ਖੁੱਡੇ ਚ ਕਈ ਬਾਈ ਬੇਈਮਾਨੀ ਵੀ ਕਰਨ ਆਉਂਦੇ ਹੋਣਗੇ ਅਗਲਾ ਕਹਿੰਦਾ ਇਹਨਾਂ ਦੇ ਬਿਮਾਰ ਕਰਕੇ ਜਾਈਏ ਵਿੱਚ ਬੇਨੀਤੇ ਬੰਦੇ ਵਸੇਰੇ ਪਾਏ ਤਾਂ ਹੁਣ ਆਪਾਂ ਨੂੰ ਤਾਂ ਕੀ ਪਤਲਾ ਦੋ ਜਿਹਦੇ ਕੂਤਰ ਦੀਆਂ ਅੱਖਾਂ ਓੱਖਾਂ ਫੜ ਕੇ ਆਏ ਆਂ ਬਾਗੂ ਅਗਲਾ ਤੁਹਾਡੇ ਕੋਲੇ ਆ ਜਾਂਦੇ ਆ ਕਿ ਤੁਹਾਡੇ ਵਾਲੇ ਵੀ ਆਏ ਦੇਖਦਾ ਉਹ ਅੱਖਾਂ ਮਲ ਮਲ ਕੇ ਅਗਲਾ ਬੇਈਮਾਨ ਬਹੁਤ ਨੇ ਲੋਕ ਆਏ ਸੀ ਉਹ ਦਿਉਣ ਗਏ ਸੀ ਕਿਸੇ ਬੰਦੇ ਕੋਲੇ ਪਹਿਲਾਂ ਜਾ ਕੇ ਆਏ ਸੀ ਉਹਦੇ ਤੋਂ ਆ ਤਾਰੇ ਦੇ ਵੀ ਆਈ ਵੀ ਸੀ ਇੱਕ ਵਾਰੀ ਮਗਿਆ ਫਿਰ ਉਹ ਸਾਡੇ ਕੋਲੇ ਆ ਗਿਆ ਤੇ ਇੱਥੇ ਆਪਣੇ ਘਰੇ ਘਰੇ ਬੜਾ ਫਿਰਿਆ ਤੇ ਤਿੰਨ ਕ ਦਿਨ ਆਵਾ ਸਾਡੇ ਕੰਮ ਜਾ ਦਿਖਾਈ ਦੇਣ ਲੱਗ ਗਿਆ ਸੀ ਨਾ ਨਾ ਯਾਰ ਇਹੋ ਜਿਹਾ ਯਾਰ ਯਰ ਬੈਰ ਅਗਲੇ ਨਾਲ ਕੋਈ ਅਗਲੇ ਤੇ ਖਿਜਵਾਜੀ ਆਪਾਂ ਨੂੰ ਵੀ ਇਹ ਕਿਉਂ ਜੱਤਦਾ ਆ ਇਹਦੇ ਕੋਲ ਕਬੂਤਰ ਕਿਉਂ ਚੰਗਿਆ ਯਾਰ ਅਗਲੇ ਦੀ ਮਿਹਨਤ ਆ ਇਹਦਾ ਪਾਪ ਤੁਸੀਂ ਇਹਨਾਂ ਨੇ ਉਹਨਾਂ ਨੇ ਕਿਹੜਾ ਬੇਜਵਾਨਿਆਂ ਨੇ ਦੱਸਣਾ ਯਾਰ ਤੁਸੀਂ ਪਾਪ ਕਰੀ ਜਾਂਦੇ ਹੋ ਮੜਾ ਤੁਹਾਨੂੰ ਇਹ ਲੱਗਦਾ ਪਾਪ ਤੁਸੀਂ ਇਹਦੇ ਜਵਾਕਾਂ ਦਾ ਕਰੀ ਜਾਂਦੇ ਹੋ ਮੜਾ ਚੰਗਿਆ ਗੱਲਾਂ ਥੋੜੀਆਂ ਕਿਸੇ ਦੇ ਧੀ ਪੁੱਤ ਨੂੰ ਕਿਸ ਗਲਤ ਰਾਹ ਤੇ ਪਾਉਣਾ ਕਿਸੇ ਦੇ ਜਾਨਵਰਾਂ ਨਾਲ ਮੈਂ ਲੜਾਈ ਥੋੜੀ ਬੰਦੇ ਨਾਲਾ ਥੋੜੀ ਜਰਤ ਨਹੀਂ ਬੰਦੇ ਦੀ ਹਿੱਕ ਜਵਜਾਂਦੀ ਤੂੰ ਜਾਨਵਰਾਂ ਨਾਲ ਕੰਪੇਅਰ ਕਰਦੇ ਹੋ ਜਿੱਤਦਾ ਅਗਲੀ ਦੀ ਕਿਸਮਤ ਹਨਾ ਪੈਸੇ ਵੀ ਅਗਲਾ ਖਰਾਬ ਕਰਦਾ ਵੀ ਹਾਰਦਾ ਵੀ ਆ ਦਾਣੇ ਵੀ ਅਗਲਾ ਪਾਉਂਦਾ ਫੇਰ ਅਗਲੇ ਦੀ ਕਿਸਮਤ ਭਾਈ ਅਗਲੇ ਨੇ ਮਿਹਨਤ ਕਰਕੇ ਲੋਕਾਂ ਕੋਲੇ ਯਾਰੀਆਂ ਬਣਾਵਣਾ ਲੱਖਾਂ ਦਾ ਜਿਵੇਂ ਕਹਿੰਦਾ ਕੰਮ ਛੱਡ ਛੱਡ ਕੇ ਤੇਲ ਫੂਕ ਫੂਕ ਕੇ ਨਸਲਾਂ ਬਣਾਈਆਂ ਤੁਸੀਂ ਅਗਲੇ ਦੇਖੀ ਜਾਨਾ ਮਾਰਨੂ ਖੜਦੇ ਰਹਨੇ ਉਹ ਕੋਈ ਵਧੀਆ ਗੱਲਾਂ ਨਹੀਂ ਹੈਗੀਆਂ ਆਪਾਂ ਦਾ ਕਹਨੇ ਆ ਚੰਗਾ ਕਰੋਗੇ ਤੁਹਾਡਾ ਚੰਗਾ ਹੋਊ ਮਾੜਾ ਕਰੋਗੇ ਤੁਹਾਡਾ ਹੋਊਗਾ ਇਹ ਅੱਜ ਨਹੀਂ ਹੁੰਦਾ ਕਹਿੰਦੇ ਹੁੰਦੇ ਚੋਰ ਨੂੰ ਖਾਂਦੇ ਨਾ ਦੇਖੋ ਚੋਰ ਦੇ ਪੈਂਦਿਆਂ ਨੂੰ ਦੇਖੋ ਬਾਅਦ ਹੋ ਜੂ ਥੋੜਾ ਟਾਈਮ ਹੀ ਚੱਲਦਾ ਤੇ ਹੋਰ ਬਾਈ ਕੋਈ ਗੱਲਬਾਤ ਦੱਸਣੀ ਚਾਹੁੰਦੇ ਹਾਂ ਹੋਰ ਤਾਂ ਹੁਣ ਕੀ ਕਰਨੀ ਆ ਗੱਲ ਦੱਸ ਦੇ ਮੜੀ ਮੋਟੀ ਉੱਥੇ ਲਾ ਤੂੰ ਹੈ ਹੈ ਕਬੂਤਰ ਦਾ ਸਾਰਾ ਮੁਲਕ ਹੀ ਮੁੱਲ ਲੈਗਾ ਕੋਈ ਮੂਵੀ ਦੱਸ ਦੇ ਇਹਨਾਂ ਦਾ ਹੈ ਰੋਡੇ ਬਾਈ ਪਿੰਜਰਾ ਲੈ ਕੇ ਆ ਬਾ ਠੀਕ ਆ ਅੱਜ ਘਟੀਆਂ ਵੀ ਦੋ ਨੇ ਤੇ ਪਿੰਜਰੇ ਵੀ ਸਾਡੇ ਕੋਲ ਕਈ ਨੇ ਪਹਿਲਾਂ ਕਿਹੜਾ ਰੋਡ ਦੇਣ ਜਵਾਬ ਦਿੱਤਾ ਪਹਿਲਾਂ ਵੀ ਲੈ ਗਿਆ ਰੋਡਾਂ ਅਸੀਂ ਸਾਡੇ ਸਪੈਸ਼ਲ ਹੈ ਸਾਨੂੰ ਵੀ ਦਿੱਤਾ ਇੱਕ ਇਹਨੇ ਪੱਠਾ ਦੇਖੋ ਆਪਦਾ ਆਪਦਾ ਉਹ ਦੱਸ ਤੇ ਲੈ ਤੂੰ ਆ ਆਪਣੀ ਦੱਛਾ ਹੈਗਾ ਵੀ ਐਂ ਕਰਕੇ ਮੈਂ ਵੀ ਲੋਕਾਂ ਨੂੰ ਬੰਨਦਾ ਮੈਨੂੰ ਤਾਂ ਦੋ ਵਾਰੀ ਜਵਾਬ ਦੇਦਾ ਕਬੂਤਰਾਂ ਨੇ ਪਹਿਲਾਂ ਹੁਣ ਕਹਿੰਦਾ ਗਾਂਹਲੇ ਸਾਲ ਦੇਖਾਂਗੇ ਮੈਂ ਤਾਂ ਖੁੱਡੀ ਟਾ ਤੇ ਹੁਣ ਕੀ ਕਰਨਾ ਹੋਰ ਬਈ ਕੋਈ ਗੱਲ ਬਈ ਥੋੜੀ ਕਿੰਨੇ ਚਿਰ ਦੀ ਲਿਆ ਜਾ ਰੋਡੇ ਨਾ ਹਾਂ 7-8 ਸਾਲ ਹੋ ਗਏ ਉਹਨਾਂ ਦੇ ਰੋਡਾਂ ਨਾ ਹੈਂ ਲੱਖੀ ਨਾਲ ਰੋਡ ਨਹੀਂ ਦੱਸੇ ਪਹਿਲਾਂ ਸਾਨੂੰ ਮਾੜਾ ਮੋਟਾ ਆਏ ਜੇ ਛੱਡ ਆਏ ਦਾ ਦਿਲ ਦਰਿਆ ਬੰਦਾ ਮੈਨੂੰ ਤੈਨੂੰ ਦੱਸਦਾ ਮੈਨੂੰ ਗੋਲੇ ਦੇਤੇ ਲਾ ਕੇ ਹਾਂ ਉਹਦੇ ਹੱਥ ਬਿਨਾਂ ਸਾਰੇ ਮੈਂ ਮੈਂ ਗੱਲ ਦੱਸਦਾ ਗੱਲ ਸੁਣਨ ਵਾਲੀ ਆ ਭਾਈ ਰਾਤ ਨੂੰ ਆਏ ਸੀ ਇੰਟਰਵਿਊ ਕਰਨ ਤੇ ਇੰਟਰਵਿਊ ਕਰਕੇ ਆਏ ਸੀਗੇ ਮਾਧਪੁਰ ਤੇ ਰਾਤ ਨੂੰ ਮੇਰੇ ਮੁੰਡਾ ਮੁੰਡਾ ਜੱਗਾ ਆਪਣਾ ਭਰਾ ਬਣਾਇਆ ਬਹੁਤ ਹਲੀ ਵਾਲ ਤੇ ਮੈਂ ਹਾਂ ਯਾਰ ਉਹਨੇ ਮੈਨੂੰ ਕਈ ਵਾਰੀ ਕਿਹਾ ਵੀ ਲੱਠੇ ਲਿਆ ਕੇ ਦੀ ਲੱਕੇ ਲਿਆ ਕੇ ਦੀ ਚਲ ਮੈਂ ਹੋਰ ਬੰਦਿਆਂ ਨੂੰ ਵੀ ਕਿਹਾ ਉਹੀ ਗੱਲ ਜਦੋਂ ਆਪ ਲੈਣੇ ਹੁੰਦੇ ਅਗਲਾ ਉਹੀ ਲੈਣ ਆ ਜਾਂਦਾ ਜਦ ਮੈਂ ਦੋ ਤਿੰਨ ਨੂੰ ਕਿਹਾ ਮਾ ਲੱਕੇ ਦੇ ਦਿਓ ਯਾਰ ਲੱਠੇ ਤੁਹਾਡੇ ਕੋਲੇ ਹੈਗੇ ਆ ਉਹੀ ਨਾ ਬਾਈ ਹਜੇ ਬੱਚੇ ਨਹੀਂ ਕੱਢੇ ਆਏ ਨਹੀਂ ਜੋ ਨਹੀਂ ਮਹਾਬ ਤੁਸੀਂ ਆਏ ਹੋਣ ਥੋੜੇ ਮੈਂ ਵੱਡੂ ਗੁੱਟ ਮੰਖੇ ਆਪ ਧੂ ਦੀ ਲੈਣੋ ਚੱਕ ਕੇ ਬਾਈ ਰਾਤ ਨੂੰ ਮੈਨੂੰ ਬਾਈ ਨੂੰ ਕਹਿਦਾ ਇਹ ਬਾਈ ਕਹਿੰਦਾ ਕਹਿੰਦਾ ਤੂੰ ਪਹਿਲਾਂ ਕਿਉਂ ਨਹੀਂ ਦੱਸਦਾ ਕਹਿੰਦਾ ਦਿਨੇ ਦੱਸੀ ਜਾਂਦਾ ਇਹ ਜਿਆ ਕੰਮ ਕਹਿੰਦਾ ਚਲ ਆਪਾਂ ਹੋਰ ਆਸੇ ਪਾਸੇ ਇਕੱਠੇ ਕਰ ਲੈਂਦੇ 5-7 ਹੋਣ ਤਾਂ ਸਹੀ ਚਲ ਮੈਂ ਆਹ ਬਾਈ ਕੋਈ ਨਾ ਤੇਰੇ ਵਾਲੇ ਜਵਾਕ ਜੇ ਕੋਲੇ ਹੈਗੇ ਆ ਮੈਂ ਭਾਈ ਰਾਜ ਨੂੰ ਜਦ ਜਦ ਮੈਂ ਤੇ ਮੋਟਾ ਸੀ ਮਾਰੀਆਂ ਬੈਟਰੀਆਂ ਮੇਰਾ ਹਾਲਾ ਕਿੱਥੇ ਬੈਟਰੀ ਮਾਰਨ ਦੇਵੇ ਉਹਨੂੰ ਪਤਾ ਸੀ ਭੈਣਾਂ ਪਤਾ ਲੱਗ ਜੂਗਾ ਪਹਿਲਾਂ ਭਾਈ ਇਹਨੇ ਮੋਟੇ ਭਾਈ ਤੂੰ ਫੜਾ ਇਹ ਮੋਟੇ ਨੇ ਫੜਾ ਚੱਟਾ ਜ ਆ ਹਾਂ ਇਹ ਬਾਈ ਨੇ ਫੜ ਲਿਆ ਮੇਰੇ ਹਾਲੇ ਫੜ ਲਿਆ ਭਾਈ ਫੜ ਕੇ ਇਹ ਨਹੀਂ ਇਹ ਨਹੀਂ ਡੈਡੀ ਛੱਡ ਦੇ ਛੱਡਦਾ ਭਾਈ ਮੈਂ ਬੈਟਰੀ ਜੀ ਮਾਰ ਲੱਗਿਆ ਮੈਨੂੰ ਕਿਹਦਾ ਖੜਦਾ ਖੜਦਾ ਮੈਂ ਆਪੇ ਟਾਕੀ ਭੇੜ ਲਈ ਜਾਣ ਕੇ ਇਹ ਉੱਡ ਜਾਣਗੇ ਉੱਡ ਜਾਣਗੇ ਮੈਨੂੰ ਸਖਾਵੇ ਮੈਨੂੰ ਹੁਣ ਕੀ ਪਤਾ ਸੀ ਵੀ ਇਹ ਕਾਰਵਾਈ ਪਾਉਨ ਨੂੰ ਫਿਰਦਾ ਮੇਰੇ ਹਾਲੇ ਗੋਲਿਆਂ ਦੇ ਬੱਚੇ ਪਤਾ ਨਹੀਂ ਕਿੱਥੋਂ ਫੜ ਕੇ ਲਿਆਉਂਦੇ ਸੀ ਪਤ ਨਹੀਂ ਕਿੱਥੋਂ ਡੈਡੀ ਆ ਲੈ ਜਾ ਆ ਲੈ ਜਾ ਉਹਨੇ ਚਲ ਬਾਈ ਨੇ ਮੈਨੂੰ ਇਹਨੂੰ ਵੀ ਨਹੀਂ ਪਤਾ ਸੀਗਾ ਹੁਣ ਇਹਨਾਂ ਤਾਂ ਫੜਾਉਣੀ ਸੀ ਇਹਨੇ ਭਾਈ ਦੋ ਬੱਚੇ ਫੜਾਤੇ ਹੁਣ ਮੈਨੂੰ ਕਮਲੇ ਨੂੰ ਕੀ ਪਤਾ ਮੈਂ ਤਾਂ ਰਾਤ ਨੂੰ ਮੈਂ ਮੁੱਟੇ ਨੇਰੇ ਚ ਪਤਾ ਲੱਗਾ ਹਾਂ ਮੈਂ ਕਿਹਾ ਚੱਲ ਦੋ ਮੋਟੇ ਦੇ ਘਰੋਂ ਚੱਕ ਨੂੰ ਨਹੀਂ ਨਹੀਂ ਕਹਿੰਦਾ ਇਹਦੇ ਘਰੇ ਨਹੀਂ ਭਾਈ ਜਾਣਾ ਕੋਈ ਸਕੀਮ ਤਾਂ ਪਹਿਲੀ ਪਾਈ ਬੈਠਾ ਸੀ ਵੀ ਇਧਰੋਂ ਦਾ ਕਬੂਤਰ ਦੂਜੇ ਲੈ ਜੂ ਫਿਰ ਇਹ ਇੱਥੋਂ ਤਾਂ ਇਹਨੂੰ ਮਸਾ ਗੋਲੇ ਦੇ ਕੇ ਟਾਲਿਆ ਭਾਈ ਰਾਤ ਨੂੰ ਮੈਂ ਹੁਣ ਉਵੇਂ ਜੱਗੇ ਨੂੰ ਮਾਰਿਆ ਫੋਨ ਜੱਗਿਆ ਮੈਂ ਕਿਹਾ ਵੀ ਐਂ ਕਰਕੇ ਮੈਂ ਰੋਟੇ ਕੋਲੇ ਆ ਗਿਆ ਕਬੂਤਰ ਬੱਚੇ ਫੜ ਕੇ ਲੈ ਜਾ ਲੱਠੇ ਤੇ ਉਹ ਮੈਨੂੰ ਕ ਇਹੜੇ ਨੀਲੇ ਭਰਾਵਾ ਉਹਨੇ ਸਵੇਰੇ ਜਦੋਂ ਦਾਣੇ ਪਾਉਣ ਛੱਡਦੇ ਹੁੰਦੇ ਬੰਦਾ ਭੱਜ ਗਉਣਗੇ ਉਹਨੇ ਜਦੋਂ ਪਾਏ ਦਾਣੇ ਪਾਉਣ ਛੱਡੇ ਉਹ ਤਾਂ ਜਾ ਕੇ ਕੋਠੇ ਦੇ ਗੋਲਿਆਂ 'ਚ ਬਹਿ ਗਏ ਉਹ ਭਾਈ ਸਵੇਰੇ ਫੋਨ ਲਾ ਕੇ ਦੇਹ ਗਾਲ ਤੇ ਗਾਲ ਮੈਨੂੰ ਮੈਨੂੰ ਕਹਿੰਦਾ ਤੂੰ ਭੈਣਾ ਤੈਨੂੰ ਮੈਂ ਸਾਲੀ ਲੱਭਿਆ ਮੈਂ ਤੈਨੂੰ ਮਸਕਰੀਆਂ ਕਰਨ ਮੈਂ ਕਿਉਂ ਕਹਦਾ ਮੈਨੂੰ ਦਸਾਲ ਗੋਲੇ ਦੇ ਗਿਆ ਭਾਈ ਮੈਨੂੰ ਲਾਲਾ ਮੋਟੇ ਨੇ ਫੋਨ ਆ ਗਿਆ ਕਿਵੇਂ ਆ ਗੋਲੇ ਕਹਿੰਦਾ ਚੁੱਕਦੇ ਧਾਣੇ ਮਾ ਤੈਨੂੰ ਪਤਾ ਸੀ ਕਹਿੰਦਾ ਹੋਰ ਹਣ ਮਾ ਯਾਰ ਤੁਸੀਂ ਚੰਗੀ ਗਰੀ ਮਾ ਮੇਰੇ ਨਾਲ ਤੇ ਫਿਰ ਮੈਂ ਕੱਲ ਬਾਈ ਰੋਡੇ ਨੂੰ ਦੱਸਿਆ ਮਾ ਇਹ ਦੇਖ ਲੈ ਮਾ ਉਹਦੇ ਤੈਨੂੰ ਕਹਿੰਦਾ ਹੋਰ ਯਾਰ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਮਾ ਜਦ ਤੈਨੂੰ ਤਾਂ ਮੈਂ ਤਾਂ ਨਹੀਂ ਦੱਸਿਆ ਵੀ ਜਵਾਬਕ ਨੂੰ ਉਹ ਕਰੇਗਾ ਘੂਰੇਗਾ ਵੀ ਹਾਲਾ ਤੂੰ ਲਿਆ ਜਾਈ ਨਹੀਂ ਤੂੰ ਆਹ ਕੀ ਕਰਿਆ ਮੈਨੂੰ ਇਦੋਂ ਚੰਗਾ ਕਹਿੰਦਾ ਵੀ ਡੈਡੀ ਹਜੇ ਮੈਂ ਦੇਣੀ ਨਹੀਂ ਤੇ ਅੱਜ ਮੈਨੂੰ ਕਹਿ ਕੇ ਆਈ ਰੋਡੇ ਨੂੰ ਮਾ ਪੰਜ ਸੱਤ ਨਵੀਆਂ ਪੱਗਾਂ ਜਿੱਦੇ ਇੰਟਰਵਿਊ ਕਰਨ ਗਿਆ ਸੀ ਮਾ ਇੱਕ ਦਾੜੀ ਛੋਟੀ ਛੋਟੀ ਵੱਡੀ ਰੱਖ ਲਈ ਮਾ ਤੇਰੇ ਫੁੱਲ ਪਵਾਏ ਹੀ ਕਰਨੇ ਉਹਨੇ ਗੰਜਰਦੇ ਨਹੀਂ ਮੇਰੀਓਂ ਸ਼ੀਪ ਲਾਤੀ। ਇੱਕ ਨੇਰੇ ਜੂੜੀ ਸਾਨੂੰ ਪਤਾ ਲੱਗਿਆ। ਨੇਰਾ ਵਾਲਾ ਨੇਰਾ ਵਾਲਾ ਹੀ ਨਹੀਂ ਬਾਲੀ ਬਾਲਾ ਸਕੀਮੀ ਨਿਕਲਿਆ ਯਾਰ ਮੈਂ ਜਵਾਬ ਹੀ ਨਹੀਂ ਦੇਖਣਾ ਐਡਾ ਚਲਾਕ ਨਹੀਂ ਅਗਲਾ ਕਹਿੰਦਾ ਵੀ ਕੋਈ ਗੱਲ ਨਹੀਂ ਲੈ ਜਾ ਯਾਰ ਡੈਡੀ ਕਹਿੰਦਾਗਾ ਦੋ ਬੱਚੇ ਦੇ ਦੇ। ਤੇ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਬਾਈ ਅਗਲੀ ਇੰਟਰਵਿਊ ਆਪਾਂ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ।